TVN ਦੇਖ ਰਹੇ ਹੋ। ਦਵਿੰਦਰ ਸਿੰਘ ਬੈਨੀਪਾਲ ਵੱਲੋਂ ਤੁਹਾਨੂੰ ਸਭਨਾਂ ਨੂੰ ਪਿਆਰ ਸਤਿਕਾਰ ਅਤੇ ਅਦਬ ਸਹਿਤ ਸਤਿ ਸ਼੍ਰੀ ਅਕਾਲ। ਅੱਜ ਸਰੀ ਵਿੱਚ ਉਚੇਚੇ ਤੌਰ 'ਤੇ ਪਹੁੰਚੀ ਹੋਈ ਹੈ ਅਰਦਾਸ ਸਰਬੱਤ ਦੇ ਭਲੇ ਦੀ ਸਟਾਰਕਾਸਟ, ਜਿਨ੍ਹਾਂ ਵਿੱਚ ਗਿੱਪੀ ਗਰੇਵਾਲ ਸਾਹਿਬ, ਉਹਨਾਂ ਦੇ ਨਾਲ ਨਾਲ ਗੁਰਪ੍ਰੀਤ ਘੁੱਗੀ, ਜੈਸਮੀਨ, ਹੈਪੀ ਅਤੇ ਹੋਰ ਬਹੁਤ ਸਾਰੇ ਜਿਹੜੇ ਉਸ ਫਿਲਮ ਦੇ ਨਾਲ ਜੁੜੇ ਹੋਏ ਨੇ, ਈਵਨ ਕਿ ਬਲਜੀਤ ਦਿਓ ਸਾਹਿਬ ਜਿਹੜੇ ਸਾਡੇ ਆਪਣੇ ਖੁਦ ਸ਼ਹਿਰ ਦੇ ਨੇ, ਉਹਨਾਂ ਦੇ ਨਾਲ ਕੁਝ ਗੱਲਾਂ ਬਾਤਾਂ ਕਰਾਂਗੇ ਅਤੇ ਪ੍ਰੈਸ ਕਾਨਫਰੰਸ ਦੇ ਵਿੱਚ ਕਿਹੜੇ ਕਿਹੜੇ ਸਵਾਲ ਅਤੇ ਕਿਹੜੇ ਕਿਹੜੇ ਉਹਨਾਂ ਨੇ ਜਵਾਬ ਦਿੱਤੇ ਹੈ ਉਹਦੇ ਵਿੱਚ ਆਓ ਤੁਹਾਨੂੰ ਲੈ ਕੇ ਚੱਲੀਏ। ਭਾਅ ਜੀ, ਸਭ ਤੋਂ ਪਹਿਲਾਂ ਜੀ ਆਇਆਂ ਨੂੰ ਜੀ ਸਵਾਗਤ ਹੈ ਜੀ ਤੁਹਾਡਾ। ਥੈਂਕ ਯੂ ਭਾਅ ਜੀ, ਥੈਂਕ ਯੂ ਸੋ ਮੱਚ। ਮੈਂ ਚਾਹ ਨਾਲ ਚੱਲ ਰਹੀ ਆ। ਬਿਲਕੁਲ, ਚੰਗੀ ਗੱਲ ਹੈ ਜੀ। ਥੈਂਕ ਯੂ ਜੀ, ਥੈਂਕ ਯੂ ਸੋ ਮੱਚ। ਸਭ ਤੋਂ ਪਹਿਲਾਂ ਅਰਦਾਸ ਸਰਬੱਤ ਦੇ ਭਲੇ ਦੀ, ਉਹਦੀਆਂ ਸ਼ੁਭੇਸ਼ਾਵਾਂ ਸਾਡੀ ਸਮੁੱਚੀ ਟੀਮ ਦੇ ਵੱਲੋਂ। ਪਹਿਲੀਆਂ ਦੋ ਫਿਲਮਾਂ ਤੋਂ ਬਾਅਦ ਤੀਸਰੀ ਫਿਲਮ ਇਨਸਾਨ ਤਦ ਹੀ ਬਣਾਉਂਦਾ ਜੇ ਪਹਿਲੇ ਚੰਗੇ ਕਦਮ ਪੁੱਟੇ ਗਏ ਹੋਣ ਅਤੇ ਸਾਬਤ ਕਦਮ ਚੁੱਕੇ ਗਏ ਹੋਣ। ਅਤੇ ਇਸ ਫਿਲਮ ਤੋਂ ਪਹਿਲਾਂ ਨਾਲੋਂ ਕਿੰਨੀਆਂ ਕੁ ਵੱਡੀਆਂ ਉਮੀਦਾਂ ਨੇ ਅਤੇ ਕਿੰਨੀ ਕੁ ਤੁਸੀਂ ਵੱਧ ਇਹਦੇ ਉੱਤੇ ਮਿਹਨਤ ਕੀਤੀ ਹੈ ਜੀ? ਬਹੁਤ ਉਮੀਦਾਂ ਨੇ ਜੀ, ਔਰ ਮਿਹਨਤ ਵੀ ਮੈਨੂੰ ਲੱਗਦਾ ਕਿ ਬਹੁਤ ਜ਼ਿਆਦਾ ਵੱਧ ਕੀਤੀ ਹੈ ਜੀ। ਅਤੇ ਕਿਉਂਕਿ ਜੇ ਮਿਹਨਤ ਨਾ ਕਰਨੀ ਹੁੰਦੀ ਤਾਂ ਸ਼ਾਇਦ ਅਗਲੇ ਸਾਲ ਹੀ ਆ ਜਾਂਦੀ, ਕਿਉਂਕਿ ਉਦੋਂ ਹਿੱਟ ਹੋ ਗਈ ਸੀਗੀ ਅਤੇ ਕਈ ਵਾਰੀ ਬੰਦਾ ਕਹਿੰਦਾ ਨਾਲ ਦੀ ਨਾਲ ਹੀ ਕੰਮ ਚੱਕ ਦਈਏ। ਸੋ ਬਿਲਕੁਲ ਨਹੀਂ ਹੈ, ਔਰ ਮੈਂ ਤਾਂ ਇਹ ਕਹੂੰਗਾ ਕਿ ਜਿਨ੍ਹਾਂ ਨੂੰ ਪਹਿਲੀ ਫਿਲਮ ਅਤੇ ਦੂਜੀ ਫਿਲਮ ਵਧੀਆ ਲੱਗੀ ਸੀਗੀ, ਉਹ ਪੂਰੀਆਂ ਐਕਸਪੈਕਟੇਸ਼ਨਾਂ ਲੈ ਕੇ ਜਾਣ ਕਿ ਯਾਰ ਫਿਲਮ ਇਸ ਤਰ੍ਹਾਂ ਦੀ ਹੋਊ, ਉਸ ਤਰ੍ਹਾਂ ਦੀ ਹੋਊ। ਅਸੀਂ ਕੋਸ਼ਿਸ਼ ਕੀਤੀ, ਔਰ ਮੈਨੂੰ ਵੀ ਇਸ ਚੀਜ਼ 'ਚ ਮੈਂ ਘੁੱਗੀ ਭਾਅ ਜੀ ਨੂੰ ਕਹਿੰਦਾ ਸੀਗਾ, ਮੈਂ ਕਿਹਾ ਭਾਅ ਜੀ ਸਵਾਦ ਤਾਂ ਹੀ ਆ ਬਣਾਉਣ ਦਾ ਵੀ, ਜੇ ਲੋਕ ਕਹਿਣ ਅਸੀਂ ਆਹ ਸੋਚ ਕੇ ਗਏ ਸੀ ਤਾਂ ਤੁਸੀਂ ਆਹ ਬਣਾਇਆ। ਅਤੇ ਟੱਚਵੁੱਡ ਬਾਬੇ ਦੀ ਕਿਰਪਾ ਨਾਲ ਅਸੀਂ ਉਹੀ ਅਟੈਂਪਟ ਕਰਨ ਦੀ ਕੋਸ਼ਿਸ਼ ਕੀਤੀ ਹੈ, ਬਾਕੀ 13 ਸਪਟੰਬਰ ਨੂੰ ਪਤਾ ਲੱਗ ਜਾਣਾ ਜੀ। ਜੈਸਮੀਨ, ਤੁਸੀਂ ਪਹਿਲੀਆਂ ਦੋ ਫਿਲਮਾਂ ਵਿੱਚ ਨਹੀਂ ਸੀ, ਇਸ ਫਿਲਮ ਦੇ ਵਿੱਚ ਤੁਹਾਡੀ ਸ਼ਮੂਲੀਅਤ ਆਪਣੇ ਆਪ ਦੇ ਵਿੱਚ ਮੈਨੂੰ ਲੱਗਦਾ ਕਿ ਇੱਕ ਤੁਹਾਡੇ ਵਾਸਤੇ ਵੀ ਅਤੇ ਪੰਜਾਬੀ ਸਿਨੇਮਾ ਵਾਸਤੇ ਵੀ ਮੀਲ ਪੱਥਰ ਵਰਗੀ ਕਹਾਣੀ ਹੈ, ਕਿਉਂਕਿ ਇਹ ਆਲਰੇਡੀ ਫਿਲਮ ਵੇਖ ਰਹੀ ਹੈ। ਜੇ ਮੈਂ ਪਹਿਲਾਂ ਗਿੱਪੀ ਗਰੇਵਾਲ ਸਾਹਿਬ ਪ੍ਰੈਸ ਕਾਨਫਰੰਸ ਕਹਿ ਰਹੇ ਸੀ ਕਿ ਸ਼ਾਇਦ ਅਸੀਂ ਇਹ ਪੈਸੇ ਲਈ ਫਿਲਮ ਨਹੀਂ ਬਣਾਉਂਦੇ, ਪਰ ਮੈਨੂੰ ਉਮੀਦ ਹੈ ਕਿਉਂਕਿ ਜਦੋਂ ਪਹਿਲੀ ਫਿਲਮ ਵੀ ਅਰਦਾਸ ਆਈ ਸੀ ਉਹਦੇ ਮੁਕਾਬਲੇ ਪੰਜਾਬੀ ਦੀ ਬਹੁਤ ਵੱਡੀ ਕਮਰਸ਼ੀਅਲ ਫਿਲਮ ਸੀ, ਉਹਨੂੰ ਵੀ ਬੀਟ ਕੀਤਾ ਸੀ। ਸੋ ਤੁਹਾਨੂੰ ਇਸ ਫਿਲਮ ਦੇ ਵਿੱਚ ਕੰਮ ਕਰਕੇ ਸੱਚੇ ਦਿਲੋਂ ਕੀ ਮਹਿਸੂਸ ਹੋ ਰਿਹਾ? ਮੈਂ ਪਹਿਲਾਂ ਵੀ ਕਿਹਾ ਹੈ ਅਤੇ ਫਿਰ ਕਹਾਂਗੀ, ਮੈਨੂੰ ਬਲੈਸਿੰਗ ਜਿਹਾ ਹੀ ਮਹਿਸੂਸ ਹੋ ਰਿਹਾ ਹੈ, ਬਿਕੋਜ਼ ਨਾਓ ਗੁੱਗੀ ਸਰ ਮੇਕਸ ਫਨ ਆਫ ਮੀ ਦੈਟ ਆਈ, ਬਟ ਅਰਦਾਸ ਦਾ ਪਾਰਟ ਬਣਨਾ ਹੀ ਬਲੈਸਿੰਗ ਹੈ। ਜਿਵੇਂ ਸਾਨੂੰ ਪਤਾ ਹੈ ਇਹ ਡਿਫਰੈਂਟ ਕਾਇੰਡ ਆਫ ਫਿਲਮ ਹੈ, ਇਹ ਕਮਰਸ਼ੀਅਲੀ ਸਕਸੈਸ ਅਤੇ ਐਂਟਰਟੇਨਮੈਂਟ ਉਹ ਇਹਦਾ ਪਰਸਪੈਕਟਿਵ ਨਹੀਂ ਹੁੰਦਾ ਆ। ਇਸਦਾ ਮੈਸੇਜ ਹੁੰਦਾ ਆ ਇੱਕ ਅੱਛਾ ਮੈਸੇਜ ਦੇਣਾ ਅਤੇ ਆਪਣੀ ਵੈਲਿਊਜ਼, ਆਪਣੇ ਮੋਰਲ, ਆਪਣੇ ਲੈਂਡ ਤੋਂ ਦੇ ਨਾਲ ਜੋੜਨਾ, ਅਤੇ ਮੈਨੂੰ ਲੱਗਦਾ ਮੇਰੇ ਲਈ ਬਹੁਤ ਬਹੁਤ ਵੱਡੀ ਅਪੋਰਚੁਨਿਟੀ ਹੈ। ਇਸ ਪਲੇਟਫਾਰਮ ਤੱਕ ਪਹੁੰਚਣ ਵਾਸਤੇ ਕਿੰਨੀ ਕੁ ਮਿਹਨਤ ਕੀਤੀ? ਜਦੋਂ ਸਕੂਲ 'ਚ ਸੀ, ਕਾਲਜ 'ਚ ਹੁੰਦਾ ਇਨਸਾਨ, ਉਹ ਸੋਚਦਾ ਮੈਂ ਤਾਂ IAS ਬਣਨਾ, ਮੈਂ ਤਾਂ PCS ਬਣਨਾ, ਮੈਂ ਤਾਂ ਜੱਜ ਲੱਗਣਾ, ਕਦੇ ਸੋਚਿਆ ਸੀ ਕਿ ਫਿਲਮੀ ਸਿਨੇਮੇ 'ਚ ਜਾਂ ਇਸ ਜਗਤ 'ਚ ਆਉਣਾ? ਨਹੀਂ, ਮੈਂ ਕਦੇ ਵੀ ਨਹੀਂ ਸੋਚਿਆ ਸੀ, ਬਿਕੋਜ਼ ਆਈ ਕਮ ਫਰੋਮ ਅ ਫੈਮਲੀ ਵੇਅਰ ਇਸ ਯੂ ਨੋ ਐਸਾ ਹੈ ਹੀ ਨਹੀਂ। ਆਈ ਕਮ ਫਰੋਮ ਅ ਫੈਮਲੀ ਵੇਅਰ ਮੈਂ ਦਾਦੀ, ਮਾਂ, ਮਾਈ ਮੋਮ, ਐਵਰੀਬਡੀ ਹੈਜ਼ ਬੀਨ ਇਨ ਟੂ ਟੀਚਿੰਗ, ਆਈ ਡਿਡ ਹੋਟਲ ਮੈਨੇਜਮੈਂਟ, ਬਟ ਮੈਨੂੰ ਲੱਗਦਾ ਇਹ ਮੇਰੀ ਨਸੀਬ ਸੀ। ਹੋਇਆ ਕਿਵੇਂ ਸ਼ੁਰੂਆਤ? ਸ਼ੁਰੂਆਤ ਹੋਈ ਦਿੱਲੀ 'ਚ, ਵੇਅਰ ਆਈ ਵਾਜ਼ ਡੂਇੰਗ ਮਾਈ ਟ੍ਰੇਨਿੰਗ ਵਿਦ ਤਾਜ, ਇੱਕ ਬ੍ਰਿਟਿਸ਼ ਫੋਟੋਗ੍ਰਾਫਰ ਸੀਗੇ ਜੇ ਉਹ ਨੋਕੀਆ ਦਾ ਕੈਂਪੇਨ ਸ਼ੂਟ ਕਰਨ ਆਏ ਸੀ, ਉਹਨਾਂ ਨੇ ਮੇਰੇ ਨਾਲ ਕੈਂਪੇਨ ਸ਼ੂਟ ਕੀਤਾ। ਉਸ ਤੋਂ ਬਾਅਦ ਮੈਨੂੰ ਬਹੁਤ ਜ਼ਿਆਦਾ ਅਪੋਰਚੁਨਿਟੀਜ਼ ਮਿਲਣ ਲੱਗ ਪਈਆਂ, ਦੈਨ ਆਈ ਕਨਵਿੰਸਡ ਮਾਈ ਪੇਰੈਂਟਸ ਐਂਡ ਦੈਟ ਇਜ਼ ਹਾਊ ਇਟ ਸਟਾਰਟਡ। ਥੈਂਕ ਯੂ। ਗੁਰਪ੍ਰੀਤ ਘੁੱਗੀ ਕਿਸੇ ਜਾਣਕਾਰੀ ਦਾ ਮੁਹਤਾਜ ਨਹੀਂ। ਜੇਕਰ ਪੰਜਾਬੀ ਦੇ ਫਾਈਨ ਆਰਟਿਸਟ ਦਾ ਜ਼ਿਕਰ ਕਰੀਏ, ਚੰਗੇ ਅਦਾਕਾਰਾਂ ਦਾ ਜ਼ਿਕਰ ਕਰੀਏ ਜਿਹੜੇ ਹਰ ਇੱਕ ਰੋਲ ਨੂੰ ਬਾਖੂਬੀ ਨਿਭਾਉਂਦੇ ਆ, ਗਿੱਪੀ ਗਰੇਵਾਲ ਸਾਹਿਬ ਜਿਸ ਤਰ੍ਹਾਂ ਪ੍ਰੈਸ ਕਾਨਫਰੰਸ ਜ਼ਿਕਰ ਕਰ ਰਹੇ ਸੀ ਕਿ ਗੁਰਮੁਖ ਸਿੰਘ ਦਾ ਰੋਲ ਜੇਕਰ ਕੋਈ ਕਰ ਸਕਦੇ ਸੀ ਔਰ ਚੰਗੇ ਤਰੀਕੇ ਨਾਲ ਕਰ ਸਕਦੇ ਸੀ, ਜਿਨ੍ਹਾਂ ਵਿੱਚੋਂ ਗੁਰਪ੍ਰੀਤ ਘੁੱਗੀ ਮਨਫੀ ਹੋ ਕੇ ਗੁਰਮੁਖ ਸਿੰਘ ਹੀ ਲੱਗਣ,
ਉਹ ਗੁਰਪ੍ਰੀਤ ਘੁੱਗੀ ਦੇ ਹਿੱਸੇ ਆਇਆ ਜਦੋਂ ਏਡੇ ਵੱਡੇ ਮੰਚ 'ਤੇ ਬੈਠ ਕੇ ਏਡੀ ਫਿਰਦੀ ਫਿਲਮ ਸਕਸੈਸ ਦੇਣ ਤੋਂ ਬਾਅਦ ਤੁਹਾਡਾ ਡਾਇਰੈਕਟਰ ਤੁਹਾਡਾ ਪ੍ਰੋਡਿਊਸਰ ਇਹ ਗੱਲ ਕਹੇ ਕਿਵੇਂ ਮਹਿਸੂਸ ਹੁੰਦਾ ਜੀ? ਬੈਨੀਪਾਲ ਸਾਹਿਬ ਧੰਨਵਾਦ ਜੀ। ਔਰ ਚਲੋ ਮੈਨੂੰ ਆਪਣੇ ਤਰੀਕੇ ਨਾਲ ਕਹਾਂ ਨਾ ਵੀ ਕਿੱਦਾਂ, ਜਿੱਦਾਂ ਤੁਸੀਂ ਕਿਹਾ ਗੁਰਪ੍ਰੀਤ ਘੁੱਗੀ ਨੂੰ ਮਨਫੀ ਕਰਨਾ ਅਤੇ ਗੁਰਮੁਖ ਸਿੰਘ ਨੂੰ ਲਿਆਉਣਾ ਜੀ, ਇਹ ਉੱਦਾਂ ਹੀ ਹੈ ਜਿੱਦਾਂ ਕਿਸੇ ਗਰੀਬ ਨੇ ਪਹਿਲਾਂ ਕਰਜ਼ਾ ਲਾਉਣਾ ਹੋਵੇ ਤਾਂ ਫਿਰ ਚਾਰ ਪੈਸੇ ਜੋੜਨੇ ਹੋਣ, ਤਾਂ ਮੇਰੇ 'ਤੇ ਤਾਂ ਇੱਕ ਬਹੁਤ ਵੱਡੀ ਛਾਪ ਇੱਕ ਪੰਡ ਕਮੇਡੀਅਨ ਦੀ ਹੈ ਹੀ ਜੀ, ਔਰ ਰਹੇਗੀ ਵੀ। ਮੈਨੂੰ ਉਹਨੇ ਬਹੁਤ ਮਾਣ ਇੱਜ਼ਤ ਦਿੱਤਾ, ਮੈਨੂੰ ਉਹਦੇ ਨਾਲ ਵੀ ਬਹੁਤ ਪਿਆਰ ਹੈ, ਪਰ ਗੁਰਮੁਖ ਸਿੰਘ ਇਹ ਕਹਿੰਦਾ ਵੀ ਮੈਨੂੰ ਉੱਦਾਂ ਦੀ ਕੋਈ ਇਮੇਜ ਦੇ ਨੇੜਿਓਂ ਵੀ ਨਹੀਂ ਲੰਘਣਾ, ਉਹਦਾ ਪਰਛਾਵਾਂ ਵੀ ਨਹੀਂ ਪੈਣਾ ਚਾਹੀਦਾ ਕਮੇਡੀਅਨ ਦਾ ਮੇਰੇ 'ਤੇ। ਫਿਰ ਗੁਰਮੁਖ ਸਿੰਘ ਨੂੰ ਉਨੀ ਹਿਫਾਜ਼ਤ ਦੇ ਨਾਲ ਪੇਸ਼ ਕਰਨਾ, ਆਡੀਅੰਸ ਤੱਕ ਲੈ ਕੇ ਜਾਣਾ, ਉਹਨੂੰ ਪ੍ਰੋਟੈਕਟ ਕਰਨਾ ਕਿ ਇਹਦੇ ਔਰਾ ਦੇ ਵਿੱਚ ਕਿਤੇ ਡੈਂਟ ਨਾ ਪਵੇ, ਉਹ ਵਾਕਈ ਇੱਕ ਬਹੁਤ ਵੱਡਾ ਚੈਲੇਂਜ ਸੀ। ਔਰ ਸਵੇਰੇ ਅਸੀਂ ਜਦੋਂ ਸੀਨ ਪੜ੍ਹਦੇ ਸੀ, ਪਹਿਲੀ ਅਰਦਾਸ ਵੇਲੇ ਦੀ ਗੱਲ ਕਰਦਾ, ਦੁਹਰਾਉਂਦੇ ਸੀ ਅਸੀਂ ਗਿੱਪੀ ਹੋਣੀ ਬੈਠ ਕੇ, ਮੈਂ ਹਰ ਇੱਕ ਛੋਟੇ ਛੋਟੇ ਨੋਸ਼ਨ 'ਤੇ ਧਿਆਨ ਰੱਖਿਆ ਜਾਂਦਾ ਸੀ ਕਿ ਮੇਰੀ ਕੋਈ ਬੋਡੀ ਲੈਂਗੁਏਜ, ਮੇਰਾ ਕੋਈ ਡਾਇਲੋਗ ਜਾਂ ਮੇਰਾ ਕੋਈ ਅੰਦਾਜ਼ ਇੱਦਾਂ ਦਾ ਤਾਂ ਨਹੀਂ ਜਿਹੜਾ ਇੱਕ ਕਮੇਡੀਅਨ ਨਾਲ ਹੁੰਦਾ ਹੋਵੇ, ਜਾਂ ਜਿਹੜਾ ਮੈਂ ਪਹਿਲਾਂ ਸਕਰੀਨ 'ਤੇ ਕਦੇ ਕਰ ਚੁੱਕਾ ਹੋਵਾਂ। ਜੇ ਮੈਂ ਖੜ੍ਹਾ ਖੜ੍ਹਾ ਕੋਈ ਐਕਸ਼ਨ ਵੀ ਇੱਦਾਂ ਦਾ ਕਰਦਿਆਂ, ਕਾਕਾ ਇੱਧਰ ਆ ਮੇਰੀ ਗੱਲ ਸੁਣ, ਇਹ ਮੈਂ ਫਿਲਮਾਂ 'ਚ ਕਰ ਚੁੱਕਾ, ਇਹ ਗੁਰਪ੍ਰੀਤ ਘੁੱਗੀ ਕਰ ਚੁੱਕਿਆ, ਗੁਰਮੁਖ ਸਿੰਘ ਦਾ ਆਪਣਾ ਇੱਕ ਸਟਾਈਲ ਹੈ, ਐਂ ਖੜ੍ਹਾ ਹੁੰਦਾ ਜਦੋਂ ਕਹਿੰਦੇ ਨਾ ਗੱਲ ਸੁਣੋ ਬੇਟਾ, ਇਹ ਗੁਰਮੁਖ ਸਿੰਘ ਹੈ। ਇੱਕ ਇੱਕ ਨੋਸ਼ਨ ਨੂੰ ਧਿਆਨ 'ਚ ਰੱਖ ਕੇ ਪਰਫੋਰਮ ਕੀਤਾ ਗਿਆ, ਅਤੇ ਉਹ ਕਰੈਕਟਰ ਦੀ ਡਿਜ਼ਾਇਨਿੰਗ ਜਿਹੜੀ ਗਿੱਪੀ ਨੇ ਅਤੇ ਮੈਂ ਬੈਠ ਕੇ ਕੀਤੀ ਸੀ, ਉਸ ਡਿਜ਼ਾਇਨ ਨੂੰ ਬਹੁਤ ਧਿਆਨ 'ਚ ਰੱਖਿਆ ਗਿਆ, ਤਾਂ ਗੁਰਮੁਖ ਸਿੰਘ ਸਕਰੀਨ 'ਤੇ ਆਉਂਦਾ ਜੀ। ਬਹੁਤ ਸਾਰੀਆਂ ਫਿਲਮਾਂ ਤੁਸੀਂ ਕੀਤੀਆਂ ਨੇ, ਪਤਾ ਨਹੀਂ ਕਿੰਨੀਆਂ ਕੁ ਹਾਲੇ ਕਰਨੀਆਂ ਨੇ, ਬਹੁਤ ਵੱਡੇ ਵੱਡੇ ਮੀਲ ਪੱਥਰ ਗੱਡੇ ਆ, ਹਾਲੇ ਹੋਰ ਗੱਡਣੇ ਆ। ਅੱਜ ਤੱਕ ਦੀਆਂ ਫਿਲਮਾਂ 'ਚੋਂ ਤੁਹਾਡਾ ਪਸੰਦੀਦਾ ਸਭ ਤੋਂ ਕਿਹੜਾ ਕਰੈਕਟਰ ਹੈ ਜੀ? ਇਹ ਟੇਢਾ ਸਵਾਲ ਹੈ ਜੀ, ਕਿਉਂਕਿ ਲੱਗਦਾ ਸਿੱਧਾ ਹੀ ਆ, ਕਿਉਂਕਿ ਅਸੀਂ ਬਹੁਤ ਜਦੋਂ ਕੋਸ਼ਿਸ਼ਾਂ ਕਰਦੇ ਹਾਂ ਨਾ ਆਪਣੇ ਕੰਮ ਲਈ, ਅਤੇ ਜਿਹੜੀਆਂ ਵਿੱਚ ਚੰਗੀਆਂ ਕੋਸ਼ਿਸ਼ਾਂ ਹੁੰਦੀਆਂ ਨੇ ਉਹ ਹਮੇਸ਼ਾ ਤੁਹਾਡੇ ਧੁਰ ਅੰਦਰ ਤੱਕ ਰਹਿੰਦੀਆਂ। ਹਾਂ, ਜੇ ਤੁਸੀਂ ਮੈਨੂੰ ਇੱਕ ਕਹੋ, ਅਤੇ ਮੈਂ ਅੱਗੇ ਵੀ ਕਹਿ ਚੁੱਕਾ ਕਿ ਉਸ ਤੋਂ ਬਾਅਦ ਅਰਦਾਸ ਕਰਾਂ ਵੀ ਆਈ, ਮੈਜਿਕ ਸਿੰਘ ਵੀ ਕੀਤਾ, ਇਹ ਅਜੇ ਸਾਹਮਣੇ ਆਉਣਾ ਜਿਹੜਾ ਗੁਰਮੁਖ ਸਿੰਘ, ਪਰ ਜਿਹੜਾ ਮਾਸਟਰ ਗੁਰਮੁਖ ਸਿੰਘ ਹੈ ਨਾ, ਉਹ ਮੇਰਾ ਆਪਣੀ ਜ਼ਿੰਦਗੀ ਦਾ ਹਾਸਲ ਹੈ। ਮੈਨੂੰ ਲੱਗਦਾ ਕਿ ਉਹ ਮੇਰੇ ਅੰਦਰ ਉਹ ਕਰੈਕਟਰ ਅੱਜ ਵੀ 8 ਸਾਲ ਬਾਅਦ ਵੀ ਹੈ ਔਰ ਹਮੇਸ਼ਾ ਰਹੇਗਾ। ਗੁਰਮੁਖ ਸਿੰਘ ਮੇਰੇ ਅੰਦਰ ਕੋਈ ਇੱਕ ਵੈਕਿਊਮ ਸੀ, ਬਤੌਰ ਕਲਾਕਾਰ ਕਹਿ ਲਓ ਜਾਂ ਬਤੌਰ ਪੰਜਾਬੀ, ਜਾਂ ਮੇਰੇ ਅੰਦਰ ਦੀ ਕੋਈ ਖਲਾਅ ਸੀ ਜਿਹੜਾ ਨਾ, ਉਹ ਗੁਰਮੁਖ ਸਿੰਘ ਨੇ ਭਰਿਆ ਸੀ ਔਰ ਉਹ ਹਮੇਸ਼ਾ ਮੇਰੇ ਅੰਦਰ ਰਹੇਗਾ। ਗਰੇਵਾਲ ਸਾਹਿਬ, ਬਹੁਤ ਸਾਰੀਆਂ ਫਿਲਮਾਂ ਪੰਜਾਬੀ ਦੀਆਂ, ਜੇ ਵੱਡੀਆਂ ਫਿਲਮਾਂ ਦਾ ਜ਼ਿਕਰ ਕਰੀਏ, ਉਹ ਗਿੱਪੀ ਗਰੇਵਾਲ ਦੇ ਹਿੱਸੇ ਆਈਆਂ ਨੇ, ਅਤੇ ਇਹਦੇ ਵਾਸਤੇ ਬਾਕੀਆਂ ਨਾਲੋਂ ਵੱਖਰਾ ਤੁਸੀਂ ਕੀ ਕਰਦੇ ਹੋ ਤਾਂ ਕਿ ਤੁਹਾਡੀ ਫਿਲਮ ਮੰਜੇ ਬਿਸਤਰੇ, ਦੇਖੋ ਉਹ ਸੀਰੀਜ਼ ਚੱਲ ਪਈ, ਕੈਰੀ ਔਨ ਜੱਟਾ ਤੁਸੀਂ ਇੱਕ ਬਣਾਈ, ਬਾਕੀਆਂ ਦੀ ਮਜਬੂਰੀ ਬਣ ਗਈ, ਤੁਸੀਂ ਅਰਦਾਸ ਬਣਾਈ ਬਾਕੀਆਂ ਨੂੰ, ਭਾਵੇਂ ਅਰਦਾਸ ਨਾ ਤਾਂ ਨਹੀਂ ਨਸੀਬ ਹੋਇਆ, ਪਰ ਉਹਨਾਂ ਨੇ ਕਸਰ ਕੋਈ ਨਹੀਂ ਛੱਡੀ ਉਸ ਤਰ੍ਹਾਂ ਦੀ ਬਣਾਉਣ ਦੀ, ਫਰਾਰ ਬਣਾਈ। ਆਮ ਤੌਰ 'ਤੇ ਮੈਂ ਵੇਖਿਆ ਕਿ ਪੰਜਾਬੀ ਦੇ ਵਿੱਚ ਜਿਹੜੀਆਂ ਇਸ ਤਰ੍ਹਾਂ ਦੀਆਂ ਐਕਸ਼ਨ ਫਿਲਮਾਂ ਬਹੁਤ ਘੱਟ ਬਣਦੀਆਂ ਨੇ, ਉਹਦੇ ਤੋਂ ਬਾਅਦ ਕਿਉਂਕਿ ਸਿਹਰਾ ਤੁਹਾਨੂੰ ਜਾਂਦਾ, ਇਹਦੇ ਵਾਸਤੇ ਕਿੰਨਾ ਕੁ ਤੁਹਾਨੂੰ ਮਿਹਨਤ ਜਾਂ ਬਾਕੀਆਂ ਨਾਲੋਂ ਵੱਖਰਾ ਕੀ ਕੁਛ ਕਰਨਾ ਪੈਂਦਾ? ਐਕਚੁਲੀ ਭਾਅ ਜੀ, ਮੈਨੂੰ ਇੱਦਾਂ ਲੱਗਦਾ ਕਿ ਇਹ ਸਾਰੇ ਹੀ ਮਿਹਨਤ ਕਰਦੇ ਨੇ, ਹਰ ਬੰਦਾ ਵਧੀਆ ਫਿਲਮ ਬਣਾਉਣ ਦੀ ਕੋਸ਼ਿਸ਼ ਕਰਦਾ। ਕਈ ਵਾਰੀ ਕੀ ਹੁੰਦਾ ਕਿ ਚੀਜ਼ ਫਿੱਟ ਬੈਠ ਜਾਂਦੀ ਹੈ, ਅਸੀਂ ਵੀ ਕਈ ਫਿਲਮਾਂ ਬਣਾਈਆਂ, ਕਈ ਫਿਲਮਾਂ ਨਹੀਂ ਵਰਕ ਕੀਤੀਆਂ, ਪਰ ਬਾਬੇ ਦੀ ਕਿਰਪਾ ਦੇ ਨਾਲ ਮੈਨੂੰ ਯਾਦ ਆ ਜਦੋਂ ਕੈਰੀ ਔਨ ਜੱਟਾ ਬਣਾਈ, ਉਹ ਸਾਡਾ ਜਿਹੜਾ ਪ੍ਰੋਡਕਸ਼ਨ ਉਹ ਸੀ ਗੁਰਫਤਿਹ ਫਿਲਮ ਛਿੰਦੇ ਦੇ ਨਾਂ 'ਤੇ, ਉਹਦੇ 'ਚ ਪਹਿਲੀ ਫਿਲਮ ਸੀਗੀ ਉਹ, ਅਤੇ ਉਹ ਐਸੀ ਕਿਰਪਾ ਹੋਈ ਫਿਲਮ ਦੀ ਕਿ ਪਹਿਲੀ ਉਹ ਫਿਲਮ ਚੱਲ ਪਈ ਅਤੇ ਅਸੀਂ ਪ੍ਰੋਡਿਊਸਰ ਐਸਟੈਬਲਿਸ਼ ਹੋ ਗਏ। ਉਸ ਤੋਂ ਬਾਅਦ ਫਿਲਮ ਲੱਕੀ ਦੀਆਂ ਲੱਕੀ ਸਟੋਰੀ ਬਣਾਈ, ਉਹ ਵੀ ਚੱਲ ਗਈ। ਸੋ ਬੈਕ ਟੂ ਬੈਕ ਸਿੰਘ ਵਰਸਸ ਕੌਰ ਬਣਾਈ, ਉਹ ਹਿੱਟ ਹੋ ਗਈ। ਸੋ ਸਾਰੀਆਂ ਫਿਲਮਾਂ ਹਿੱਟ ਹੋ ਗਈਆਂ, ਉਹਦੇ ਕਰਕੇ ਪ੍ਰੋਡਕਸ਼ਨ ਦਾ ਥੋੜ੍ਹਾ ਹਿਸਾਬ ਵੀ ਆ ਜਾਂਦਾ, ਆਲੇ ਦੁਆਲੇ ਕਹਿਣ ਲੱਗਦੇ ਕਿ ਯਾਰ ਇਹਨਾਂ ਨੂੰ ਇਹ ਰੈਗੂਲਰ ਫਿਲਮਾਂ ਬਣਾ ਰਹੇ ਨੇ। ਅਸੀਂ ਵੀ ਸਿਰਫ ਇਹ ਸੀਗਾ ਕਿ ਮੈਨੂੰ ਲੱਗਦਾ ਕਿ ਅਸੀਂ ਪੈਰ ਛੱਡਣ ਨਾਲੋਂ
ਮਿਹਨਤ ਵਾਲੇ ਪਾਸੇ ਨੂੰ ਜ਼ਿਆਦਾ ਹੋ ਲਏ ਵੀ ਯਾਰ ਆਪਾਂ ਕਰ ਲਈਏ ਹੁਣ ਮਸਾਂ ਮਸਾਂ ਬਾਬੇ ਨੇ ਦਿੱਤਾ ਆਪਾਂ ਆਹ ਵੀ ਸਿੱਖ ਲਈਏ ਆਪਾਂ ਉਹ ਵੀ ਸਿੱਖ ਲਈਏ। ਅਸੀਂ ਔਨ ਗਰਾਊਂਡ ਆ ਕੇ ਕੰਮ ਸਿੱਖਿਆ ਬਹੁਤ ਆ, ਮਤਲਬ ਮੇਰੀ ਪੂਰੀ ਟੀਮ ਨੇ, ਚਾਹੇ ਪ੍ਰੋਡਕਸ਼ਨ ਦਾ ਕੰਮ ਹੋਵੇ ਕੋਈ ਵੀ ਚੀਜ਼ ਹੋਵੇ ਅਸੀਂ ਏ ਟੂ ਜ਼ੀ ਆਪ ਕੀਤੀ। ਅਦਰਵਾਈਜ਼ ਭਾਅ ਜੀ ਜਿਹੜੀ ਅਰਦਾਸ ਸਰਬੱਤ ਦੇ ਭਲੇ ਦੀ ਫਿਲਮ ਹੈ, ਇਹ ਫਿਲਮ ਬਣੀ ਨਹੀਂ ਸੀ ਸਕਦੀ ਜੇ ਤੁਹਾਡੀ ਪ੍ਰੋਡਕਸ਼ਨ ਦੀ ਟੀਮ ਸਟਰੋਂਗ ਨਾ ਹੋਵੇ, ਕਿਉਂਕਿ ਇਕੱਲੇ ਪੰਜਾਬ 'ਚ ਸ਼ੂਟ ਨਹੀਂ ਸੀ, ਰਾਜਸਥਾਨ, ਆਂਧਰਾ ਪ੍ਰਦੇਸ਼, ਕਰਨਾਟਕ, ਪਤਾ ਨਹੀਂ ਕਿੱਥੇ ਕਿੱਥੇ ਅਸੀਂ ਜਾ ਕੇ ਮਹਾਰਾਸ਼ਟਰ ਤੱਕ ਪਹੁੰਚੇ ਹਾਂ ਅਸੀਂ। ਸੋ ਸਾਰੇ ਰਾਹਾਂ ਦੇ ਵਿੱਚ ਸਾਰੀਆਂ ਪਰਮਿਸ਼ਨਾਂ ਲੈ ਕੇ ਹਰ ਜਗ੍ਹਾ 'ਤੇ ਪ੍ਰੋਪਰ ਸ਼ੂਟ ਕਰਨੀ ਪ੍ਰੋਪਰ ਚੀਜ਼ਾਂ ਦੇ ਨਾਲ, ਉਹ ਬਹੁਤ ਔਖਾ ਅਟੈਂਪਟ ਸੀਗਾ। ਉਹ ਪ੍ਰੋਡਕਟ ਟੀਮ ਸਟਰੋਂਗ ਸੀ ਤਾਂ ਅਸੀਂ ਇਹ ਅਟੈਂਪਟ ਕਰ ਪਾਏ, ਅਦਰਵਾਈਜ਼ ਸ਼ਾਇਦ ਕਈ ਵਾਰੀ ਕੀ ਹੁੰਦਾ ਕਿ ਸਕ੍ਰਿਪਟਾਂ ਸਾਡੇ ਕੋਲ, ਇੱਕ ਸਕ੍ਰਿਪਟ ਪਈ ਆ ਬੜੇ ਸਾਲਾਂ ਤੋਂ, ਮੈਂ ਉਹ ਫਿਲਮ ਨੂੰ ਬਣਾਉਣ ਦੀ ਕੋਸ਼ਿਸ਼ ਕਰ ਰਿਹਾ, ਮੈਂ ਜ਼ੋਰ ਲਾਇਆ ਪਿਆ ਵਾ, ਹੁਣ ਜਾ ਕੇ ਉਹ ਸਾਡੀ ਅੱਗੇ ਸ਼ੁਰੂ ਹੋ ਰਹੀ ਆ ਫਿਲਮ, ਅਤੇ ਮੈਨੂੰ ਆ ਕੇ ਯਾਰ ਹੋਵੇ। ਉਹ ਕੀ ਆ ਕਿ ਕਈ ਵਾਰੀ ਚੀਜ਼ਾਂ ਹੀ ਇਕੱਠੀਆਂ ਕਰਨੀਆਂ ਵੱਡੀ ਫਿਲਮ ਦੇ ਲਈ ਔਖੀਆਂ ਹੋ ਜਾਂਦੀਆਂ। ਗਰੇਵਾਲ ਸਾਹਿਬ ਇੱਕ ਹੋਰ ਦੱਸਿਓ, ਕਿਉਂਕਿ ਆਪਾਂ ਆਖਰੀ ਸਵਾਲ ਵੱਲ ਹੀ ਕਰਾਂਗੇ, ਕਿਉਂਕਿ ਮੈਨੂੰ ਪਤਾ ਕਿ ਕਾਫ਼ੀ ਰੁਝੇਵੇਂ ਨੇ। ਕਈ ਸਟੋਰੀਆਂ ਤੁਹਾਡੇ ਕੋਲ ਵੀ ਆਉਂਦੀਆਂ ਹੋਣਗੀਆਂ, ਉਹ ਤੁਹਾਨੂੰ ਬਹੁਤ ਵਧੀਆ ਲੱਗਦੀਆਂ ਨੇ, ਪਰ ਜਦੋਂ ਫਿਲਮ ਬਣਦੀ ਹੈ ਉਹ ਸਟੋਰੀ ਜਿੰਨੀ ਵਧੀਆ ਲੱਗਦੀ ਹੈ ਉਹੋ ਜਿਹੀ ਫਿਲਮ ਨਹੀਂ ਬਣਦੀ। ਪਰ ਕਈ ਵਾਰੀ ਲੱਗਦਾ ਕਿ ਸਟੋਰੀ ਠੀਕ ਠਾਕ, ਆਪਣਾ ਗੀਤਾਂ 'ਚ ਵੀ ਦੇਖਦੇ ਹਾਂ, ਪਰ ਬਣ ਕੇ ਚੀਜ਼ ਆਉਂਦੀ ਹੈ ਜਦ ਬਹੁਤ ਵਧੀਆ ਬਣਦੀ ਹੈ, ਇਹ ਹੋਇਆ ਕਦੇ ਜਾਂ ਇਸ ਫਿਲਮ ਦੇ ਵਿੱਚ ਜੋ ਸਟੋਰੀ ਸੀ ਉਹਦੇ ਨਾਲ ਵਧੀਆ ਬਣੀ ਹੈ ਜੀ, ਜਾਂ ਕਿਵੇਂ ਹੈ? ਭਾਅ ਜੀ ਦੇਖੋ, ਮੈਂ ਤੁਹਾਨੂੰ ਦੱਸਾਂ ਕਿ ਕਦੇ ਵੀ ਜਿਹੜੀ ਸਟੋਰੀ ਨਹੀਂ ਵਧੀਆ ਉਹਦੇ 'ਤੇ ਪੈਸੇ ਨਹੀਂ ਲੱਗਦੇ। ਜਦੋਂ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਈ, ਜਦੋਂ ਕਹਾਣੀ ਸੁਣਨ 'ਚ ਨਹੀਂ ਵਧੀਆ ਲੱਗੀ ਉਹ ਕਿਸੇ ਨੇ ਨਹੀਂ ਬਣਾਉਣੀ ਉਹਦੇ ਪੈਸੇ। ਹਮੇਸ਼ਾ ਜਦੋਂ ਸੁਣਦੇ ਹਾਂ ਜਿਹੜੀ ਕਹਾਣੀ ਬਣਨ ਲੱਗਦੀ ਹੈ ਨਾ, ਉਹ ਵਧੀਆ ਹੀ ਹੁੰਦੀ ਆ, ਉਹ ਬਣਦੀ ਬਣਦੀ ਬਹੁਤ ਵਧੀਆ ਬਣਦੀ ਆ, ਬਣਦੀ ਬਣਦੀ ਐਵਰੇਜ ਬਣਦੀ ਆ, ਬਣਦੀ ਬਣਦੀ ਖਰਾਬ ਹੋ ਜਾਂਦੀ ਆ। ਠੀਕ ਆ, ਇਹ ਡਿਪੈਂਡ ਕਰਦਾ ਕਿ ਬੰਦੇ ਨੇ ਬਣਾਈ ਕਿੱਦਾਂ ਵਾ। ਸੋ ਮੈਨੂੰ ਇੱਦਾਂ ਲੱਗਦਾ, ਬਾਕੀ ਜੇ ਅਸੀਂ ਆਪਦੀ ਫਿਲਮ ਦੀ ਗੱਲ ਕਰੀਏ, ਹੁਣ ਅਸੀਂ ਆਪਣੀ ਫਿਲਮ ਨੂੰ, ਕਿਉਂਕਿ ਹਲੇ ਲੋਕਾਂ ਨੇ ਦੇਖੀ ਨਹੀਂ, ਮੈਂ ਪਹਿਲਾਂ ਹੀ ਇਹ ਗੱਲ ਕਹਾਂਗੇ ਜੀ, ਅਸੀਂ 100% ਸੋਚਦੇ ਹਾਂ ਜੀ 500 ਬਣਾ ਲਈ, ਮੈਨੂੰ ਲੱਗਦਾ ਜੋ ਅਸੀਂ ਸੋਚਦੇ ਸੀ ਅਸੀਂ ਉਹੀ ਬਣਾਇਆ ਵਾ। ਠੀਕ ਉਸ ਤਰ੍ਹਾਂ, ਹਾਂ, ਜੋ ਅਸੀਂ ਸੋਚਦੇ ਸੀ, ਜੋ ਅਸੀਂ ਅਟੈਂਪਟ ਸੋਚਿਆ ਸੀ ਕਿ ਯਾਰ ਆਹ ਕਹਾਣੀ ਇੱਦਾਂ ਹੋਣੀ ਚਾਹੀਦੀ ਆ, ਇੱਦਾਂ ਨਿਕਲਣੀ ਚਾਹੀਦੀ ਆ, ਟੱਚ ਵੁੱਡ ਉਹ ਉੱਦਾਂ ਹੀ ਨਿਕਲੀ ਆ। ਮੈਂ ਬਾਕੀ ਘੁੱਗੀ ਭਾਅ ਜੀ ਨੂੰ ਤੁਸੀਂ ਪੁੱਛੋ, ਮੈਂ ਇਹਨਾਂ ਨੂੰ, ਕਿਉਂਕਿ ਮੈਂ ਬਣਾਈ ਜਦੋਂ ਐਜ਼ ਆ ਡਾਇਰੈਕਟਰ, ਫਿਰ ਮੈਂ ਇਹਨਾਂ ਨੂੰ ਦਿਖਾਈ ਵੀ ਤੁਹਾਨੂੰ ਮੈਂ ਜੋ ਸੁਣਾਇਆ ਸੀ ਦੇਖਿਓ ਤਾਂ ਉਹੀ ਆ। ਉਸ ਤਰ੍ਹਾਂ ਦੀ ਹੈਗੀ ਜੀ? ਨਹੀਂ, ਉਸ ਤੋਂ ਜ਼ਿਆਦਾ ਵਧੀਆ ਜੀ, ਕਿਉਂਕਿ ਜਦੋਂ ਮੈਂ ਸੁਣਦਾ ਨਾ ਅਤੇ ਕਹਾਣੀ ਪੜ੍ਹ ਲਈ, ਸੁਣ ਲਈ, ਉਸ ਤੋਂ ਬਾਅਦ ਮੇਰੇ ਜਦੋਂ ਗਿੱਪੀ ਦੂਜੀ ਵਾਰੀ ਸੁਣਾਵੇ, ਤੀਜੀ ਵਾਰੀ ਸੁਣਾਵੇ, ਬਹੁਤ ਸਾਰੀਆਂ ਗੱਲਾਂ ਮੇਰੇ ਸਿਰ ਤੋਂ ਲੰਘਦੀਆਂ ਜਾਂਦੀਆਂ, ਕਿਉਂ ਮੇਰਾ ਫੋਕਸ ਗੁਰਮੁਖ ਸਿੰਘ 'ਤੇ ਸ਼ੁਰੂ ਹੋ ਜਾਂਦਾ, ਕਈ ਚੀਜ਼ਾਂ ਮੇਰੇ ਲਾਗੋਂ ਲੰਘ ਜਾਂਦੀਆਂ, ਮੈਂ ਵਾਪਸ ਜਾਂਦਾ ਵੀ ਗਿੱਪੀ ਨੇ ਇੱਥੇ ਕੀ ਸੁਣਾਇਆ ਸੀ। ਮੈਂ ਇੰਨਾ ਕੁ ਆਪਣੇ ਕੰਮ 'ਤੇ ਕੇਂਦਰਿਤ ਹੋ ਜਾਂਦਾ, ਪਰ ਜਦੋਂ ਮੈਂ ਫਿਲਮ ਦੇਖਦਾ ਨਾ, ਜਿਹੜੇ ਦੂਜੇ ਪਾਤਰ ਉੱਭਰ ਕੇ ਆਉਂਦੇ ਨੇ ਫਿਲਮ ਦੀ ਨਿਟਿੰਗ, ਕਿਉਂਕਿ ਮੈਂ ਆਸ਼ਿਕ ਹਾਂ ਸਕਰੀਨ ਪਲੇ ਦਾ, ਸਿਨੇਮਾ ਇਜ਼ ਆਲ ਅਬਾਊਟ ਸਕਰੀਨ ਪਲੇ। ਠੀਕ ਹੈ ਨਾ, ਸਾਡੀ ਪੰਜਾਬੀ ਫਿਲਮ ਇੰਡਸਟਰੀ 'ਚ ਬਹੁਤ ਵੱਡੀ ਟ੍ਰੈਜਡੀ ਹੈ, ਲੋਕਾਂ ਨੂੰ ਪਤਾ ਹੀ ਨਹੀਂ ਸਕਰੀਨ ਪਲੇ ਹੁੰਦਾ ਕੀ ਹੈ। ਬਹੁਤ ਸਾਰੇ ਲੋਕਾਂ ਨੂੰ, ਜਿਨ੍ਹਾਂ ਨੂੰ ਪਤਾ ਉਹਨਾਂ ਨੂੰ ਤਾਂ 100 ਵਾਰ ਸਲਾਮ ਹੈ ਕਿ ਸੋਹਣੀ ਫਿਲਮ ਬਣਾਉਂਦੇ ਨੇ ਉਹ, ਪਰ ਮੋਸਟਲੀ ਲੋਕਾਂ ਨੂੰ ਲੱਗਦਾ ਕਿ ਇੱਕ ਸਕ੍ਰਿਪਟ ਲੈ ਲਈ, ਡਾਇਲੋਗ ਜਿਹੜਾ ਲਿਖਿਆ ਨਾ, ਇਹ ਸਮਝਦੇ ਕਿ ਫਿਲਮ ਲਿਖੀ ਗਈ। ਨਹੀਂ ਨਹੀਂ ਨਹੀਂ, ਪਹਿਲੋਂ ਕਹਾਣੀ ਹੈ, ਕਹਾਣੀ ਜਿਹੜੀ ਹੈ ਉਹ ਇੱਕ ਬੇਸਿਕ ਚੀਜ਼ ਹੈ, ਡਾਇਲੋਗ ਜਿਹੜਾ ਉਹ ਜਿਹੜੀ ਡਿਲੀਵਰੀ ਹੈ ਵਿੱਚ, ਜਿਹੜਾ ਨਾ ਸਕਰੀਨ ਪਲੇ, ਉਹ ਪਿਓ ਹੈ ਫਿਲਮ ਦਾ, ਉਹ ਲੋਕ ਮਿਸਿੰਗ ਕਰ ਜਾਂਦੇ ਆ। ਹੁਣ ਜਦੋਂ ਗਿੱਪੀ ਦੀ ਇੱਦਾਂ ਫਿਲਮਾਂ ਦੇਖਦਾ, ਫਿਰ ਮੈਨੂੰ ਲੱਗਦਾ ਕਿ ਯਾਰ ਕਿਆ ਬਾਤ ਹੈ। ਸੋ ਮੈਨੂੰ ਲੱਗਦਾ ਕਿ ਜਿੱਦਾਂ ਦੀ ਮੈਂ ਸੋਚੀ ਸੀ ਉਸ ਤੋਂ ਜ਼ਿਆਦਾ ਵਧੀਆ ਫਿਲਮ ਬਣ ਕੇ ਸਾਹਮਣੇ ਆਈ ਹੈ, ਅਤੇ ਤਾਂ ਹੀ ਜੀ ਕਰਦਾ ਵੀ ਕੁਛ ਪਬਲਿਸਿਟੀ ਲਈ ਜਾਂ ਇਹਦੇ ਪ੍ਰਮੋਸ਼ਨ ਲਈ ਕੋਈ ਐਸਾ ਕੰਮ ਰਹੇ ਨਾ ਜਿਹੜਾ ਸਾਨੂੰ ਮਨ ਨੂੰ ਰਹੇ ਵੀ ਅਸੀਂ ਉੱਥੇ ਨਹੀਂ। ਹਾਂਜੀ ਹਾਂਜੀ, ਗਰੇਵਾਲ ਸਾਹਿਬ ਨੇ ਨਾ ਬਹੁਤ ਸਾਰੇ ਮੇਲ ਅਤੇ ਫੀਮੇਲ ਚਿਹਰੇ ਪਹਿਲੀ ਵਾਰੀ ਲਿਆਉਂਦੇ ਆ, ਅਤੇ ਅੱਜ ਬਹੁਤ ਵੱਡੇ ਵੱਡੇ ਸਟਾਰ ਨੇ, ਮੈਂ ਕਹਿੰਦਾ ਸੁਪਰ ਸਟਾਰ ਨੇ। ਇਹ ਗੱਲ, ਇਹ ਵੀ ਗਿੱਪੀ ਗਰੇਵਾਲ ਨੂੰ ਸਿਹਰਾ ਜਾਂਦਾ ਅਤੇ ਤੁਹਾਡੇ ਨਾਲ ਵੀ ਇਹ ਗੱਲ ਜੁੜਦੀ ਹੈ ਜੀ?
ਆਈ ਹੋਪ ਜੁੜੇ, ਬਹੁਤ ਮਿਹਨਤ ਲੱਗ ਰਹੀ ਹੈ ਅਤੇ ਓਨੈਸਟ ਐਫਰਟ ਹੈ, ਐਂਡ ਆਈ ਹੋਪ ਹੋਏ ਹੋ ਜਾ ਤੁਹਾਡੇ ਮੁੱਚ ਕੀ ਸ਼ੱਕਰ। ਥੈਂਕ ਯੂ, ਥੈਂਕ ਯੂ ਬਾਜੀ, ਥੈਂਕ ਯੂ, ਥੈਂਕ ਯੂ, ਸ਼ੁਕਰੀਆ ਬੈਨੀ ਬਾਜੀ, ਮਿਹਰਬਾਨੀ ਜੀ, ਥੈਂਕ ਯੂ ਬਾਜੀ, ਥੈਂਕ ਯੂ। ਪਹਿਲਾਂ ਤਾਂ ਇਹੀ ਹੈ ਕਿ ਇਹ ਜੋ ਵਰਡ ਟੈਂਪ ਇਜ਼ ਰੋਂਗ, ਹਾਂ ਹਾਂ, ਵੈਰੀ ਬੈਡ, ਸੌਰੀ ਟੂ ਟੈਲ ਯੂ, ਵੀ ਨੂੰ ਵੀ ਲੱਗਿਆ ਤਾਂ ਪਾਣੀ ਦੀ ਜੋ ਹੈ ਜਿਹੜੀ ਅਸੀਂ ਅਰਦਾਸ ਫਿਲਮ ਬਣਾਉਂਦੇ ਹਾਂ, ਅਸੀਂ ਕਦੀ ਚੈਂਪ ਕਰਕੇ ਫਿਲਮ ਹੀ ਨਹੀਂ ਬਣਾਈ, ਕਦੀ ਨਹੀਂ। ਇਹ ਕਹਿ ਲਓ ਅਸੀਂ ਆਪਣਾ ਦਿਲ ਕੱਢ ਕੇ ਰੱਖ ਦਿੰਦਾ, ਦੈਟ ਇਜ਼ ਦ ਡਿਫਰੈਂਸ ਹੈ ਨਾ। ਸੋ ਇਹ ਜੋ ਪਾਰਟ 3 ਹੈ, ਸੋ ਪਹਿਲਾਂ ਤਾਂ ਇਹੀ ਹੈ ਕਿ ਇਹ ਪਹਿਲੀਆਂ ਦੋ ਜੋ ਆਈਆਂ ਨੇ ਅਰਦਾਸ, ਉਹਦੇ ਤੋਂ ਡਿਫਰੈਂਟ ਕਿਵੇਂ ਹੋਣ ਵਾਲਾ, ਬਿਕਾਜ਼ ਵੀ ਨੀਡ ਟੂ ਹੈਵ ਸਮਥਿੰਗ, ਅਸੀਂ ਕੀ ਸ਼ੇਅਰ ਕਰੀਏ ਵੀ ਇਹਦੇ 'ਚ ਇਹ ਵੱਖਰਾ ਹੋਣਾ, ਦਿਸ ਇਜ਼ ਵਨ ਥਿੰਗ। ਦੂਜੀ ਗੱਲ ਇਹ ਹੈ ਕਿ ਅੱਜ ਕੱਲ੍ਹ ਤੁਸੀਂ ਦੇਖਿਆ ਹੋਣਾ ਜੋ ਬਾਕਸ ਆਫਿਸ ਹੈ, ਫਿਲਮਾਂ ਕੋਈ ਬਹੁਤੀਆਂ ਨਹੀਂ ਚੱਲ ਰਹੀਆਂ, ਬਹੁਤ ਦੇਖੋ ਮੈਂ ਤੁਹਾਨੂੰ ਪਹਿਲਾਂ ਇੱਕ ਗੱਲ ਦੱਸਾਂ, ਟੋਟਲ ਰੇਸ਼ੋ ਕੱਢੋ, ਬਾਕਸ ਆਫਿਸ ਤੁਹਾਡੇ ਕੋਲ ਹੈ ਨਹੀਂ ਹਾਲੇ, ਤੁਸੀਂ ਆਪਾਂ ਕਿੱਥੋਂ ਆਈਡੀਆ ਚੱਕਦੇ ਹਾਂ ਵੀ ਕੰਪੇਅਰ ਕਿਸ ਚੀਜ਼ ਨਾਲ ਕਰਦੇ ਹਾਂ। ਤੁਸੀਂ ਇਹ ਰੇਸ਼ੋ ਕੱਢੋ ਕਿ ਕਿਹੜੀ ਇੰਡਸਟਰੀ ਦੀਆਂ ਕਿੰਨੀਆਂ ਫਿਲਮਾਂ ਆਈਆਂ, ਉਹਦੇ 'ਚੋਂ ਕਿੰਨੀਆਂ ਸਕਸੈਸਫੁਲ ਨੇ, ਠੀਕ ਹੈ। ਔਰ ਹਰ ਫਿਲਮ ਦਾ ਇੱਕ ਪੈਰਾਮੀਟਰ ਹੁੰਦਾ, ਤੁਸੀਂ ਪਿਛਲੇ ਚਲੇ ਜਾਓ, ਹੁਣ ਤਾਂ ਫਿਲਮ ਆਪਣੀਆਂ ਬਹੁਤ ਵੱਡੀਆਂ ਵੱਡੀਆਂ ਆਉਣ ਲੱਗ ਗਈਆਂ, 100-100 ਕਰੋੜ ਦੇ ਆਪਾਂ ਟੀਚੇ ਪਾਰ ਕੀਤੇ ਨੇ, ਉਹ ਵੀ ਇੱਕ ਥੋੜ੍ਹੇ ਜਿਹੇ ਟਾਈਮ 'ਚ ਦੋ ਫਿਲਮਾਂ ਨੇ ਪਾਰ ਕਰਤੇ, ਉਸ ਤੋਂ ਬਿਨਾਂ ਵੀ 40-40, 50-50, 60-60 ਕਰੋੜ ਵਾਲੀਆਂ ਫਿਲਮਾਂ ਵੀ ਬਹੁਤ ਆ ਗਈਆਂ। ਅੱਗੇ ਕੀ ਹੁੰਦਾ ਸੀ, ਅੱਗੇ ਕਿਤੇ ਸਾਲਾਂ ਬਾਅਦ ਇੱਕ ਫਿਲਮ ਹੁੰਦੀ ਸੀ ਜਿਹੜੀ 25-30 ਕਰੋੜ, 40 ਕਰੋੜ ਟੱਚ ਕਰਦੀ ਸੀਗੀ। ਪੰਜਾਬੀ ਫਿਲਮਾਂ ਦਾ ਬਾਕਸ ਆਫਿਸ ਬਹੁਤ ਬੈਟਰ ਹੋ ਰਿਹਾ ਕੰਪੈਰੇਟਿਵਲੀ, ਤੁਸੀਂ ਕੰਪੇਅਰ ਐ ਨਾ ਕਰੋ, ਜੇ ਹੁਣ ਤੁਸੀਂ ਕਹਿੰਦੇ ਹੋ ਸਾਊਥ ਦਾ ਬਾਕਸ ਆਫਿਸ ਬੜਾ ਵੱਡਾ ਹੈ, ਜੇ ਮੈਂ ਤੁਹਾਨੂੰ ਕਹਾਂ ਕਿ ਤੁਸੀਂ 25 ਫਿਲਮਾਂ ਦੇ ਸਾਊਥ ਦੇ ਨਾਂ ਗਣਾ ਦਿਓ, ਤੁਸੀਂ ਗਣਾ ਨਹੀਂ ਸਕਦੇ। ਟੋਟਲ 6-7 ਫਿਲਮਾਂ ਨੇ ਜਿਹੜੀਆਂ ਹਿੰਦੀ 'ਚ ਡੱਬ ਹੋ ਕੇ ਤੁਸੀਂ ਸੁਣ ਲਈਆਂ, ਸਾਰਿਆਂ ਨੇ ਦੇਖ ਲਈਆਂ, ਬਾਹੂਬਲੀ, RRR, ਇਹ 10 ਫਿਲਮਾਂ ਟੋਟਲ ਹੋਣਗੀਆਂ। ਸੋ ਬਾਕਸ ਆਫਿਸ ਪੰਜਾਬੀ ਫਿਲਮਾਂ ਦਾ ਬੈਟਰ ਹੋ ਰਿਹਾ, ਇਹ ਨਹੀਂ ਕਿਹਾ ਕਿ ਡਰੋਪ ਹੋ ਰਿਹਾ ਵਾ, ਪੰਜਾਬੀ ਇਜ਼ ਅ ਗਰੋਇੰਗ ਇੰਡਸਟਰੀ। ਸੋ ਉਹ ਤੁਸੀਂ ਵਿੱਚ ਨਾ ਕਹੋ ਕਿ ਪੰਜਾਬੀ ਨਹੀਂ। ਔਰ ਮੈਨੂੰ ਕੀ ਲੱਗਦਾ ਹੁੰਦਾ ਹਮੇਸ਼ਾ, ਮੈਂ ਕਹਿੰਦਾ ਕਿ ਆਪਾਂ ਜਿਵੇਂ ਜਦੋਂ ਤੁਸੀਂ ਲਿਖਦੇ ਹੋ, ਜਦੋਂ ਤੁਸੀਂ ਬੋਲਦੇ ਹਾਂ ਆਪਾਂ, ਜਦੋਂ ਆਪਾਂ ਟੋਕ ਕਰਦੇ ਹਾਂ, ਘਰ ਦੇ ਭੇਤ ਆਪਣੇ ਕੋਲ ਨੇ, ਅਸੀਂ ਲੱਗੇ ਹੋਏ ਹਾਂ ਕੰਮ ਦੇ ਉੱਤੇ, ਅਸੀਂ ਜਦੋਂ ਅਟੈਂਪਟ ਕਰਦੇ ਹਾਂ, ਇਹ ਕਿਸੇ ਵੀ ਕਿਤਾਬ 'ਚ ਨਹੀਂ ਲਿਖਿਆ ਵੀ ਅਸੀਂ ਸਾਡੇ ਸਾਰੇ ਸਾਰੀਆਂ ਚੀਜ਼ਾਂ ਸਾਡੀਆਂ ਵਧੀਆ ਹੋਣਗੀਆਂ, ਸਾਰੀਆਂ ਫਿਲਮਾਂ ਸਾਡੀਆਂ ਵਧੀਆ ਹੋਣਗੀਆਂ। ਅਸੀਂ ਜਦੋਂ ਇੱਕ ਫਿਲਮ ਬਣਾਉਂਦੇ ਹਾਂ, ਉਹ ਕਦੇ ਹਿੱਟ ਹੋ ਜਾਂਦੀ ਹੈ, ਕਦੇ ਫਲੋਪ ਹੋ ਜਾਂਦੀ ਆ, ਕਿਤੇ ਫਿਲਮ ਸਭ ਤੋਂ ਬੁਰੀ ਬਣ ਜਾਂਦੀ ਹੈ, ਕਿਤੇ ਫਿਲਮ ਸਭ ਤੋਂ ਚੰਗੀ ਬਣ ਜਾਂਦੀ ਆ। ਬਟ ਮੈਂ ਇਹ ਕਹਿੰਦਾ ਵਾਂ, ਜਦੋਂ ਚੰਗੀ ਫਿਲਮ ਬਣਦੀ ਆ, ਉਦੋਂ ਆਪਾਂ ਸਾਰੇ ਉਹਦਾ ਰੌਲਾ ਪਾਈਏ ਕਿ ਯਾਰ ਆਹ ਫਿਲਮ ਗੁੱਡ ਆ, ਆਹ ਫਿਲਮ ਗੁੱਡ ਆ। ਕਿਉਂਕਿ ਆਪਾਂ ਕਈ ਵਾਰੀ ਮੈਂ ਦੇਖਦਾ ਇੱਥੇ ਆਪਣੇ ਪਿਛਲੇ ਜਿਹੇ ਪਾਸੇ, ਮੇਰੀਆਂ ਨਹੀਂ, ਦੋ ਤਿੰਨ ਹੋਰ ਬੰਦਿਆਂ ਦੀਆਂ ਵੀ ਬਹੁਤ ਵਧੀਆ ਵਧੀਆ ਫਿਲਮਾਂ ਆਈਆਂ। ਮੈਂ ਆਪਣੀ ਫਿਲਮ ਦੀ ਟੋਕ ਨਹੀਂ ਕਰਦਾ, 3-4 ਫਿਲਮਾਂ ਸੀ ਜਿਹੜੀਆਂ ਮੈਨੂੰ ਵੀ ਬਹੁਤ ਪਸੰਦ ਸੀ ਪੰਜਾਬੀ ਦੀਆਂ, ਮੀਡੀਆ ਨੇ ਉਹਨੂੰ ਇੰਨਾ ਜ਼ਿਆਦਾ ਪ੍ਰਮੋਟ ਨਹੀਂ ਕੀਤਾ, ਕਿਉਂਕਿ ਸ਼ਾਇਦ ਜਾਂ ਐਡ ਘੱਟ ਸੀ ਜਾਂ ਬਜਟ ਘੱਟ ਸੀ ਉਹਨਾਂ ਦਾ, ਜਾਂ ਉਹ ਚੀਜ਼ ਨਹੀਂ ਹੋਈ। ਹਿੰਦੀ ਵਾਲਿਆਂ ਦੀ ਇੱਕ ਫਿਲਮ ਆਈ ਮਹਾਰਾਜਾ, ਸਾਊਥ ਵਾਲਿਆਂ ਦੀ, ਉਹ ਫਿਲਮ ਵਧੀਆ ਸੀ, ਮੈਂ ਵੀ ਦੇਖੀ, ਮੈਨੂੰ ਵੀ ਪਸੰਦ ਸੀ। ਆਪਣੇ ਵੀ ਸਾਰੇ ਮੀਡੀਆ ਨੇ ਪ੍ਰਮੋਟ ਕੀਤੀ, ਉਹਦੀ ਕਿਹੜਾ ਐਡ ਮਿਲੀ ਸੀ ਤੁਹਾਨੂੰ, ਕਿਸੇ ਨੂੰ ਨਹੀਂ ਸੀ ਮਿਲੀ। ਮੈਂ ਤੁਸੀਂ ਤੁਹਾਨੂੰ ਨਹੀਂ ਕਹਿ ਰਿਹਾ, ਮਤਲਬ ਮੈਂ ਜਨਰਲ ਟੋਕ ਕਰ ਰਿਹਾ ਮੈਂ। ਸੋ ਉਹ ਮੈਨੂੰ ਕਿਤੇ ਕਿਤੇ ਇੱਦਾਂ ਲੱਗਦਾ ਕਿ ਆਪਾਂ ਦੂਸਰੀ ਕਮਿਊਨਿਟੀ ਦੀਆਂ ਫਿਲਮਾਂ ਪ੍ਰਮੋਟ, ਦੂਸਰੀ ਲੈਂਗੁਏਜ ਦੀਆਂ ਫਿਲਮਾਂ ਨੂੰ ਕਈ ਵਾਰੀ ਬਹੁਤ ਪ੍ਰਮੋਟ ਕਰਦੇ ਨੇ, ਆਪਾਂ ਨੂੰ ਆਪਣੀਆਂ ਲਈ ਵੀ ਉਹ ਧੱਕਾ ਲਾਉਣਾ ਚਾਹੀਦਾ ਵਾ। I think communication, bilkul different direction. When I said box office,
ਇਟ ਮੀਨਟ ਜੈਨੇਰਿਕ ਇਹਦਾ ਕੋਈ ਇਹ ਮਤਲਬ ਨਹੀਂ ਸੀ ਸ਼ੁਡ ਇਟ ਬੀ ਬਾਲੀਵੁੱਡ ਬਾਲੀਵੁੱਡ ਔਰ ਟਾਲੀਵੁੱਡ ਇਟ ਮੀਨਟ ਜੈਨੇਰਿਕ ਜੈਨੇਰਿਕ ਦੀ ਆਪਾਂ ਗੱਲ ਕਰੀਏ ਸਵਾਲ ਮੇਰਾ ਦਰਅਸਲ ਇਹ ਸੀ ਕਿ ਇਸ ਮੂਵੀ ਵਿੱਚ ਪਾਰਟ 3 ਵਿੱਚ ਐਸਾ ਹੁਕਿੰਗ ਪੁਆਇੰਟ ਕੀ ਹੈ ਜੋ ਤੁਹਾਨੂੰ ਲੱਗਦਾ ਹੈ ਕਿ ਆਡੀਅੰਸ ਨੂੰ ਅਟਰੈਕਟ ਕਰੂਗਾ ਦੈਟ ਵੀ ਟਾਕ ਅਬਾਊਟ ਜੀ ਦੇਖੋ ਅਰਦਾਸ ਪਹਿਲੀ ਸੀ ਉਸ ਤੋਂ ਬਾਅਦ ਅਰਦਾਸ ਕਰਾਂ ਹੁਣ ਅਰਦਾਸ ਸਰਬੱਤ ਦੇ ਭਲੇ ਦੀ ਸੋ ਪਹਿਲੀਆਂ ਦੋ ਫਿਲਮਾਂ ਜਿਨ੍ਹਾਂ ਨੇ ਦੇਖੀਆਂ ਉਹਨਾਂ ਦੀ ਕਹਾਣੀ ਬਿਲਕੁਲ ਅਲੱਗ ਅਲੱਗ ਹੈ ਇੱਕ ਫਿਲਮ ਪੰਜਾਬ ਦੀ ਸੀਗੀ ਜਿਹਦੇ ਪੰਜਾਬ ਦੀਆਂ 5-7 ਕਹਾਣੀਆਂ ਸੀਗੀਆਂ ਪੰਜਾਬ ਦੇ ਇਸ਼ੂ ਸੀਗੇ ਕਿਸਾਨਾਂ ਦੀ ਖੁਦਕੁਸ਼ੀ ਭਰੂਣ ਹੱਤਿਆ ਇਸ ਤਰ੍ਹਾਂ ਦੇ ਸਬਜੈਕਟ ਸੀਗੇ ਜਿਹੜੀ ਦੂਸਰੀ ਫਿਲਮ ਸੀ ਉਹ ਬਿਲਕੁਲ ਇੰਟਾਇਰਲੀ ਡਿਫਰੈਂਟ ਸੀਗੀ ਉਹ ਇੱਕ ਜਨਰੇਸ਼ਨ ਗੈਪ ਦੀ ਕਹਾਣੀ ਸੀਗੀ ਬਟ ਦੋਨਾਂ ਫਿਲਮਾਂ ਦਾ ਮੋਟਿਵ ਇੱਕ ਹੀ ਸੀਗਾ ਕਿ ਉਹ ਆਪਾਂ ਨੂੰ ਮੋਟੀਵੇਟ ਕਰਦੀਆਂ ਸੀ ਆਪਾਂ ਨੂੰ ਜ਼ਿੰਦਗੀ ਆਪਾਂ ਲਾਈਫ ਲੈਂਦੇ ਹੀ ਕਹਿੰਦਾ ਦੇਖਿਓ ਮਰਨ ਤੋਂ ਪਹਿਲਾਂ ਮਰਨਾ ਜਾਣਾ ਠੀਕ ਹੈ ਕਿ ਖੁੱਲ੍ਹ ਕੇ ਜੀਓ ਯਾਰ ਜ਼ਿੰਦਗੀ ਜਿਉਣ ਆਏ ਹੋ ਕੱਟਣ ਨਹੀਂ ਆਏ ਹੈਗੇ ਕਈ ਵਾਰੀ ਮੈਂ ਅਕਸਰ ਬੋਲਦਾ ਹਾਂ ਕਿ ਆਪਾਂ ਜ਼ਿੰਦਗੀ ਬਣਾਉਣ ਦੇ ਚੱਕਰ 'ਚ ਜ਼ਿੰਦਗੀ ਜਿਉਣੀ ਭੁੱਲ ਰਹੇ ਹਾਂ ਹੈ ਨਾ ਆਪਾਂ ਸਾਰੇ ਇੰਨੇ ਬਿਜ਼ੀ ਹੋ ਗਏ ਹਾਂ ਅਸੀਂ ਵੀ ਤੁਸੀਂ ਵੀ ਆਪਾਂ ਨੂੰ ਕਈ ਵਾਰੀ ਪਤਾ ਹੀ ਨਹੀਂ ਕਿ ਆਪਾਂ ਜਿਹੜੀਆਂ ਪੁਰਾਣੀਆਂ ਫੀਲਿੰਗਸ ਹੁੰਦੀਆਂ ਸੀ ਕਹਿੰਦੇ ਛੋਟੀਆਂ ਛੋਟੀਆਂ ਗੱਲਾਂ ਨੇ ਹੁਣ ਆਪਾਂ ਘਰ 'ਚ ਫੋਨ ਲੈ ਕੇ ਬੈਠੇ ਹਾਂ ਇਹ ਵੀ ਇੱਕ ਚੀਜ਼ ਆ ਆਪਾਂ ਆਪਸ 'ਚ ਗੱਲ ਨਹੀਂ ਕਰਦੇ ਸਾਰਾ ਟੱਬਰ ਫੋਨ 'ਤੇ ਲੱਗਿਆ ਹੁੰਦਾ ਵਾ ਵਟ ਇਜ਼ ਦਾ ਪਰਪਸ ਕਿ ਘਰੇ ਬੈਠੋ ਆਪਸ 'ਚ ਗੱਲ ਕਰਦੇ ਹਾਂ ਕਦੇ ਹੁਣ ਰੂਲ ਬਣਾਉਣ ਲੱਗ ਗਏ ਕਈ ਲੋਕ ਬਣਾਉਂਦੇ ਨੇ ਮੈਂ ਬਣਾਉਣਾ ਘਰੇ ਵੀ ਕੋਈ ਫੋਨ ਨਹੀਂ ਚੱਕੂਗਾ 2 ਘੰਟੇ ਸਾਰਿਆਂ ਦੇ ਫੋਨ ਪਰੇ ਰੱਖੋ ਸੋ ਇੰਨੀਆਂ ਆਪਾਂ ਨੂੰ ਐਫਰਟਾਂ ਕਰਨੀਆਂ ਪੈ ਰਹੀਆਂ ਨੇ ਆਪਣਾ ਮਾਇੰਡ ਆ ਜਿਹੜਾ ਉਹ ਡਾਇਵਰਟ ਹੋ ਚੁੱਕਿਆ ਥਰਡ ਫਿਲਮ ਦੇ ਵਿੱਚ ਵੀ ਇਹਨੇ ਅਲੱਗ ਅਲੱਗ ਕਹਾਣੀਆਂ ਨੇ ਇੱਕ ਜਰਨੀ ਆ ਪੰਜਾਬ ਤੋਂ ਲੈ ਕੇ ਸੱਚਖੰਡ ਤੱਕ ਸ਼੍ਰੀ ਹਜ਼ੂਰ ਸਾਹਿਬ ਤੱਕ ਦੀ ਸੋ ਉਹਦੇ ਵਿੱਚ ਕੁਝ ਮੁਸਾਫਰ ਨੇ ਉਹਨਾਂ ਦੀਆਂ ਅੱਡ ਅੱਡ ਕਹਾਣੀਆਂ ਨੇ ਹੁਣ ਮੈਂ ਕਹਾਣੀਆਂ ਬਾਰੇ ਤਾਂ ਜ਼ਿਆਦਾ ਦੱਸ ਨਹੀਂ ਸਕਦਾ ਕਿਉਂਕਿ ਉਹ ਮੇਰੀਆਂ ਕਹਾਣੀਆਂ ਹੀ ਇੱਕ ਚੀਜ਼ ਆ ਜਿਹੜੀ ਤੁਸੀਂ ਮੈਨੂੰ ਲੱਗਦਾ ਕਿ ਜਾਓਗੇ ਜਾ ਕੇ ਦੇਖੋਗੇ ਤਾਂ ਤੁਹਾਨੂੰ ਅਪੀਲ ਕਰੂ ਬਟ ਹਾਂ ਮੈਨੂੰ ਇੱਦਾਂ ਲੱਗਦਾ ਜੇ ਮੈਨੂੰ ਮਤਲਬ ਅਸੀਂ ਭੁੱਗੀ ਭਾਜ ਨੂੰ ਅਸੀਂ ਫਿਲਮ ਦੇਖੀ ਆ ਕਿੰਨੀ ਵਾਰੀ ਸ਼ਾਇਦ ਉਸੇ ਲਈ ਅਸੀਂ ਉਰੇ ਤੁਹਾਡੇ ਕੋਲ ਆਏ ਹਾਂ ਇੰਨਾ ਜ਼ਿਆਦਾ ਅਟੈਂਪਟ ਕਰਦੇ ਲਈ ਕਿ ਸਾਡੀ ਹੁਣ ਤੱਕ ਦੀ ਬੈਸਟ ਹੋਣੀ ਚਾਹੀਦੀ ਆ ਦੀ ਬੈਸਟ ਔਰ ਮੈਂ ਇਹ ਦੱਸਾਂ ਕਿ ਇਹ ਫਿਲਮ ਨੂੰ ਅਸੀਂ ਕਦੇ ਵੀ ਜਿੱਦਾਂ ਭਾਜੀ ਨੇ ਇੱਕਦਮ ਵਿਚਾਲੇ ਤੁਹਾਨੂੰ ਟੋਕਿਆ ਅਟੈਂਪਟ ਉਹ ਕਈ ਵਾਰੀ ਕੀ ਹੁੰਦਾ ਕਿ ਅਸੀਂ ਬਹੁਤ ਹੀ ਅਟੈਚਡ ਹਾਂ ਇਸ ਫਿਲਮ ਨਾਲ ਇਮੋਸ਼ਨਲੀ ਬਹੁਤ ਜ਼ਿਆਦਾ ਬਲੀਵ ਕਰਿਓ 2 ਸਾਲ ਪਹਿਲਾਂ ਇਹ ਫਿਲਮ ਦੇ ਲਈ ਇੱਕ ਆਈਡੀਆ ਲਿਖਿਆ ਗਿਆ ਸੀ ਅਸੀਂ ਬਹੁਤ ਚੀਜ਼ਾਂ ਰੈਡੀ ਸਟੱਡੀ ਕੀਤੀਆਂ ਲੋਕੇਸ਼ਨਾਂ ਤੱਕ ਸ਼ੁਰੂ ਕਰ ਲਈਆਂ ਸਭ ਕੁਝ ਸ਼ੁਰੂ ਕਰ ਲਿਆ ਸਾਡੇ ਪੈਸੇ ਵੀ ਲੱਗ ਗਏ ਸਾਨੂੰ ਐਂ ਲੱਗਿਆ ਮੈਂ ਅਤੇ ਰਜੀਤ ਭਾਈ ਨੂੰ ਮੈਂ ਕਿਹਾ ਭਾਅ ਜੀ ਮੈਨੂੰ ਕਿਤੇ ਕਿਤੇ ਐਂ ਲੱਗਦਾ ਵੀ ਫਿਲਮ ਬਹੁਤ ਸੋਹਣੀ ਆ ਪਰ ਸ਼ਾਇਦ ਪਹਿਲੇ ਵਾਲੀ ਜ਼ਿਆਦਾ ਵਧੀਆ ਸੀ ਕਹਿੰਦੇ ਆਪਾਂ ਨਹੀਂ ਬਣਾਉਣੀ ਹੈਗੀ ਅਸੀਂ ਉਸੇ ਹੀ ਦਿਨ ਆਈਡੀਆ ਡਰੋਪ ਕਰਤਾ ਕਿਉਂਕਿ ਭਾਅ ਜੀ ਨੂੰ ਫੋਨ ਕਰਤਾ ਭਾਅ ਜੀ ਫਿਲਮ ਨਹੀਂ ਬਣਾ ਰਹੀ ਕਹਿੰਦੇ ਕੀ ਗੱਲ ਹੋ ਗਈ ਭਾਅ ਜੀ ਮਾਹੌਲ ਉਹ ਲੈਵਲ ਦਾ ਬਣ ਨਹੀਂ ਰਿਹਾ ਸੋ 5 ਸਾਲ ਲੱਗ ਗਿਆ ਜੀ ਅਦਰਵਾਈਜ਼ ਇਸ ਦਾ ਹਿੱਟ ਫਰੈਂਚਾਈਜ਼ੀ 2019 ਦੇ ਵਿੱਚ ਜਦੋਂ ਆਈ ਸੀ ਉਸ ਟਾਈਮ ਵੀ ਜਿਹੜਾ ਇਹਦਾ ਖਾਸ ਕਰਕੇ ਆਪਾਂ ਜਿੱਥੇ ਬੈਠੇ ਹਾਂ ਇਸ ਕੰਟਰੀ ਦੇ ਵਿੱਚ ਸਭ ਤੋਂ ਹਾਈਐਸਟ ਬਾਕਸ ਆਫਿਸ ਇਸੇ ਫਿਲਮ ਦਾ ਸੀ ਉਸ ਟਾਈਮ ਇੱਥੇ ਮੈਂ ਚਾਹੁੰਦਾ ਤਾਂ ਆਪਾਂ ਸਾਲ ਬਾਅਦ ਹੀ ਬਣਾ ਲੈਂਦੇ ਔਰ ਬੈਸਟ ਟਾਈਮ ਪੀਰੀਅਡ ਇਹਦਾ ਸੀਗਾ ਕੋਵਿਡ ਤੋਂ ਇਮੀਡੀਏਟਲੀ ਬਾਅਦ ਉਦੋਂ ਜੇ ਫਿਲਮ ਵੀਕ ਵੀ ਬਣ ਜਾਂਦੀ ਤਾਂ ਬਾਕਸ ਆਫਿਸ ਸੁਪਰਹਿੱਟ ਹੋਣਾ ਸੀ ਪਰ ਸਿਰਫ ਬਾਕਸ ਆਫਿਸ ਲਈ ਇਹ ਫਿਲਮ ਨਹੀਂ ਬਣਾਈ ਜਾਂਦੀ ਇਹ ਫਿਲਮ ਦੇ ਹੋਰ ਬਹੁਤ ਮੋਟਿਵ ਨੇ ਸੋ ਸਾਨੂੰ ਇੱਦਾਂ ਲੱਗਦਾ ਜਿਵੇਂ ਭਾਜੀ ਕਹਿੰਦੇ ਨੇ ਕਿ ਇੱਕ ਡਾਕੂਮੈਂਟੇਸ਼ਨ ਹੋ ਜਾਣੀ ਹੈ ਰਹਿਣੀ ਅੱਜ ਤੋਂ ਕਿੰਨੇ ਸਾਲਾਂ ਬਾਅਦ ਵੀ ਹੁਣ ਤੁਸੀਂ ਬੈਠੇ ਹੋ ਅੱਜ ਵੀ ਲੋਕ ਸਾਨੂੰ ਦੇਖ ਕੇ ਕਹਿੰਦੇ ਕਿ ਯਾਰ ਅਰਦਾਸ ਦੇਖੀ ਬੜਾ ਸਵਾਦ ਆਇਆ ਨਹੀਂ ਤਾਂ 5-7 ਸਾਲ ਪੁਰਾਣੀ ਜਦੋਂ ਆਪਾਂ ਫਿਲਮ ਦੇਖਣ ਲੱਗ ਜਾਂਦੇ ਕਿ ਵੀ ਉਦਾਂ ਹੀ ਉਹ 1000 ਗਲਤੀਆਂ ਲੱਗਣ ਲੱਗ ਜਾਂਦੀਆਂ ਹਨ ਸੋ ਉਸ ਕਰਕੇ ਮੈਨੂੰ ਲੱਗਦਾ ਇਹਦੀ USP ਇੱਕ ਹੀ ਹੈ ਜੀ ਕਿ ਜ਼ਿੰਦਗੀ ਨੂੰ ਵਧੀਆ ਤਰੀਕੇ ਨਾਲ ਜਿਉਣਾ ਚਾਹੀਦਾ ਉਹੀ ਐਤਕੀ ਹੈ ਬਟ ਐਤਕੀ ਤੁਹਾਨੂੰ ਅਸੀਂ ਡਿਫਰੈਂਟ ਤਰੀਕੇ ਨਾਲ ਕਹਾਣੀ ਕਹਾਂਗੇ
ਤੁਹਾਨੂੰ ਲੱਗੂਗਾ ਕਿ ਅਰਦਾਸ ਦੇਖ ਰਹੇ ਹੋ, ਬਟ ਇਹ ਵੀ ਨਹੀਂ ਲੱਗੂਗਾ ਕਿ ਬਹਿਣਾ ਨਹੀਂ ਦੇਖ ਰਹੇ ਹੋ ਸੰਗੀਤ ਜੀ। ਥੈਂਕ ਯੂ। ਮੈਂ ਹਰੀਸ਼ ਅੰਸਲ ਐਂਟਰਟੇਨਮੈਂਟ ਮੈਗਜ਼ੀਨ ਤੋਂ, ਸਭ ਤੋਂ ਪਹਿਲਾਂ ਤਾਂ ਤੁਹਾਡਾ ਸਭ ਦਾ ਸਵਾਗਤ ਬਹੁਤ ਬਹੁਤ। ਔਰ ਜਿੱਦਾਂ ਤੁਸੀਂ ਸੁਪਰਹਿਟ ਮੂਵੀਜ਼ ਦਿੱਤੀਆਂ ਪਹਿਲੀਆਂ ਵੀ ਦੋ, ਹੋਪ ਕਿ ਇਹ ਬਹੁਤ ਅੱਛੀ ਜਾਏਗੀ, ਤੁਹਾਡੀ ਮਿਹਨਤ ਜਿਹੜੀ ਆ ਉਹ ਨਜ਼ਰ ਆ ਰਹੀ ਤੁਹਾਡੇ ਚਿਹਰਿਆਂ ਤੋਂ। ਸੋ ਮੇਰਾ ਕੁਐਸਚਨ ਗਿੱਪੀ ਐਂਡ ਦੁਗੀ ਬਾਈ ਤੁਹਾਡੇ ਨਾਲ ਹੈਗਾ ਕਿ ਇਹ ਜਰਨੀ ਸ਼ੁਰੂ ਤੁਸੀਂ ਸਾਡੇ ਵਿੱਚ ਕਿੱਦਾਂ ਆਇਆ ਕਿ ਮੈਂ ਪਹਿਲੀ ਅਰਦਾਸ ਬਣਾਵਾਂ, ਤੁਹਾਡੇ ਮਨ 'ਚ ਇਹ ਕੰਸੈਪਟ ਕਿੱਦਾਂ ਆਇਆ ਸੀਗਾ, ਔਰ ਇਹ ਕੰਸੈਪਟ ਇੰਨਾ ਵਧੀਆ ਸੀਗਾ ਕਿ ਜਰਨੀ ਇੰਨੀ ਵਧੀਆ ਚੱਲ ਰਹੀ ਆ ਅੱਗੇ ਵੀ ਜਾ ਕੇ ਚੱਲੇਗੀ, ਅਤੇ ਦੂਜਾ ਤੁਹਾਡੇ ਟਫ ਸੀਗਾ ਕਿ ਤੁਸੀਂ ਜਿਹੜੇ ਕਲਾ ਬਾਰੇ ਚੂਜ਼ ਕੀਤਾ ਵਾ ਉਹ ਤੁਹਾਡੇ ਕਿੰਨਾ ਕੁ ਮੁਸ਼ਕਲ ਸੀਗਾ ਵੀ ਇਸ ਰੋਲ ਦੀ ਇਹੀ ਕਲਾ ਨਾਲ ਵਧੀਆ ਹੋ ਸਕਦਾ, ਉਹ ਕਲਾ ਨਾਲ ਤਾਂ ਬਹੁਤ ਮਿੱਠੇ ਆ ਵੀ ਇਹੀ ਵਧੀਆ ਹੋਣਗੇ, ਅਤੇ ਉਹ ਤੁਸੀਂ ਕਿੱਦਾਂ ਮੈਂ ਚੂਜ਼ ਕੀਤਾ ਉਹਨੂੰ ਫਿਰ ਤੁਹਾਡੇ ਟਫ ਟਾਈਮ ਸੀਗਾ ਉਸ ਲਈ? ਪਰ ਐਕਚੁਲੀ ਕੋਨਸੈਪਟ ਤਾਂ ਜਦੋਂ ਇਹ 2016 ਸੋਚਿਆ ਕਿ ਇਹ ਫਿਲਮ ਬਣਾਉਣੀ ਆ ਉਦੋਂ ਥੋੜ੍ਹਾ ਜਿਹਾ ਮੇਰਾ ਵੀ ਟਾਈਮ ਠੀਕ ਨਹੀਂ ਸੀ ਚੱਲ ਰਿਹਾ, ਅਤੇ ਦੋ ਤਿੰਨ ਫਿਲਮਾਂ ਮੇਰੀਆਂ ਵਰਕ ਨਹੀਂ ਕੀਤੀਆਂ, ਅਤੇ ਜਿਵੇਂ ਮੈਂ ਪਹਿਲਾਂ ਕਿਹਾ ਕਿ ਕਲਾਕਾਰ ਕੋਈ ਵੀ ਆ ਉਹ ਕਦੇ ਵੀ ਇਹ ਨਹੀਂ ਚਾਹੁੰਦਾ ਕਿ ਮੈਂ ਫਲੋਪ ਬਣਾਉਣੀ ਆ, ਸਾਰੇ ਸ਼ੋਲੇ ਬਣਾਉਂਦੇ ਨੇ, ਉਹ ਬਣਨ ਤੋਂ ਬਾਅਦ ਪਤਾ ਲੱਗਦਾ ਜਦੋਂ ਲੋਕਾਂ 'ਚ ਆਉਂਦੀਆਂ ਫਿਲਮ ਕਿ ਠੀਕ ਬਣੀ ਕਿ ਗਲਤ। ਸੋ ਮੇਰਾ ਟਾਈਮ ਮੈਨੂੰ ਲੱਗਿਆ ਕਿ ਦੋ ਤਿੰਨ ਫਿਲਮਾਂ ਠੀਕ ਨਹੀਂ ਬਣੀਆਂ, ਮੈਨੂੰ ਲੱਗਿਆ ਯਾਰ ਕਿ ਕੁਛ ਨਾ ਕੁਛ ਗੜਬੜ ਹੈ, ਇਹ ਤਾਂ ਹੈ ਨਹੀਂ ਗਿਆ ਕਿਉਂਕਿ ਜਿਹੜੇ ਲੋਕਾਂ ਨੇ ਮੇਰੀਆਂ ਇੰਨੀਆਂ ਫਿਲਮਾਂ ਦੇਖੀਆਂ ਇਹ ਥੋੜ੍ਹੀ ਆ ਕਿ ਮੇਰੇ ਨਾਲ ਕੋਈ ਪ੍ਰੋਬਲਮ, ਅੱਜ ਫਿਲਮ ਨਹੀਂ ਦੇਖੀ ਉਹਨਾਂ ਨੇ। ਮੈਂ ਥੋੜ੍ਹੀ ਜਿਹੀ ਬ੍ਰੇਕ ਲਈ ਅਤੇ ਕੁਛ ਸੋਚਣ ਲੱਗ ਗਿਆ ਕਿ ਨਵਾਂ ਆਈਡੀਆ ਕੁਛ ਕੀਤਾ ਜਾਵੇ। ਮੇਰੇ ਮਨ 'ਚ ਵੈਸੇ ਹੀ ਇਹ ਆਈਡੀਆ ਦਿਨ 'ਚ ਆ ਰਹੇ, ਮੈਂ ਕਿਹਾ ਯਾਰ ਇਸ ਤਰ੍ਹਾਂ ਦਾ ਸਬਜੈਕਟ ਇੱਕ ਬਣਾਉਣਾ ਚਾਹੀਦਾ ਵੀ ਚਲੋ ਜਿੰਨਾ ਟਾਈਮ ਬ੍ਰੇਕ ਲੈਂਦੇ ਹਾਂ ਉਹਨਾਂ ਟਾਈਮ ਇਹ ਫਿਲਮ ਇੱਕ ਬਣਾ ਕੇ ਪ੍ਰੋਡਿਊਸ ਕਰਦੇ ਹਾਂ। ਮੈਂ ਦੋ ਤਿੰਨ ਰਾਈਟਰਾਂ ਨੂੰ ਕਿਹਾ ਵੀ ਇਹ ਲਿਖ ਦਿਉ ਯਾਰ ਮੇਰੇ ਲਈ, ਸਾਰਿਆਂ ਨੇ ਕਿਹਾ ਕਹਿੰਦੇ ਇੱਦਾਂ ਦੇ ਸਬਜੈਕਟ ਚੱਲਦੇ ਨਹੀਂ ਗੇ। ਮੈਂ ਭਾਅ ਜੀ ਆਪ ਹੀ ਲਿਖ ਲਈ ਅਤੇ ਕਹਿੰਦੇ ਕੁੱਬੇ ਦੇ ਬੱਜੀ ਲੱਤੋ ਰੱਬ ਦਾ ਸ਼ੁਕਰ ਮਨਾਉਂਦਾ ਮੈਂ ਰਾਈਟਰ ਬਣ ਗਿਆ ਉਸ ਫਿਲਮ ਦੇ ਨਾਲ। ਉਸ ਤੋਂ ਬਾਅਦ ਕਿਸੇ ਡਾਇਰੈਕਟਰ ਨੇ ਨਹੀਂ ਮੰਨੀ ਮੇਰੀ, ਮੈਂ ਡਾਇਰੈਕਟ ਵੀ ਆਪ ਕਰ ਲਈ, ਅਤੇ ਕਾਸਟਿੰਗ ਜਦੋਂ ਕੀਤੀ ਤਾਂ ਮੈਨੂੰ ਇੱਦਾਂ ਲੱਗਿਆ ਕਿ ਜਦੋਂ ਮੈਂ ਗੁਰਮੁਖ ਸਿੰਘ ਦਾ ਰੋਲ ਲਿਖਿਆ ਮੈਨੂੰ ਲੱਗਿਆ ਕਿ ਯਾਰ ਇਹ ਤਾਂ ਘੁੱਗੀ ਭੱਜ ਤੋਂ ਬੈਸਟ ਕੋਈ ਕਰ ਨਹੀਂ ਸਕਦਾ ਹੈਗਾ। ਮੈਨੂੰ ਬੜੇ ਲੋਕਾਂ ਨੇ ਕਿਹਾ ਕਿ ਯਾਰ ਤੂੰ ਆਪ ਐਕਟਰ ਹੈ, ਤੈਨੂੰ ਆਪ ਕਰਨੀ ਚਾਹੀਦੀ ਆ ਇਹ ਉਹ, ਮੈਨੂੰ ਲੱਗਿਆ ਕਿ ਨਹੀਂ ਯਾਰ ਜੇ ਇਮਾਨਦਾਰੀ ਨਾਲ ਫਿਲਮ ਬਣਾਉਣੀ ਆ ਤਾਂ ਉਹ ਘੁੱਗੀ ਭੱਜ ਨਾਲ ਹੀ ਬਣ ਸਕਦੀ ਆ, ਕਿਉਂਕਿ ਆਪਣੇ ਕੋਲ ਇੱਕ ਇੱਕ ਮੈਂ ਅਕਸਰ ਤੌਰ 'ਤੇ ਕਹਿੰਦਾ ਕਿ ਕੱਲ੍ਹ ਪਰਸੋਂ ਵੀ ਮੇਰੀ ਕਿਤੇ ਗੱਲ ਸੀ, ਮੈਂ ਕਿਹਾ ਆਪਾਂ ਬੈਠ ਕੇ ਕਹਿੰਦੇ ਹਾਂ ਕਿ ਯਾਰ ਹਿੰਦੀ 'ਚ ਬੜੇ ਵਧੀਆ ਵਧੀਆ ਐਕਟਰ ਨੇ, ਪੰਕਜ ਤ੍ਰਿਪਾਠੀ ਹੋਰ ਬਹੁਤ ਜਿਨ੍ਹਾਂ ਦੀ ਆਪਾਂ ਬਹੁਤ ਪ੍ਰੇਜ਼ ਕਰਦੇ ਹਾਂ। ਐਕਚੁਲੀ ਕੀ ਹੈ ਕਿ ਉਹ ਨੋ ਡਾਊਟ ਵਨ ਆਫ ਦਾ ਫਾਈਨੈਸਟ ਐਕਟਰ ਨੇ ਸਾਡੀ ਇੰਡਸਟਰੀ ਦੇ, ਬਟ ਉਹਨਾਂ ਨੂੰ ਰੋਲ ਵੀ ਬਹੁਤ ਵਧੀਆ ਵਧੀਆ ਮਿਲੇ। ਸਾਡੇ ਕੋਲ ਵੀ ਬਹੁਤ ਹੀ ਫਾਈਨ ਐਕਟਰ ਨੇ ਪਰ ਸਾਡੇ ਕੋਲ ਕਈ ਵਾਰੀ ਰੋਲ ਹੀ ਨਹੀਂ ਹੈਗੇ ਵਧੀਆ। ਹੁਣ ਅਸੀਂ ਘੁੱਗੀ ਭਾਜੀ ਕੋਲ ਜਾ ਕੇ ਹਮੇਸ਼ਾ ਰੋਲ ਹੀ ਇਹ ਕਹਿੰਦੇ ਹੁੰਦੇ ਸੀਗੇ ਕਿ ਆਹ ਕਰੋ, ਹੁਣ ਕੌਮੇਡੀ ਹਸਾ ਹੀ ਰਹੇ ਨੇ ਇਹ ਕਿੰਨੇ ਸਾਲਾਂ ਤੋਂ ਕੰਟੀਨਿਊਸਲੀ ਹਸਾ ਰਹੇ ਨੇ। ਫਿਰ ਵੀ ਤੁਸੀਂ ਦੇਖੋ ਕਦੇ ਕੈਰੀ ਔਨ ਜੱਟਾਂ ਵਾਲਾ ਗੁਰਪ੍ਰੀਤ ਘੁੱਗੀ ਹੋਰ ਆ, ਮੁੰਡੇ ਯੂਕੇ ਦੇ ਵਾਲਾ ਗੁਰਪ੍ਰੀਤ ਘੁੱਗੀ ਹੋਰ ਹੈ, ਇਹ ਬੜੀ ਐਫਰਟ ਕਰਕੇ ਹਸਾ ਰਹੇ ਨੇ ਕਿ ਮੈਂ ਇੱਦਾਂ ਹਸਾਵਾਂ ਮੈਂ ਇੱਦਾਂ ਹਸਾਵਾਂ, ਜਦੋਂ ਆਪਾਂ ਇਹਨਾਂ ਨੂੰ ਰੋਲ ਹੀ ਨਹੀਂ ਦੇਵਾਂਗੇ। ਮੈਨੂੰ ਤਾਂ ਬੜੀ ਤਕਲੀਫ ਹੁੰਦੀ ਸੀਗੀ ਕਿਉਂਕਿ ਮੈਂ ਪਹਿਲੀ ਫਿਲਮ ਡਾਇਰੈਕਟ ਕੀਤੀ ਸੀ 2016, ਮੈਂ ਜਦੋਂ ਇੱਥੇ ਪ੍ਰਮੋਸ਼ਨਲ ਟੂਰ 'ਤੇ ਆਇਆ ਜਦੋਂ ਇੰਟਰੋਡਕਸ਼ਨ ਕਈ ਵਾਰੀ ਜਿਵੇਂ ਬਾਈਓਗ੍ਰਾਫੀਆਂ ਦਿੱਤੀ ਆ ਕਈ ਵਾਰੀ ਕਹਿ ਦਿੰਦੇ ਕਿ ਕਹਿੰਦੇ ਸਾਡੇ 'ਚ ਪੰਜਾਬੀ ਫਿਲਮਾਂ ਦੇ ਸੁਪਰ ਸਟਾਰ ਗਿੱਪੀ ਗਰੇਵਾਲ ਅਤੇ ਉਹਨਾਂ ਦੇ ਨਾਲ ਸਭ ਤੋਂ ਵੱਡੇ ਕਮੇਡੀਅਨ ਗੁਰਪ੍ਰੀਤ ਘੁੱਗੀ, ਮੈਂ ਤਾਂ ਖਿੱਚੜ ਜਾਂਦੀ ਸੀ, ਮੈਂ ਕਿਹਾ ਯਾਰ ਮੈਂ ਤਾਂ ਆਪਣੀ ਫਿਲਮ ਦੇ ਵਿੱਚ ਹੋਰ ਤਰ੍ਹਾਂ ਦਾ ਰੋਲ ਕਰਾਇਆ ਵਾ ਕਿ ਕੋਮੇਡੀਅਨ ਕਿਉਂ ਬੋਲ ਰਹੇ ਨੇ ਇੱਦਾਂ, ਬਟ ਕੀ ਸੀਗਾ ਕਿ ਉਹ ਇੱਕ ਟੈਗ ਹੀ ਲੱਗ ਗਿਆ ਸੀ ਪਰਮਾਨੈਂਟਲੀ, ਜਿਹੜਾ ਕਿ ਸ਼ਾਇਦ ਭਾਅ ਜੀ ਨੇ ਮੇਰੇ 'ਤੇ ਟਰੱਸਟ ਦਿਖਾਇਆ ਅਤੇ ਮੈਂ ਬਲੈਸਡ ਹਾਂ ਕਿ ਮੈਨੂੰ ਭਾਅ ਜੀ ਵਰਗਾ ਐਕਟਰ ਮਿਲਿਆ, ਸ਼ਾਇਦ ਜੇ ਭਾਅ ਜੀ ਨਾ ਮਿਲਦੇ ਮੈਨੂੰ
ਤਾਂ ਇਹ ਫਿਲਮ ਇਸ ਲੈਵਲ 'ਤੇ ਪਹੁੰਚਦੀ ਆ। ਮੇਰੀ ਟੀਮ ਸਟਰੋਂਗ ਸੀ, ਬਲਜੀਤ ਭਾਅ ਜੀ ਮਿਲ ਕੇ ਉਹਨਾਂ ਨੇ ਵਿਜੂਅਲੀ ਮੇਰੀ ਫਿਲਮ ਨੂੰ ਲੈਵਲ ਹੀ ਚੱਕ ਦਿੱਤਾ ਇੱਕ। ਸੋ ਉਹ ਸਾਰੀਆਂ ਚੀਜ਼ਾਂ ਠੀਕ ਬੈਠ ਗਈਆਂ, ਸਮਾਂ ਠੀਕ ਸੀ। ਉਹ ਕਹਿੰਦੇ ਕਿ ਸਹੀ ਗੱਲ ਵੀ ਉਦੋਂ ਹੀ ਸਹੀ ਹੁੰਦੀ ਹੈ ਜਦੋਂ ਸਹੀ ਵਕਤ 'ਤੇ ਸਹੀ ਤਰੀਕੇ ਨਾਲ ਕਹੀ ਜਾਵੇ। ਬਸ ਉਹ ਸਾਰਾ ਕੁਝ ਸਹੀ ਸਹੀ ਹੋ ਗਿਆ ਜੀ ਇਸ ਫਿਲਮ 'ਚ। ਬਿਲਕੁਲ ਜੀ, ਕਾਲਪੁਰਖ ਦੀ ਮਿਹਰ ਹੋ ਗਈ। ਮੇਰਾ ਨਾਮ ਬਲਜਿੰਦਰ ਸਿੰਘ ਅਗਰਵਾਲ ਹੈ ਜੀ, ਔਰ ਮੈਂ ਸਵਾਗਤ ਕਰ ਰਿਹਾ ਜੀ ਸਾਰੀ ਟੀਮ ਨੂੰ। ਅਤੇ ਸਵਾਲ ਕੋਈ ਨਹੀਂ ਹੈਗਾ, ਮੈਂ ਤਾਂ ਮੁਬਾਰਕਬਾਦ ਦੇਣ ਦੇ ਵਾਸਤੇ ਪਹੁੰਚਿਆ, ਸ਼ੁਭ ਇਸ਼ਾਵਾਂ ਦੇ ਵਾਸਤੇ ਪਹੁੰਚਿਆ, ਕਿਉਂਕਿ ਇਹ ਸਾਰੀ ਟੀਮ ਸਾਡੇ ਪੁਰਾਣੇ ਸਾਥੀ ਹੈਗੇ। ਦਹਾਕਿਆਂ ਤੋਂ ਅਸੀਂ ਸਾਰੇ ਇੱਕ ਦੂਜੇ ਨੂੰ ਜਾਣਦੇ ਹਾਂ, ਇਕੱਠਿਆਂ ਨੂੰ ਕੰਮ ਕਰਨ ਦਾ ਵੀ ਮੌਕਾ ਮਿਲਿਆ। ਅਤੇ ਜਿੰਨੇ ਵੀ ਪ੍ਰੋਜੈਕਟ ਪੰਜਾਬੀ ਸਿਨੇਮੇ ਦੇ ਜਿਹੜੇ ਟੌਪ ਦੇ ਹੋਏ ਆ, ਜਿਨ੍ਹਾਂ ਨੂੰ ਆਪਾਂ ਗੋਲਡਨ ਐਰਾ ਕਹਿ ਸਕਦੇ ਹਾਂ, ਇਸ ਟੀਮ ਦਾ ਬਹੁਤ ਵੱਡਾ ਹੱਥ ਆ। ਮਾਈਲ ਸਟੋਨ ਫਿਲਮਾਂ ਦਿੱਤੀਆਂ, ਹੁਣ ਚਾਹੇ ਮੰਜੇ ਬਿਸਤਰੇ ਦੀ ਗੱਲ ਕਰ ਲਓ, ਕੈਰੀ ਔਨ ਜੱਟਾਂ ਦੀ ਕਰ ਲਓ, ਚਾਹੇ ਅਰਦਾਸ ਦੀ ਗੱਲ ਕਰ ਲਓ। ਅੱਜ ਕੱਲ੍ਹ ਫਿਲਮਾਂ ਜਿਹੜੀਆਂ ਦੇਖਦੇ ਆ, ਕਈ ਵਾਰੀ ਆ ਕੇ ਮਿਕਸਅਪ ਹੋ ਜਾਂਦਾ ਕਿ ਆਪਾਂ ਫਿਲਮ ਦੇਖੀ ਸੀ, ਉਹਦੀ ਕਹਾਣੀ ਵੀ ਨਹੀਂ ਯਾਦ ਰਹਿੰਦੀ, ਉਹ ਇਹ ਵੀ ਨਹੀਂ ਯਾਦ ਰਹਿੰਦਾ ਉਹ ਕਿਹੜੀ ਫਿਲਮ 'ਚ ਸੀ। ਸੋ ਇਹ ਫਿਲਮਾਂ ਜਿਹੜੀਆਂ ਹੈਗੀਆਂ, ਉਹ ਅਰਦਾਸ ਜਿਹੜੀ ਹੁਣ ਪਹਿਲੀ ਅਰਦਾਸ, ਉਹਦਾ ਮਤਲਬ ਵੀ ਇਹ ਆ ਕਿ ਕੰਟੀਨਿਊ ਰੱਖਣਾ ਉਸ ਕੋਨਸੈਪਟ ਨੂੰ, ਕਿ ਉਹਦੀ ਇੱਕ ਇੱਕ ਗੱਲ ਯਾਦ ਹੈਗੀ ਆ। ਤੁਸੀਂ ਦੱਸ ਸਕਦੇ ਹੋ ਕਿੱਥੋਂ ਕੀ ਹੋਇਆ, ਮੰਜੇ ਵਿਸਤਰੇ ਜਿਹੜੀ ਪਹਿਲੀ ਬਣੀ ਆ ਉਹ ਇਸੇ ਕਰਕੇ ਉਹਨਾਂ ਨੂੰ ਤੁਸੀਂ ਉਹਦਾ ਸੀਕੁਐਂਸ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਅਤੇ ਗੁਰਪ੍ਰੀਤ ਘੁੱਗੀ ਹੋਣੀ, ਹੁਣ ਦੇਖੋ ਘੁੱਗੀ ਆ ਦੌੜ ਕੇ ਵਿਖਾ, ਉੱਥੋਂ ਨਿਕਲ ਕੇ ਕੁਛ ਕਰਕੇ ਵਿਖਾ ਵਾਲਾ ਇਹਨਾਂ ਨੂੰ ਮੌਕਾ ਜਿਹੜਾ ਮਿਲਿਆ। ਸੋ ਉਸਦੇ ਵਿੱਚ ਐਕਟਰ ਜਿਹੜੇ ਆ, ਉਹ ਕਈ ਵਾਰੀ ਬੰਦੇ ਇਹ ਹੀ ਦੇਖਦੇ ਆ ਕਿ ਆਹ ਫਲਾਨੀ ਫਿਲਮ ਦੇ ਵਿੱਚ ਆਹ ਐਕਟਰ ਆ, ਆਹ ਉਹਨੇ ਆਹ ਕੀਤਾ, ਇਹਨਾਂ ਨੇ ਕਰੈਕਟਰ ਅਸਟੈਬਲਿਸ਼ ਕੀਤੇ। ਬੇਸ਼ੱਕ ਘੁੱਗੀ ਸਾਹਿਬ ਦੱਸਦੇ ਸਕਰੀਨ 'ਤੇ ਵੀ ਗੁਰਪ੍ਰੀਤ ਘੁੱਗੀ, ਪਰ ਉਹ ਕਰੈਕਟਰ ਜਿਹੜਾ ਆ ਉਹੀ ਤੁਹਾਨੂੰ ਜ਼ਿਆਦਾ ਹਾਈਲਾਈਟ ਹੋ ਰਿਹਾ ਕਿ ਆਹ ਕਰੈਕਟਰ ਹੈ। ਚਾਹੇ ਪਟਵਾਰੀ ਸੀਗੇ, ਪਟਵਾਰੀ ਜਦ ਬਣੇ ਆ ਤਾਂ ਪਟਵਾਰੀਆਂ ਦੀ ਕਰਪਟ ਪਟਵਾਰੀਆਂ ਦੀ ਖੱਲ ਦੇੜ ਕੇ ਰੱਖ ਦਿੱਤੀ। ਸੋ ਬੜੇ ਚੈਲੰਜ ਵੀ ਇਹਨਾਂ ਨੂੰ ਵੀ ਸਾਹਮਣੇ ਆਉਂਦੇ ਹੋਣਗੇ। ਅਤੇ ਜਦੋਂ ਅਰਦਾਸ ਆਈ ਹੈ ਤਾਂ ਉਹਦੇ ਵਿੱਚ ਮੈਂ ਤਾਂ ਕਹਿੰਦਾ ਹੁੰਦਾ ਸੀ, ਮੈਂ ਕਿਹਾ ਵੀ ਜਿਹੜੀ ਕੋਈ ਧਾਰਮਿਕ ਫਿਲਮ, ਜੇ ਆਪਾਂ ਉਹਨੂੰ ਕਹੀਏ ਵੀ ਧਾਰਮਿਕ ਫਿਲਮ ਹੈ, ਸੋ ਉਹ ਉਹਦੇ ਵਿੱਚ ਸਾਰਾ ਕੁਝ ਹੀ ਸੀ, ਐਂਟਰਟੇਨਮੈਂਟ ਸੀ, ਫੈਮਿਲੀ ਡਰਾਮਾ ਸੀ, ਸਾਰਾ ਕੁਝ ਸੀ। ਅਤੇ ਉਹਦੇ ਵਿੱਚ ਗੁਰਬਾਣੀ ਦਾ ਜਿਹੜਾ ਪ੍ਰਚਾਰ ਹੋਇਆ, ਉਹਦਾ ਸੰਦੇਸ਼ ਸੀ ਜਿਹੜਾ ਉਹ, ਅਤੇ ਫਿਰ ਸਾਡੇ ਜਿਹੜੇ ਇਸ਼ੂ ਹੈਗੇ ਪੰਜਾਬ ਦੇ ਕਿੰਨੇ ਹੈਗੇ ਆ, ਉਹਨਾਂ ਨੂੰ ਤੁਸੀਂ ਕਿੰਨਿਆਂ ਨੂੰ ਟੱਚ ਕੀਤਾ ਅਤੇ ਉਹਨਾਂ ਦੇ ਵਾਸਤੇ ਰਸਤਾ ਦਿਖਾਇਆ, ਵੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ। ਸੋ ਮੈਂ ਤੁਹਾਨੂੰ ਮੁਬਾਰਕਬਾਦ ਦਿੰਦਾ ਅਤੇ ਐਕਸਾਈਟਮੈਂਟ ਹੈਗੀ ਹੈ, ਕਿਉਂਕਿ ਟੀਮ ਤੋਂ ਐਕਸਪੈਕਟੇਸ਼ਨਸ ਹੁੰਦੀਆਂ, ਅਤੇ ਇਹ ਪੂਰੀ ਉਮੀਦ ਹੈ ਕਿ ਇਹ ਫਿਲਮ ਵੀ ਜਿਹੜੀ ਆ ਦਰਸ਼ਕਾਂ ਦੀ ਕਸੌਟੀ 'ਤੇ ਖਰੀ ਉਤਰੇਗੀ। ਘੁੱਗੀ ਸਾਹਿਬ, ਜਿਹੜੀ ਮਸਤਾਨੇ ਫਿਲਮ ਦੇ ਵਿੱਚ ਤੁਹਾਡਾ ਕੰਮ ਸੀ, ਉਹਦੇ ਵਾਸਤੇ ਮੈਂ ਸਾਰਿਆਂ ਨੂੰ ਕਹੂੰਗਾ ਇੱਕ ਵਾਰੀ ਤਾੜੀਆਂ, ਕਿਉਂਕਿ ਪਹਿਲੀ ਵਾਰ ਹੋਇਆ ਕਿ ਦੁਨੀਆ ਭਰ ਦੇ ਸਿਨੇਮੇ ਵਿੱਚ ਜਿੱਥੇ ਵੀ ਲੱਗੀ ਆ, ਜਿਹੜੀ ਇਹਨਾਂ ਨੇ ਅਰਦਾਸ ਕੀਤੀ ਆ, ਸਾਰੇ ਦੇ ਸਾਰੀ ਆਡੀਅੰਸ ਜਿਹੜੀ ਹੈ ਦਰਸ਼ਕ ਖੜ੍ਹੇ ਹੁੰਦੇ ਸੀ। ਸੋ ਇਹ ਇੱਦੂ ਵੱਡੀਆਂ ਕਾਮਯਾਬੀਆਂ ਹੋਰ ਕੀ ਹੋ ਸਕਦੀਆਂ। ਸੋ ਅਸੀਂ ਚਾਹੁੰਦੇ ਹਾਂ ਜੀ ਕਿ ਤੁਸੀਂ ਬਹੁਤ ਸਹੀ ਟਰੈਕ 'ਤੇ ਹੈਗੇ ਆ, ਅਤੇ ਪਰਮਾਤਮਾ ਤੁਹਾਨੂੰ ਹਿੰਮਤ ਬਖਸ਼ੇ। ਅਤੇ ਜਿਹੜੀ ਗੱਲ ਰਹੀ ਆ ਬਾਕਸ ਆਫਿਸ 'ਤੇ ਜਾਂ ਖਰਚੇ ਪੂਰੇ ਹੋਣ ਦੀ, ਅਤੇ ਉਹ ਜਿਹੜੀਆਂ ਐਂਟਰਟੇਨਮੈਂਟ ਵਾਲੀਆਂ ਫਿਲਮਾਂ ਆ ਉਹ ਤੁਸੀਂ ਕਰਕੇ ਪੈਸੇ ਬਣਾਈ ਜਾਓ, ਪਰ ਇਹਨਾਂ ਨੂੰ ਸੇਵਾ ਦੇ ਤੌਰ 'ਤੇ ਲਈ ਜਾਓ, ਅਤੇ ਇਹਨੂੰ ਸੇਵਾ ਦਾ ਦਸਵੰਤ ਸਮਝ ਲਓ। ਸੋ ਆਲ ਦਾ ਬੈਸਟ ਸਾਰਿਆਂ ਨੂੰ, ਬਹੁਤ ਬਹੁਤ ਧੰਨਵਾਦ, ਬਹੁਤ ਖੁਸ਼ੀ ਆ। ਬਹੁਤ ਧੰਨਵਾਦ। ਮੇਰਾ ਨਾਮ ਕਮਲ ਸ਼ਰਮਾ, ਔਰ ਸਭ ਤੋਂ ਪਹਿਲਾਂ ਤਾਂ ਮੈਂ ਆਪ ਸਭ ਕੋ ਬਹੁਤ ਬਹੁਤ ਵਧਾਈ ਦੇਣਾ ਚਾਹੁੰਦਾ ਹਾਂ। ਚਿੱਪੀ, ਗੁਰਪ੍ਰੀਤ ਜੀ, ਜੈਸਮਿਨ ਜੀ, ਮੋਰ ਦੈਨ ਐਨੀ ਵਨ, ਬਲਜੀਤ, ਯੂ ਆਰ ਅ ਵੈਟਰਨ ਆਫ ਆਵਰ ਲੋਕਲ ਕਮਿਊਨਿਟੀ, ਸੋ ਸੋ ਪ੍ਰਾਊਡ ਆਫ ਯੂ, ਯੂ ਹੈਵ ਮੇਡ ਅਸ ਆਲ ਸੋ ਪ੍ਰਾਊਡ, ਐਂਡ ਯੂਰ ਕੰਟਰੀਬਿਊਸ਼ਨ ਇਜ਼ ਇਮੈਜ਼ਰੇਬਲ, ਐਂਡ ਆਈ ਥਿੰਕ
round of applause to Gary as well for putting this up and looking at the wonderful crowd, you know, this really shows the Punjabi industry is really booming. So, like your first one, Ardaas 1 and Ardaas 2, I wish you all the very best for this third one and I'm sure it will do very, very well. Thank you so much. Thank you. My name is Naval Tandon Ji, I'm from ਪਹਿਲਾਂ ਸਾਨੂੰ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਅਤੇ ਤੁਹਾਨੂੰ ਇਸ ਮੂਵੀ ਦੀਆਂ ਮੁਬਾਰਕਾਂ ਔਰ ਇਹਦਾ ਨਾਮ ਹੀ ਇੱਦਾਂ ਦਾ ਕਿ ਅਰਦਾਸ ਜਿਹੜੀ ਆ ਰੋਜ਼ ਹੀ ਅਸੀਂ ਕਰਦੇ ਹਾਂ ਅਤੇ ਤਾਂ ਲੋਕਾਂ ਦੇ ਮਨ 'ਚ ਤਾਂ ਰਹਿਣਾ ਹੀ ਹੈ ਬਟ ਜਿਹੜਾ ਇਹ ਮੈਸੇਜ ਆ ਤੁਸੀਂ ਮੈਨੂੰ ਨਹੀਂ ਪਤਾ ਮੈਸੇਜ ਇਹਦੇ ਵਿੱਚ ਕੀ ਦੇ ਰਹੇ ਹੋ ਤੁਸੀਂ ਮੂਵੀ ਦੇ ਵਿੱਚ ਜੇ ਉਹਦੇ ਬਾਰੇ ਥੋੜ੍ਹਾ ਜਿਹਾ ਤੁਸੀਂ ਦੱਸ ਦਿਓ ਕਿ ਵਟ ਮੈਸੇਜ ਯੂ ਆਰ ਗਿਵਿੰਗ ਟੂ ਦਾ ਕਮਿਊਨਿਟੀ ਔਰ ਦਾ ਸੋਸਾਇਟੀ ਕਿ ਜਿਹਦੇ ਨਾਲ ਸਾਡੀ ਸੋਸਾਇਟੀ ਦਾ ਹੋਰ ਭਲਾ ਹੋ ਸਕੇ ਚੰਦਰ ਸਾਹਿਬ ਥੈਂਕ ਯੂ ਸੋ ਵੈਰੀ ਮੱਚ ਫੋਰ ਯੋਰ ਕਾਇੰਡ ਵਰਡਸ ਔਰ ਜਿਹੜਾ ਮੈਸੇਜ ਦੀ ਆਪਾਂ ਗੱਲ ਕਰਦੇ ਹਾਂ ਨਾ ਜੀ ਮੈਸੇਜ ਇੱਦਾਂ ਨਰੇਟ ਕਰਦੇ ਨਾ ਕੋਈ ਇੰਪੈਕਟ ਨਹੀਂ ਰੱਖਦਾ ਜਦੋਂ ਫਿਲਮ ਲੋਕ ਦੇਖਣਗੇ ਨਾ ਜਦੋਂ ਸਿਚੁਏਸ਼ਨ ਦੇ ਨਾਲ ਪਰਫਾਰਮੈਂਸ ਦੇ ਨਾਲ ਆਏਗਾ ਨਾ ਉਹਦਾ ਇੰਪੈਕਟ ਹਜ਼ਾਰ ਗੁਣਾ ਵੱਡਾ ਹੋਏਗਾ ਅਸੀਂ ਚਾਹੁੰਦੇ ਹਾਂ ਕਿ ਮੈਸੇਜਿਸ ਜਿਹੜੇ ਨੇ ਉਹਦੇ ਵਿੱਚ ਫਿਲਮ ਦੇ ਵਿੱਚ ਦੇਖੇ ਜਾਣ ਇਸ ਵਾਰ ਤਾਂ ਸਾਡੀ ਸਿਰਫ ਤੁਸੀਂ ਇਸ ਵੇਲੇ ਸਾਡੀ ਨਿਸ਼ਠਾ ਅਤੇ ਧਿਆਨ ਦਿਓ ਕਿ ਅਸੀਂ ਕਿੰਨੀ ਲਗਨ ਕਿੰਨੀ ਨਿਸ਼ਠਾ ਕਿੰਨੀ ਇਮਾਨਦਾਰੀ ਨਾਲ ਕਿੰਨੀ ਸ਼ਿੱਦਤ ਦੇ ਨਾਲ ਇਹ ਫਿਲਮ ਬਣਾਈ ਹੈ ਸਾਡੀ ਉਸ ਸ਼ਿੱਦਤ ਨੂੰ ਤੁਹਾਡੀ ਮੁਹੱਬਤ ਦੀ ਲੋੜ ਹੈ ਅਸੀਂ ਚਾਹੁੰਦੇ ਹਾਂ ਕਿ ਜਿੱਦਾਂ ਕਿ ਪੀਣਾ ਨੇ ਪਹਿਲਾਂ ਕਿਹਾ ਕਿ ਤੁਸੀਂ ਪਹਿਲਾਂ ਫਿਲਮ ਦੇਖ ਲਿਓ 13 ਨੂੰ ਜੇ ਤੁਹਾਨੂੰ 13 ਨੂੰ ਫਿਲਮ ਚੰਗੀ ਨਹੀਂ ਲੱਗਦੀ ਤਾਂ ਹੋ ਸਕਦਾ 12 ਨੂੰ ਹੀ ਤੁਹਾਨੂੰ ਇੱਥੇ ਦਿਖਾ ਦੇਣੇ ਸਕਰੀਨਿੰਗ ਕਰ ਦੇਣਗੇ ਕਿ ਜੇ ਨਾ ਚੰਗੀ ਲੱਗੇ ਬਿਲਕੁਲ ਲਿਖਿਓ ਕਿ ਮਾੜੀ ਫਿਲਮ ਹੈ ਨਾ ਹੀ ਦੇਖਣ ਜਾਣਾ ਇਹ ਵੀ ਜ਼ਰੂਰ ਕਰਿਓ ਤੁਸੀਂ ਪਰ ਜੇ ਚੰਗੀ ਲੱਗੇ ਤੁਹਾਨੂੰ ਪ੍ਰਮੋਟ ਜ਼ਰੂਰ ਕਰਿਓ ਹਾਂ ਮੈਸੇਜ ਦੇ ਨਾਂ ਦੀ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਜਿੱਦਾਂ ਭੈਣ ਜੀ ਉਹਨਾਂ ਨੇ ਕਿਹਾ ਸੀ ਹੁੱਕ ਕੀ ਹੈ ਫਿਲਮ ਦਾ ਮੈਂ ਹੁੱਕ ਦੱਸ ਦਿੰਦਾ ਕਿ ਜਿੱਦਾਂ ਅਰਦਾਸ ਆਈ ਸੀ ਉਹਦੇ 'ਚ ਲੋਕਾਂ ਨੂੰ ਸਡਨਲੀ ਕੁਛ ਨਵਾਂ ਦੇਖਣ ਸੁਣਨ ਨੂੰ ਮਿਲਿਆ ਸੀ ਕਿ ਗੁਰਬਾਣੀ ਦੇ ਹਵਾਲੇ ਨਾਲ ਗੱਲ ਕਰਦੇ ਨੇ ਗੁਰਬਾਣੀ ਦਾ ਇੱਕ ਸੰਦੇਸ਼ ਦਿੰਦੇ ਨੇ ਦੂਜੀ ਵਿੱਚ ਉਹਦੀ ਪ੍ਰੋੜਤਾ ਹੋ ਗਈ ਕਿ ਹਾਂ ਗੁਰਬਾਣੀ ਕਿਵੇਂ ਸਾਡੇ ਜੀਵਨ 'ਤੇ ਅਸਰ ਪਾਉਂਦੀ ਹੈ ਕਿਵੇਂ ਅਸੀਂ ਪਲ ਪਲ ਗੁਰਬਾਣੀ ਨਾਲ ਜੁੜੇ ਹਾਂ ਇਸ ਵਾਰ ਜਿਹੜਾ ਹੁੱਕ ਹੈ ਸਾਨੂੰ ਮੈਨੂੰ 100 ਮੈਸੇਜ ਇਸ ਵਾਰ ਇਸ ਗੱਲ ਦੇ ਵੀ ਆ ਚੁੱਕੇ ਨੇ ਕਿ ਭਾਅ ਜੀ ਫਿਲਮ ਦੇ ਵਿੱਚ ਗੁਰਬਾਣੀ ਦੇ ਹੋਰ ਕਿਹੜੇ ਕਿਹੜੇ ਹਵਾਲੇ ਤੁਸੀਂ ਦਿੱਤੇ ਹੈ ਇਹ ਹੁੱਕ ਹੈ ਹੁਣ ਲੋਕਾਂ ਨੂੰ ਕਾਹਲੀ ਅੰਦਰੋਂ ਲੋਕਾਂ ਨੂੰ ਦਿਲ ਕਰਦਾ ਆਡੀਅੰਸ ਦਾ ਵੀ ਜਾ ਕੇ ਫਿਲਮ ਦੇਖੀਏ ਉਹਦੇ 'ਚ ਕਿਹੜੇ ਕਿਹੜੇ ਐਂਗਲ ਤੋਂ ਸਾਨੂੰ ਬਾਣੀ ਦੇ ਨਾਲ ਜੋੜ ਕੇ ਗੱਲ ਕੀਤੀ ਗਈ ਹੈ ਆਪਣੇ ਆਪ 'ਚ ਇੱਕ ਇਹ ਵੀ ਮੈਨੂੰ ਲੱਗਦਾ ਬਹੁਤ ਵੱਡਾ ਹੁੱਕ ਹੈ ਔਰ ਦੂਸਰਾ ਹੁੱਕ ਇਹਦੇ 'ਚ ਇਹ ਵੀ ਹੈ ਕਿ ਜਿਹੜੀ ਸਾਡੀ ਇੱਕ ਕੋਸ਼ਿਸ਼ ਹੈ ਨਿਮਾਣੀ ਜੀ ਕਿ ਜਿੱਦਾਂ ਬਹੁਤ ਸਾਰੇ ਲੋਕ NRI ਜੇ ਮੈਂ ਗੱਲ ਕਰਾਂ ਉਹ ਬਾਹਰ ਬੈਠੇ ਨੇ ਆਪਣੀਆਂ ਫਿਜ਼ੀਕਲ ਪ੍ਰੋਬਲਮਸ ਕਰਕੇ ਕੋਈ ਤਕਨੀਕੀ ਕਾਰਨਾਂ ਕਰਕੇ ਕੋਈ ਫਾਈਨੈਂਸ਼ੀਅਲ ਪ੍ਰੋਬਲਮਸ ਕਰਕੇ ਜਿਹੜੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਸੱਚਖੰਡ ਨਹੀਂ ਜਾ ਸਕਦੇ ਇਸ ਵਾਰ ਜਦੋਂ ਉਹਨਾਂ ਨੂੰ ਵੱਡੀ ਸਿਲਵਰ ਸਕਰੀਨ 'ਤੇ ਸੱਚਖੰਡ ਸਾਹਿਬ ਦੇ ਦਰਸ਼ਨ ਹੋਣਗੇ ਉਹ ਅੱਗੋਂ ਜਾ ਕੇ 100-100 ਬੰਦੇ ਨੂੰ ਜ਼ਰੂਰ ਕਹਿਣਗੇ ਇੱਕ ਵਾਰੀ ਜਾ ਕੇ ਹਜ਼ੂਰ ਸਾਹਿਬ ਦੇ ਦਰਸ਼ਨ ਕਰਨੇ ਆ ਤਾਂ ਫਲਾਣੀ ਫਿਲਮ 'ਚ ਬਹੁਤ ਖੁੱਲ੍ਹੇ ਦਰਸ਼ਨ ਹੋ ਰਹੇ ਨੇ ਸੋ ਇਹ ਵੀ ਇੱਕ ਛੋਟਾ ਜਿਹਾ ਹੁੱਕ ਸਾਡੀ ਫਿਲਮ 'ਚ ਸਾਡੇ ਵੱਲੋਂ ਹੁੱਕ ਤਾਂ ਬਹੁਤ ਵੱਡਾ ਸਾਡੀ ਕੋਸ਼ਿਸ਼ ਛੋਟੀ ਜੀ ਅਤੇ ਬਲਜੀਤ ਜੀ ਕੁਛ ਐਡ ਕਰਨਾ ਚਾਹੁੰਦੇ ਨੇ ਬਹੁਤ ਸ਼ੁਕਰੀਆ ਜੀ ਭਾਈ ਜਦੋਂ ਆਪਾਂ ਹਰੇਕ ਟਾਈਮ ਫਿਲਮ ਦੇਖ ਰਹੇ ਹਾਂ ਇਹੀ ਹੁੰਦਾ ਕਿ ਮੈਸੇਜ ਕੀ ਹੈ ਮੈਸੇਜ ਕੀ ਹੈ ਅਰਦਾਸ ਫਿਲਮ ਇੱਦਾਂ ਦੀ ਆ ਜਿਹਦੇ ਵਿੱਚ ਇੱਕ ਮੈਸੇਜ ਨਹੀਂ 100 ਬੰਦਿਆਂ ਲਈ 100 ਮੈਸੇਜ ਹੈ 1000 ਬੰਦਿਆਂ ਲਈ 1000 ਮੈਸੇਜ ਹੈ ਉਹ ਤੁਸੀਂ ਫਿਲਮ ਦੇਖ ਕੇ ਆਪਣੇ ਆਪ ਸੋਚਣਾ ਕਿ ਮੇਰੇ ਲਈ ਕੀ ਮੈਸੇਜ ਹੈ ਇਹਦੇ ਵਿੱਚ ਕਿ ਇੱਦਾਂ ਨਹੀਂ ਹੈ ਕਿ ਮੈਂ ਤੁਹਾਨੂੰ ਮੈਸੇਜ ਕੀ ਦੇ ਰਿਹਾ ਉਹ ਤੁਸੀਂ ਆਪ ਖੁਦ ਮਹਿਸੂਸ ਕਰਨਾ ਯਾਰ ਮੈਂ ਫਿਲਮ ਦੇਖੀ ਸੀ ਮੇਰੇ ਲਈ ਬਸ ਸਿਰਫ ਆਹੀ ਮੈਸੇਜ ਹੈ ਦੇਰ ਇਜ਼ ਅ ਬਿਗ ਡਿਫਰੈਂਸ ਵੀ ਆਰ ਨੋਟ ਟੀਚਿੰਗ ਓ ਪ੍ਰੀਚਿੰਗ ਜਿੱਦਾਂ
ਆਹੀ ਸਾਡੇ ਟ੍ਰੇਲਰ ਦੇ ਵਿੱਚ ਤੁਸੀਂ ਦੇਖ ਰਹੇ ਹੋ, ਆਈ ਓਪਨਿੰਗ ਚੀਜ਼ਾਂ ਨੇ ਕੁਛ ਮੈਨੂੰ ਲੋਕਾਂ ਦਾ ਬਹੁਤ ਜ਼ਿਆਦਾ ਫੀਡਬੈਕ ਸਾਨੂੰ ਆ ਰਿਹਾ ਕਿ ਜਦੋਂ ਉਹ ਕਹਿੰਦਾ ਕਿ ਅਸੀਂ ਵੱਡੀਆਂ ਵੱਡੀਆਂ ਗੱਡੀਆਂ ਲੈ ਕੇ ਕੋਠੀਆਂ ਪਾ ਕੇ 10-10 ਕਰੋੜ ਦੀਆਂ ਬਾਹਰ ਲਿਖਾ ਦਿੰਦੇ ਹਾਂ, ਇਹ ਵੀ ਦਾਤ ਤੇਰੀ ਦਾਤਾਰ, ਉਹ ਤਾਂ ਹੈ ਹੀ ਹੈ, ਕਿਹਦਾ ਮਸਕਾ ਮਾਰ ਰਹੇ ਹਾਂ, ਕਿਹਨੂੰ ਕਹਿ ਰਹੇ ਹਾਂ, ਉਹ ਤਾਂ ਦਾਤ ਉਹਦੀ ਹੈ ਹੀ ਹੈ, ਪਰ ਅਸਲ 'ਚ ਕਹਿੰਦੇ ਕਿ ਅਸੀਂ ਜਿਹੜੀ ਉਹਦੀ ਅਸਲ ਭਾਵ ਵਾਲੀ ਪੰਕਤੀ ਹੈ ਉਹਨੂੰ ਜੁਦਾ ਕਰ ਦਿੰਦੇ ਹਾਂ ਕਿਉਂਕਿ ਸਾਨੂੰ ਸੂਟ ਨਹੀਂ ਕਰਦੀ ਉਹ, ਜਿਹਦੇ 'ਚ ਬਾਬੇ ਨਾਨਕ ਨੇ ਦੁੱਖ ਤਕਲੀਫ ਮੁਸ਼ਕਲਾਂ ਮੁਸੀਬਤਾਂ ਨੂੰ ਵੀ ਉਹਦਾ ਪ੍ਰਸਾਦ ਦੱਸਿਆ, ਉਹਨਾਂ ਕਿਹਾ ਕਿਰਤਿਆ ਦੁੱਖ ਭੁੱਖ ਸਦ ਮਾਰ ਇਹ ਵੀ ਦਾਤ ਤੇਰੀ ਦਾਤਾਰ। ਬਹੁਤ ਸਾਰੇ ਲੋਕ ਕਹਿੰਦੇ ਜੀ ਇਹ ਤਾਂ ਸੋਚਿਆ ਨਹੀਂ ਕਦੀ ਉਸ ਨਜ਼ਰੀਏ ਨਾਲ ਅਸੀਂ, ਸੋ ਇੱਦਾਂ ਦੀਆਂ ਕਈ ਗੱਲਾਂ ਨੇ ਜਿਹੜੀਆਂ ਨਵੀਆਂ ਹੋਣਗੀਆਂ ਜਿਹੜੀਆਂ ਸੋਚਣ ਲਈ ਮਜਬੂਰ ਕਰਨਗੀਆਂ ਤੁਹਾਨੂੰ। ਜੀ ਕੀ ਪੁੱਛੇ, ਜਦੋਂ ਭਾਅ ਜੀ ਫਿਲਮ ਲਿਖੀ ਵੀ ਜਾਂਦੀ ਆ, ਸੋ ਹਰ ਸੀਨ ਦਾ ਸੀਨ ਦੇ ਉੱਤੇ ਆ ਕੇ ਡਿਸਕਸ਼ਨ ਹੁੰਦੀ ਆ ਕਿ ਇਸ ਸੀਨ ਦੇ ਵਿੱਚ ਕੱਢਣ ਪਾਉਣ ਨੂੰ ਕੀ ਆ, ਕਿਤੇ ਇਹ ਤਾਂ ਨਹੀਂ ਗਾ ਕਿ ਇਹ ਸਿਰਫ ਇੱਕ ਸਕਰੀਨ ਪਲੇ ਦਾ ਪਾਰਟ ਹੈ ਅਤੇ ਕਹਾਣੀ ਨੂੰ ਅੱਗੇ ਤੋਰ ਰਿਹਾ, ਨਹੀਂ, ਹਰ ਸੀਨ ਦੇ ਵਿੱਚ ਇੱਕ ਮੋਟਿਵ ਹੋਣਾ ਚਾਹੀਦਾ, ਹਰ ਤੁਸੀਂ ਮਤਲਬ ਜੇ ਮੈਸੇਜਾਂ ਦੀ ਆਪਾਂ ਗੱਲ ਕਰੀਏ ਜਾਂ ਉਦਾਂ ਕਰੀਏ, ਤੁਹਾਨੂੰ ਹਰ ਇੱਕ ਸੀਨ 'ਚੋਂ ਨਿਕਲੂ। ਮੈਨੂੰ ਜਦੋਂ ਤੁਸੀਂ ਪੂਰੀ ਫਿਲਮ ਦੇਖੋਗੇ ਤਾਂ ਮੈਨੂੰ ਤੁਸੀਂ ਸਾਰੀ ਫਿਲਮ 'ਚੋਂ 1-2 ਸੀਨ ਵੀ ਇੱਦਾਂ ਦੇ ਨਹੀਂ ਕੱਢ ਸਕਦੇ ਜਿਹੜੇ ਤੁਹਾਨੂੰ ਇਹ ਲੱਗਣਗੇ ਕਿ ਯਾਰ ਇਹਨਾਂ 'ਚ ਕੁਛ ਨਹੀਂ ਸੀਗਾ। ਸੋ ਸਾਰਾ ਟਾਈਮ, ਕਿਉਂਕਿ ਮੈਂ ਹਮੇਸ਼ਾ ਕਹਿਣਾ ਹੁੰਦਾ ਕਿ ਫਿਲਮ ਆਲਵੇਜ਼ ਸਕਰੀਨ ਪਲੇ ਦੀ ਹੁੰਦੀ ਆ, ਸੋ ਖਾਸ ਕਰਕੇ ਇਸ ਫਿਲਮ ਦਾ ਸਕਰੀਨ ਪਲੇ ਬਹੁਤ ਹੀ ਇੰਪੋਰਟੈਂਟ ਹੁੰਦਾ ਕਿਉਂਕਿ ਕਹਾਣੀਆਂ ਬਹੁਤ ਜ਼ਿਆਦਾ ਨੇ, ਇੱਕ ਕਹਾਣੀ ਨਹੀਂ ਹੈਗੀ, 6-7 ਕਹਾਣੀਆਂ ਨੂੰ ਆਪਾਂ ਇਕੱਠੇ ਕਰਕੇ ਲੈ ਕੇ ਚੱਲ ਰਹੇ ਹਾਂ, ਉਹਨਾਂ ਨੂੰ ਕਿਸ ਟਾਈਮ ਦੇ ਉੱਤੇ ਕਿਹੜਾ ਸੀਨ ਲੈ ਕੇ ਆਉਣਾ, ਕੀ ਉਹਦਾ ਮੋਟਿਵ ਆ, ਕੀ ਤੁਹਾਨੂੰ ਉਹ ਬੂਸਟ ਅਪ ਕਰੂ, ਕਿਤੇ ਇਹ ਤਾਂ ਨਹੀਂ ਗਿਆ ਇਸ ਸੀਨ ਤੋਂ ਬਾਅਦ ਅਗਲੇ ਸੀਨ ਦਾ ਵੀ ਇੱਕੇ ਹੀ ਮੋਟਿਵ ਹੋ ਗਿਆ, ਦੋਨੇ ਪੈਰਲ ਚੱਲ ਪਏ। ਸੋ ਉਹ ਬਹੁਤ ਇਸ 'ਤੇ ਵਕਤ ਲਾਇਆ ਜੀ ਅਸੀਂ, ਅਤੇ ਤੁਹਾਨੂੰ ਔਰ ਕਹਾਣੀਆਂ ਵਾਈਜ਼ ਵੀ ਮੈਨੂੰ ਐਂ ਲੱਗਦਾ ਕਿ ਜਿਹੜੀਆਂ ਕਹਾਣੀਆਂ ਅਸੀਂ ਇਹਦੇ 'ਚ ਐਤਕੀ ਕਹਿਣ ਦੀ ਕੋਸ਼ਿਸ਼ ਕੀਤੀ ਆ, ਉਹ ਬਹੁਤ ਫਰੈਸ਼, ਬਹੁਤ ਨਵੇਂ ਤਰੀਕੇ ਨਾਲ ਅਤੇ ਨਵੀਆਂ ਕਹਾਣੀਆਂ ਨੇ। 1-2 ਕਹਾਣੀਆਂ ਤਾਂ ਮੈਨੂੰ ਵੀ ਇੱਦਾਂ ਲੱਗਦੀਆਂ ਕਿ ਯਾਰ ਇਹ ਬਹੁਤ ਐਪਰੀਸ਼ੀਏਟ ਹੋਣੀਆਂ ਚਾਹੀਦੀਆਂ, ਔਰ ਬੜੇ ਡਿਫਰੈਂਟ ਤਰੀਕੇ ਦੀਆਂ ਸੀ ਔਰ ਅਟੈਂਪਟ ਵੀ ਅਸੀਂ ਬਹੁਤ ਡਿਫਰੈਂਟ ਕੀਤਾ ਹੈ। ਸੋ ਫਿਰ ਉੱਥੇ ਆ ਕਿ ਅਰਦਾਸ ਫਿਲਮ ਹੈ ਬਟ ਐਤਕੀ ਨਵੇਂ ਤਰੀਕੇ ਨਾਲ ਕਹੀ ਗਈ ਹੈ। ਥੈਂਕ ਯੂ। ਸਤਿ ਸ਼੍ਰੀ ਅਕਾਲ ਅਤੇ ਮੁਬਾਰਕਬਾਦ ਪਹਿਲਾਂ ਤਾਂ ਪੂਰੀ ਟੀਮ ਨੂੰ। ਮੇਰਾ ਨਾਮ ਰਮਨ ਮਾਨ ਅਤੇ ਮੈਂ ਕੈਨੇਡਾ ਟੈਬਲੋਇਡ ਵੱਲੋਂ ਇੱਥੇ ਪਹੁੰਚੀ ਹਾਂ, ਅਤੇ ਅਗੈਨ ਮੁਬਾਰਕਬਾਦ ਅਤੇ ਹੁਣੇ ਹੁਣੇ ਬਲਦੇਵ ਜੀ ਨੇ ਵੀ ਕਿਹਾ ਅਤੇ ਗੁਰਪ੍ਰੀਤ ਘੁੱਗੀ ਭਾਅ ਜੀ ਨੇ ਵੀ, ਸੇਮ ਚੀਜ਼ ਮੈਂ ਉਹੀ ਕਹਿਣਾ ਚਾਹੂੰਗੀ। ਅਤੇ ਮੈਨੂੰ ਜਿੰਨਾ ਟ੍ਰੇਲਰ ਦੇਖ ਕੇ ਸਮਝ ਆ ਰਿਹਾ ਉਹ ਇਹ ਲੱਗ ਰਿਹਾ ਕਿ ਬਹੁਤ ਛੋਟੀਆਂ ਗੱਲਾਂ ਜਿਹੜੀਆਂ ਆਪਣੀ ਰੋਜ਼ਮਰਾ ਦੀ ਜ਼ਿੰਦਗੀ 'ਚ ਮੇਰੇ ਖਿਆਲ 'ਚ ਆਉਂਦੀਆਂ ਰਹੀਆਂ ਨੇ ਅਤੇ ਆਪਣੀ ਸੋਸਾਇਟੀ ਦੇ ਵਿੱਚ ਰਹੀਆਂ ਨੇ, ਪਰ ਉਹਨਾਂ ਦੀ ਗੱਲ ਨਹੀਂ ਸੀ ਹੁੰਦੀ ਆਪਣੇ ਸਿਨੇਮਾ ਦੇ ਵਿੱਚ। ਮੈਨੂੰ ਲੱਗਦਾ ਆਪਣੇ ਸਿਨੇਮਾ ਦਾ ਜਿਹੜਾ ਦਾਇਰਾ ਉਹ ਵੱਡਾ ਹੋ ਰਿਹਾ, ਪਹਿਲਾਂ ਆਪਾਂ ਸਿਰਫ ਕੌਮਿਕ ਅਤੇ ਉੱਦਾਂ ਦੀਆਂ ਹੀ ਗੱਲਾਂ ਕਰ ਰਹੇ ਸੀ, ਵਿਚ ਇਜ਼ ਵੈਰੀ ਬਿਊਟੀਫੁਲ। ਉਹਦੇ ਲਈ ਪੂਰੀ ਦੀ ਪੂਰੀ ਟੀਮ ਤੁਸੀਂ ਸ਼ਲਾਘਾਯੋਗ ਹੋ ਮਤਲਬ, ਅਤੇ ਉਮੀਦ ਕਰਦੀ ਹਾਂ ਕਿ ਇੱਦਾਂ ਦੀਆਂ ਹੋਰ ਜਿਹੜੇ ਸਬਜੈਕਟਸ ਦੇ ਦਾਇਰੇ ਨੇ ਇੱਦਾਂ ਦੀਆਂ ਫਿਲਮਾਂ ਹੋਰ ਬਣਦੀਆਂ ਰਹਿਣਗੀਆਂ। ਦੈਟ ਇਜ਼ ਇਟ, ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ, ਮੈਂ ਜਸਕਰਨ ਚੈਨਲ ਪੰਜਾਬੀ ਤੋਂ। ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਕਿ ਤੁਸੀਂ ਅਰਦਾਸ 1-2 ਅਤੇ ਇਹ ਇਹਦਾ ਵੀ ਜਿਹੜੀਆਂ ਚੰਗੀਆਂ ਫਿਲਮਾਂ ਨੇ, ਕੌਮੇਡੀ ਵੀ ਚੰਗੀਆਂ ਨੇ, ਪਰ ਜਿੱਦਾਂ ਤੁਸੀਂ ਕਿਹਾ ਇਹ ਬਣਾ ਰਹੇ ਹੋ ਬਹੁਤ ਚੰਗੀ ਗੱਲ ਹੈ। ਬਹੁਤੀ ਗੱਲ ਹੋਈ ਕਿ ਗੁਰਬਾਣੀ ਦੇ ਬਾਰੇ ਦੇ ਵਿੱਚ ਸੰਦੇਸ਼ ਜਾਂ ਉਹਦੇ ਨਾਲ ਸੰਬੰਧਿਤ ਆ, ਇੱਕ ਮਾਫੀ ਚਾਹੁੰਦਾ ਮੈਂ ਪਹਿਲਾਂ ਹੀ, ਮੈਂ ਕੋਈ ਨੋਟਸ ਨਹੀਂ ਕੱਢ ਰਿਹਾ, ਪਰ ਟ੍ਰੇਲਰ ਦੇ ਵਿੱਚ ਇੱਕ ਗੱਲ ਬਹੁਤ ਚੁੱਭੀ ਗਿੱਪੀ ਭਾਅ ਜੀ ਨੂੰ, ਸਵਾਲ ਆ, ਤੁਸੀਂ ਲਿਖੀ ਆ ਫਿਲਮ
ਗੁਰਪ੍ਰੀਤ ਕੋ ਵੀ ਜੀ ਇੱਕ ਬੋਲ ਰਿਹਾ ਕਿ ਮਨ ਜੇ ਤੂੰ ਅਕਲ ਲਤੀਫ ਹੈ ਹਾਂਜੀ ਦੱਸ ਦਿੰਦੇ ਹਾਂ ਉਹਦੇ ਬਾਰੇ ਸਿਰ ਨੀਵਾਂ ਕਾ ਫਿਲਮ ਦੇ ਵਿੱਚ ਕਰੈਕਟ ਵਰਜਨ ਹੈ ਉਹਦਾ ਜੀ ਤੇ ਤੁਹਾਡਾ ਇਹੀ ਕੁਐਸਚਨ ਵਧੀਆ ਸਤਿ ਸ਼੍ਰੀ ਅਕਾਲ ਜੀ ਮੈਂ ਅਰਚਨਾ ਰੈਡ ਐਫ ਐਮ ਤੋਂ ਪਹਿਲਾਂ ਤਾਂ ਸਾਰੇ ਪੁੱਛਦੇ ਪਏ ਆ ਕਿ ਫਿਲਮ ਦੇ ਵਿੱਚ ਮੈਸੇਜ ਕੀ ਹੈ ਮੈਨੂੰ ਲੱਗਦਾ ਹੈ ਕਿ ਫਿਲਮ ਦਾ ਜਿਹੜਾ ਟਾਈਟਲ ਹੈ ਆਪਣੇ ਆਪ 'ਚ ਇੱਕ ਬਹੁਤ ਵੱਡਾ ਮੈਸੇਜ ਹੈ ਵਿਚ ਇਜ਼ ਅਰਦਾਸ ਸਰਬੱਤ ਦੇ ਭਲੇ ਲਈ ਐਂਡ ਇਹ ਟਾਈਟਲ ਬਹੁਤ ਖਿੱਚਵਾਂ ਟਾਈਟਲ ਹੈਗਾ ਆ ਮੈਨੂੰ ਲੱਗਦਾ ਟਾਈਟਲ ਹੀ ਕਾਫੀ ਹੈ ਲੋਕਾਂ ਨੂੰ ਸਿਨੇਮਾ ਘਰਾਂ ਤੱਕ ਲੈ ਕੇ ਆਉਣ ਲਈ ਐਂਡ ਇਹ ਟਾਈਟਲ ਤੁਹਾਡੇ ਜ਼ਹਿਨ 'ਚ ਦਿਮਾਗ 'ਚ ਕਿਵੇਂ ਆਇਆ ਕਿ ਇਹੀ ਟਾਈਟਲ ਇਸ ਫਿਲਮ ਦਾ ਹੋਣਾ ਚਾਹੀਦਾ ਦਿਸ ਇਜ਼ ਵਨ ਕੁਐਸਚਨ ਸੈਕਿੰਡ ਕੁਐਸਚਨ ਇਜ਼ ਫੋਰ ਜੈਸਮੀਨ ਜੈਸਮੀਨ ਹਾਂਜੀ ਤੁਸੀਂ ਹਨੀਮੂਨ ਕੀਤੀ ਵਾਰਨਿੰਗ 2 ਕੀਤੀ ਇਹ ਫਿਲਮ ਮੈਨੂੰ ਇਟਸ ਅ ਹਿੱਟ ਫਰੈਂਚਾਈਜ਼ੀ ਰਾਈਟ ਇਹਦੇ ਲਈ ਰਿਸਪੋਂਸੀਬਿਲਿਟੀ ਆਡੀਅੰਸ ਦੇ ਪ੍ਰਤੀ ਬਹੁਤ ਵੱਧ ਜਾਂਦੀ ਹੈ ਕਿਉਂਕਿ ਬਹੁਤ ਡਿਫਰੈਂਟ ਫਿਲਮ ਹੈਗੀ ਹੈ ਤੁਹਾਨੂੰ ਪ੍ਰੈਸ਼ਰ ਫੀਲ ਹੋਇਆ ਫਿਲਮ ਕਰਦੇ ਹੋਏ ਕਿ ਨਹੀਂ ਹੋਇਆ ਹਾਂ ਜਿਹੜਾ ਅਰਦਾਸ ਟਾਈਟਲ ਦੀ ਗੱਲ ਹੈ ਉਹਦੇ 'ਚ ਜਦੋਂ ਬੀਬੀ ਉਹਨਾਂ ਨੇ ਫਿਲਮ ਬਣਾਉਣੀ ਸ਼ੁਰੂ ਕੀਤੀ ਉਦੋਂ ਤੱਕ ਇਹਦਾ ਟਾਈਟਲ ਅਰਦਾਸ ਨਹੀਂ ਸੀ ਸਕ੍ਰਿਪਟ ਅਸੀਂ 10 ਵਾਰੀ ਪੜ੍ਹੀ ਹੋਣੀ ਹੈ ਬਹਿ ਕੇ ਸਾਨੂੰ ਟਾਈਟਲ ਸਮਝ ਨਹੀਂ ਆਇਆ ਫਿਲਮ ਦਾ ਜੋ ਇੱਕ ਦਰਸ਼ਨ ਹੈ ਜਿਹਨੂੰ ਅਸੀਂ ਕਹਿ ਦਿੰਦੇ ਨਾ ਦਰਸ਼ਨ ਨੂੰ ਆਪਾਂ ਚਲ ਮੈਂ ਦਰਸ਼ਨ ਹੀ ਕਹਿੰਦਾ ਹਾਂ ਕਿਉਂਕਿ ਜਿਹੜਾ ਉਹ ਆਪਣੇ ਆਪ ਦੇ ਵਿੱਚ ਔਰਾ ਜਿਹੜਾ ਉਹਦਾ ਸੀ ਪੂਰੀ ਦਾ ਐਕਸਪੀਰੀਅੰਸ ਕਹਿ ਸਕਦੇ ਹਾਂ ਵਿਜ਼ਨ ਜੋ ਸੀ ਜਾਂ ਜਿੰਨਾ ਵਿਜ਼ਡਮ ਜਿਸ ਤਰ੍ਹਾਂ ਦਾ ਉਸ ਫਿਲਮ ਦੇ ਵਿੱਚ ਸੀ ਸਾਨੂੰ ਉਹਦੇ ਲਈ ਸੂਟੇਬਲ ਟਾਈਟਲ ਕੋਈ ਨਹੀਂ ਸੀ ਸਮਝ ਆ ਰਿਹਾ ਆਮਿਰ ਖਾਨ ਸਾਹਿਬ ਇੱਕ ਵਾਰੀ ਸੈੱਟ 'ਤੇ ਆਉਂਦੇ ਨੇ ਅਤੇ ਉਹਨਾਂ ਵੀ ਕਲੈਪ ਦਿੱਤਾ ਸੀ ਉਦੋਂ ਤੱਕ ਕਲੈਪ ਦੇ ਉੱਤੇ ਨਾਮ ਸੀ ਪ੍ਰੋਡਕਸ਼ਨ 1 ਕਿਉਂਕਿ ਹੰਬਲ ਮੋਸ਼ਨ ਪਿਕਚਰ ਦੀ ਇਹ ਪਹਿਲੀ ਪੇਸ਼ਕਾਰੀ ਸੀ ਜਿੱਪੀ ਉਹਨਾਂ ਦੀ ਵੀ ਡੈਬਿਊ ਮੂਵੀ ਸੀ ਪ੍ਰੋਡਕਸ਼ਨ ਨੰਬਰ 1 ਇੱਕ ਵਾਰੀ ਸ਼ੂਟਿੰਗ ਚੱਲਦੀ 'ਚ ਦਿਲਜੀਤ ਹੋਣੀ ਵੀ ਆਉਂਦੇ ਆ ਉਹ ਵੀ ਕਲੈਪ ਦੇ ਕੇ ਜਾਂਦੇ ਉਦੋਂ ਤੱਕ ਵੀ ਪ੍ਰੋਡਕਸ਼ਨ ਨੰਬਰ 1 ਸੀ ਫਿਲਮ ਬਣ ਗਈ ਐਂਡ ਤੱਕ ਅਸੀਂ ਚਲੇ ਗਏ ਮੈਨੂੰ ਲੱਗਦਾ ਲਾਸਟ ਸੀਨ ਅਸੀਂ ਉਦੋਂ ਸ਼ੂਟ ਕਰ ਰਹੇ ਸੀ ਗੁਰਦੁਆਰਾ ਸਾਹਿਬ ਦੇ ਬਾਹਰ ਵੈਨਿਟੀ ਸੀ ਆਪਾਂ ਸਾਰੇ ਬੈਠੇ ਹਾਂ ਔਰ ਇੰਨੀ ਬ੍ਰੇਨ ਸਟੋਰਮਿੰਗ ਹੋ ਰਹੀ ਸੀ ਕਿ ਕੀ ਟਾਈਟਲ ਹੋਣਾ ਚਾਹੀਦਾ ਤੁਸੀਂ ਮੰਨੋਗੇ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਬੈਠੇ ਹਾਂ ਜਿੱਦਾਂ ਕੋਈ ਇਲਹਾਮ ਹੁੰਦਾ ਨਾ ਉਦੋਂ ਉਸ ਨਾਂ ਦੇ ਉੱਤੇ ਸਾਰਿਆਂ ਦੀ ਸਹਿਮਤੀ ਹੋਈ ਅਰਦਾਸ ਤੋਂ ਉੱਪਰ ਹੋਰ ਸ਼ਬਦ ਕੋਈ ਨਹੀਂ ਹੋ ਸਕਦਾ ਜਿਉਂਦਿਆਂ ਮਰਦਿਆਂ ਸਾਡੇ ਨਾਲ ਇੱਕੋ ਚੀਜ਼ ਹੈ ਅਰਦਾਸ ਦੁਨੀਆਂ ਦੇ ਵਿੱਚ ਜਦੋਂ ਅਸੀਂ ਆਉਂਦੇ ਹਾਂ ਉਦੋਂ ਵੀ ਸਾਡੇ ਸ਼ੁਕਰਾਨੇ ਦੀ ਅਰਦਾਸ ਕੀਤੀ ਜਾਂਦੀ ਹੈ ਜਿੱਦਣ ਅਸੀਂ ਜਾਂਦੇ ਹਾਂ ਉੱਦਣ ਵੀ ਸਾਡਾ ਜਿਹੜਾ ਕਾਰਡ ਛਪਦਾ ਉੱਤੇ ਲਿਖਿਆ ਹੁੰਦਾ ਅੰਤਿਮ ਅਰਦਾਸ ਸੋ ਇਹ ਜੀਵਨ 'ਚ ਇਸ ਤੋਂ ਜ਼ਿਆਦਾ ਨਿਰੰਤਰ ਸਾਡੇ ਨਾਲ ਚੱਲਣ ਵਾਲੀ ਹੋਰ ਕੋਈ ਚੀਜ਼ ਨਹੀਂ ਹੈ ਮੋਰਓਵਰ ਅਸੀਂ ਉੱਠਦੇ ਬਹਿੰਦੇ ਅਰਦਾਸ ਹੀ ਤਾਂ ਕਰਦੇ ਹਾਂ ਘਰੋਂ ਨਿਕਲਣ ਲੱਗੇ ਹੁੰਦੇ ਨੇ ਸਤਿਗੁਰੂ ਤੇਰੀ ਓਟ ਘਰ ਬਾਹਰ ਤੇਰਾ ਪ੍ਰਵਾਸਾ ਇਹ ਵੀ ਤਾਂ ਅਰਦਾਸ ਹੈ ਹਰ ਛੋਟੀ ਛੋਟੀ ਗੱਲ 'ਤੇ ਅਸੀਂ ਆਪਣੀ ਓਟ ਆਸਰਾ ਟੇਕ ਸਤਿਗੁਰੂ 'ਤੇ ਰੱਖਦੇ ਹਾਂ ਇਹ ਟਾਈਟਲ ਦਾ ਸਬੱਬ ਬਣਿਆ ਸਾਰਿਆਂ ਦੀ ਜਿਹਦੇ 'ਚ ਬਲਜੀਤ ਭਾਅ ਜੀ ਵੀ ਬੈਠੇ ਸੀ ਸਾਡੀ ਸਾਰੀ ਟੀਮ ਸਾਰਿਆਂ ਨੇ ਇੱਕ ਨਾਂ 'ਤੇ ਸਹਿਮਤੀ ਦਿੱਤੀ ਕਿ ਜੋ ਸਾਡੀ ਇਹ ਫਿਲਮ ਹੈ ਅਰਦਾਸ ਤੋਂ ਵਧੀਆ ਇਸ ਤੋਂ ਜ਼ਿਆਦਾ ਢੁਕਵਾਂ ਸਿਰਲੇਖ ਹੋਰ ਕੋਈ ਨਹੀਂ ਹੋ ਸਕਦਾ ਅਤੇ ਬਾਕੀ ਕੁਐਸਚਨ ਤੁਸੀਂ ਪੁੱਛਿਆ ਸੀ ਹਾਂਜੀ ਹਾਂ ਹੁਣ ਜੇ ਹਾਂ ਅੱਗੋਂ ਜੇ ਮੈਂ ਕੰਟੀਨਿਊਸ਼ਨ 'ਚ ਦੱਸਾਂ ਅਰਦਾਸ ਕਰਾਂ ਉਹ ਤਾਂ ਸੀ ਕਿ ਉਹਦੇ ਵਿੱਚ ਜੀਵਨ ਔਰ ਮੌਤ ਦੇ ਵਿਚਲਾ ਜਿਹੜਾ ਇੱਕ ਸਫ਼ਰ ਅਸੀਂ ਰੋਜ਼ ਤੈਅ ਕਰਦੇ ਹਾਂ ਘੜੀ ਘੜੀ ਜਿਉਂਦੇ ਹਾਂ ਘੜੀ ਘੜੀ ਮਰਦੇ ਹਾਂ ਉਹ
ਮੈਜਿਕ ਸਿੰਘ ਲੋਕਾਂ ਨੂੰ ਇਹੀ ਗੱਲ ਸਮਝਾਉਂਦਾ ਕਿ ਮਰਨ ਤੋਂ ਪਹਿਲਾਂ ਮਰਨਾ ਜਾਣਾ, ਜਿੱਦਣ ਮਰਨਾ ਉੱਦਣ ਕਿਸੇ ਨੇ ਬਚਾ ਨਹੀਂ ਲੈਣਾ, ਉਸ ਤੋਂ ਪਹਿਲਾਂ ਰੋਜ਼ ਤਿਲ ਤਿਲ ਕਿਉਂ ਮਰਨਾ। ਉਹ ਕਈ ਲੋਕਾਂ ਨੂੰ ਜ਼ਿੰਦਗੀ ਦੇ ਕੇ ਇਹ ਨਹੀਂ ਪਤਾ ਕਿ ਜਿਹੜਾ ਅੱਜ ਸਾਡੇ ਨਾਲ ਜੁੜਿਆ ਨੇ 10 ਦਿਨ ਬਾਅਦ ਆਪ ਚਲੇ ਜਾਣਾ, ਉਹਨੂੰ ਪਤਾ ਮੈਂ ਜਾਣ ਵਾਲਾ, ਉਹ ਕਿੰਨਿਆਂ ਦੀਵਿਆਂ ਦੇ ਵਿੱਚ ਤੇਲ ਪਾ ਕੇ ਜਾਂਦਾ। ਸੋ ਅਰਦਾਸ ਕਰਾਂ ਆਪਣੇ ਆਪ 'ਚ ਇੱਕ ਸਾਡੀ ਡਿਵੋਸ਼ਨ, ਸਾਡੀ ਡੈਡੀਕੇਸ਼ਨ ਦਾ ਇੱਕ ਪ੍ਰਤੱਖ ਪ੍ਰਮਾਣ ਸੀ। ਅਤੇ ਇਹ ਜਿਹੜਾ ਟਾਈਟਲ ਅਰਦਾਸ ਸਰਬਤ ਦੇ ਭਲੇ ਦੀ, ਇਹ 2 ਫਿਲਮਾਂ ਦੇਖਣ ਤੋਂ ਬਾਅਦ ਇੱਕ ਦਿਨ ਭਾਈ ਪਿੰਦਰਪਾਲ ਸਿੰਘ ਜੀ, ਬਹੁਤ ਸਤਿਕਾਰਤ ਸ਼ਖਸੀਅਤ ਸਾਡੇ ਸਮਾਜ ਦੀ, ਉਹ ਇੱਕ ਦਿਨ ਗਿੱਪੀ ਹੋਣਾ ਕੋਲ ਬੈਠੇ ਸੀ ਅਤੇ ਉਹਨਾਂ ਕਿਹਾ ਵੀ ਮੈਂ 2 ਦੇਖੀਆਂ, ਉਹਨਾਂ ਨੇ ਇਹਨਾਂ ਨੂੰ ਰੱਜ ਕੇ ਐਪਰੀਸ਼ੀਏਟ ਕੀਤਾ, ਸਾਨੂੰ ਵੀ ਅਸੀਸਾਂ ਦਿੱਤੀਆਂ ਵੀ ਸੋਹਣਾ ਕੰਮ ਕਰਦੇ ਨੇ। ਉਹਨਾਂ ਨੇ ਐਡਵਾਈਸ ਕੀਤਾ ਸੀ ਵੀ ਇਸ ਵਾਰ ਜਿਹੜੀ ਬਣਾਓਗੇ ਨਾ ਉਹਦਾ ਨਾਮ ਰੱਖਿਓ ਅਰਦਾਸ ਸਰਬਤ ਦੇ ਭਲੇ ਦੀ। ਸੋ ਇਹ ਭਾਈ ਪਿੰਦਰਪਾਲ ਸਿੰਘ ਜੀ ਦਾ ਬਹੁਤ ਵੱਡਾ ਕੰਟਰੀਬਿਊਸ਼ਨ ਹੈ ਇਸ ਟਾਈਟਲ ਦੇ ਵਿੱਚ। ਥੈਂਕ ਯੂ ਫੋਰ ਯੋਰ ਕੁਐਸਚਨ। ਮੈਨੂੰ ਬਿਲਕੁਲ ਵੀ ਓਨੈਸਟਲੀ ਪ੍ਰੈਸ਼ਰ ਫੀਲ ਨਹੀਂ ਹੋਇਆ, ਬਿਕੋਜ਼ ਮੇਰੀ ਲਾਈਫ ਦੀ ਫਿਲੋਸਫੀ ਹੈ ਜੋ ਵੀ ਹੁੰਦਾ ਉਹ ਬਾਬਾ ਜੀ ਦੀ ਮਰਜ਼ੀ ਨਾਲ ਹੁੰਦਾ, ਅਤੇ ਮੈਨੂੰ ਲੱਗਿਆ ਬਾਬਾ ਜੀ ਦੀ ਮਿਹਰ ਹੈ ਮੇਰੇ ਉੱਤੇ ਕਿ ਮੈਨੂੰ ਅਰਦਾਸ ਦਾ ਪਾਰਟ ਬਣਨ ਦਾ ਮੌਕਾ ਮਿਲਿਆ। ਅਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਜੀ ਦੇ ਦਰਸ਼ਨ ਸੀ ਫਿਲਮ 'ਚ, ਮੈਂ ਐਕਸਾਈਟਿਡ ਸੀ, ਮੈਨੂੰ ਉੱਥੇ ਜਾਣਾ ਹੈ, ਮੈਨੂੰ ਮੱਥਾ ਟੇਕਣਾ ਹੈ, ਅਤੇ ਆਈ ਜਸਟ ਲੈਫਟ ਇਟ ਔਨ ਹਿਮ ਐਂਡ ਆਈ ਸਟਾਰਟਿਡ ਮਾਈ ਜਰਨੀ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਕਰਨ ਹੈ ਐਂਡ ਇਹ ਮੈਂ ਹੋਲੀ ਸੋਲੀ ਐਜ਼ ਅ ਫੈਨ ਆਫ ਸਿਨੇਮਾ ਗਿੱਪੀ ਭਾਜੀ ਨੂੰ ਕਹਿਣਾ ਚਾਹੁੰਦਾ ਕਿ ਭਾਜੀ ਥੈਂਕ ਯੂ ਸੋ ਮੱਚ, ਆਈ ਵਾਚ ਵਰਲਡ ਸਿਨੇਮਾ ਐਂਡ ਆਈ ਲਵ ਫਿਲਮ ਮੇਕਿੰਗ। ਮੈਨੂੰ ਤੁਹਾਡਾ ਕੰਮ ਦੇਖ ਕੇ ਐਂਡ ਫਰੋਮ ਵੇਅਰ ਯੂ ਸਟਾਰਟਿਡ ਫਰੋਮ ਮੇਲ ਕਰਾ ਦੇ ਰੱਬਾ ਟੂ ਰਾਈਟ ਨਾਓ, ਇਹ ਮੈਂ ਪਰਸਨਲੀ ਤੁਹਾਨੂੰ ਕਹਿਣਾ ਚਾਹੁੰਦਾ ਸੀ ਕਿ ਆਈ ਲਵ ਯੂਰ ਵਰਕ, ਆਈ ਲਵ ਵਟ ਐਵਰ ਯੂਰ ਡੂਇੰਗ ਫੋਰ ਦਾ ਪੰਜਾਬੀ ਇੰਡਸਟਰੀ ਐਂਡ ਆਲ ਦਾ ਬੈਸਟ ਫੋਰ ਯੂਰ ਫਿਲਮ। And my question is, me personally, I am in love with films and filmmaking, and I am a budding filmmaker and a aspiring director someday. Aap same hi ho. Yeah. And from outside it seems like the Punjabi industry is a very close knit industry, it's very tough to even get in. So tusi ki kehna chahoge mainu, I'm just 27 years old and I want to pursue filmmaking. You're 27 years. You know how to write? You know how to write a script? What would you want to do in your film industry, my friend? Director. Write 2 pages. You know how to use a camera? And direct it. Nobody can stop you. This is not a close-knit market or anything like that, you know. So, ਹਰੇਕ ਬੰਦਾ ਕੁਛ ਨਾ ਕੁਛ ਸੋਚ ਕੇ ਜਾਂ ਛੋਟਾ ਜਾਂ ਵੱਡਾ ਬਣਾ ਦਿੰਦਾ ਹੈ। ਇਹ ਨਹੀਂ ਹੈ ਕਿ ਯਾਰ ਦਿਸ ਇਜ਼ ਕਲੋਜ਼ ਐਂਡ ਨੋਬਡੀ ਕੈਨ ਗੈਟ ਇਨ, ਹੈ ਨਾ। ਦਿਸ ਇਟਸ ਅ ਮਿਥ, ਰਾਈਟ, ਇਟਸ ਅ ਵੈਰੀ ਬਿਗ ਮਿਥ, ਹੈ ਨਾ। ਯੂ ਆਰ ਟੈਲੈਂਟਿਡ ਮੈਨ, ਯੂ ਵਿਲ ਬੀ ਨੋਟਿਸਡ, ਹੈ ਨਾ। ਬਾਕੀ ਮੈਨੂੰ ਦੇਖੋ ਇੱਦਾਂ ਲੱਗਦਾ ਕਿ ਕਿਸੇ ਨੂੰ ਕੋਈ ਰੋਕ ਨਹੀਂ ਸਕਦਾ ਹੈਗਾ। ਤੁਹਾਡਾ ਡਰੀਮ ਹੈ, ਤੁਹਾਡਾ ਪੈਸ਼ਨ ਹੈ। ਮੈਂ ਇੱਥੇ ਹੀ ਕੰਮ ਕਰਦਾ ਸੀਗਾ, 4-5 ਕੰਮ ਕਰਦਾ ਸੀ, ਸਵੇਰੇ ਅਖਬਾਰ ਵੀ ਸੁੱਟਦਾ ਸੀ, ਸਿਕਿਉਰਿਟੀ ਵੀ ਕਰਦਾ ਸੀ, ਸ਼ਾਮ ਨੂੰ ਆ ਕ੍ਰਿਸਟਲ ਮੌਲ 'ਚ ਜਾਂਦੇ ਹੁੰਦੇ ਸੀ, ਕਲੀਨਿੰਗ ਕਰਦੇ ਸੀਗੇ, ਅਤੇ ਮੈਂ ਅਤੇ ਮੇਰੀ ਵਾਈਫ। ਪਰ ਪੈਸ਼ਨ ਸੀ ਵੀ ਇੱਕ ਦਿਨ ਕਰਾਂਗੇ। ਇਹ ਖਾਜ ਮੇਰੇ ਹੋਈ ਸੀ ਅਤੇ ਮੈਂ ਆਪ ਹੀ ਕੀਤੀ ਆਪਦੇ, ਕਿਸੇ ਨੇ ਆਉਣਾ ਨਹੀਂ ਗਿਆ ਵੀ ਮੈਂ ਕਰ ਦੇਣਾ ਤੇਰੇ ਜੀ, ਉਹ ਲੰਘ ਗਿਆ ਟਾਈਮ।
ਸੋ ਲੱਗੇ ਰਹੋ, ਟਾਈਮ ਆ ਜਾਣਾ। ਮੈਂ ਤੁਸੀਂ ਸਵਾਲ ਅੰਗਰੇਜ਼ੀ 'ਚ ਪੁੱਛ ਰਹੇ ਸੀ, ਪੰਜਾਬੀ 'ਚ ਸਮਝ ਆ ਰਿਹਾ ਨਾ ਮੇਰਾ ਜਵਾਬ? ਅੱਛਾ ਠੀਕ ਹੈ, ਮੈਂ ਕਦੇ ਅੰਗਰੇਜ਼ੀ 'ਚ ਖਾਜ ਬੋਜ ਮੇਰੇ ਸੂਲ 'ਤੇ ਨਹੀਂ ਸੀ ਆਉਣ। ਸਬਕ ਬਹੁਤ ਈਜ਼ੀ ਆ ਆਪਣੇ ਡਰੀਮ ਅਚੀਵ ਕਰਨਾ, ਬਸ ਮਿਹਨਤ ਹੀ ਕਰਨੀ ਹੈ। ਲੱਗੇ ਹੀ ਰਹਿਣਾ, ਲੱਗੇ ਹੀ ਰਹਿਣਾ, ਲੱਗੇ ਹੀ ਰਹਿਣਾ। ਸਾਡੇ ਪ੍ਰਿੰਸ ਆ ਕਮਲਜੀਤ, ਵਾਰਮਿੰਗ ਵਾਲਾ ਹੀਰੋ, 14 ਤੇ 14-15 ਸਾਲ ਲੋਕ ਬੁਲਾਉਂਦੇ ਰਹੇ, ਇੱਕ ਸੀਨ ਕਰਨਾ, ਦੋ ਸੀਨ ਕਰਨੇ ਆ, ਠੀਕ ਠਾਕ ਕੰਮ ਚੱਲਦਾ ਸੀ, ਕੱਪੜੇ ਦਾ ਕੰਮ ਕਰਦਾ ਸੀਗਾ, ਮੇਰੇ ਕੋਲ ਬਹੁਤ ਸਾਲਾਂ ਤੋਂ ਆਉਂਦਾ ਸੀ। ਕਦੇ ਮੈਨੂੰ ਉਹਨੇ ਇੱਕ ਵਾਰੀ ਨਹੀਂ ਕਿਹਾ ਵੀ ਵੀਰੇ ਮੈਨੂੰ ਰੋਲ ਦਿਓ, ਮੈਨੂੰ ਐਂ ਕਰ ਦਿਓ। ਮੈਂ ਕਹਿਣਾ ਪ੍ਰਿੰਸੇ ਆਹ ਡਾਇਲੋਗ ਲਿਖਣੇ ਆ, ਆ ਜਾ। ਫਰਾਰ 'ਚ ਲੈ ਕੇ ਆਉਂਦਾ ਸੀ ਉਹਨੂੰ, ਬਹੁਤ ਚੀਜ਼ਾਂ ਕੀਤੀਆਂ। ਇੱਕ ਦਿਨ ਮੈਨੂੰ ਐਂ ਲੱਗਿਆ, ਮੈਂ ਕਿਹਾ ਯਾਰ ਐਕਟਰ ਬਹੁਤ ਅੱਛਾ ਸੀ, ਬੈਠੇ ਬੈਠੇ ਇਹਦੀਆਂ ਗੱਲਾਂ ਨਿਕਲਦੀਆਂ ਗਈਆਂ ਫਿਰ ਉਹਦੀ ਫਿਲਮ ਬਣਾ ਲਈ ਅਸੀਂ ਵਾਰਨਿੰਗ। ਅਤੇ ਮੈਨੂੰ ਕਿਸੇ ਨੇ ਕਿਹਾ, ਕਹਿੰਦੇ ਤੂੰ ਹੁਣ ਇਹਨੂੰ ਹੀਰੋ ਬਣਾਏਗਾ। ਮੈਂ ਕਿਹਾ ਯਾਰ ਮੈਂ ਕੌਣ ਉਹਨਾਂ ਹੀਰੋ ਬਣਾਉਣੇ ਵਾਲਾ? ਉਹਦੀ ਵਾਰਨਿੰਗ ਫਿਲਮ ਆਈ, ਉਹ ਆਪ ਹੀ ਹੀਰੋ ਬਣ ਗਿਆ। ਮੈਂ ਕਿਹਾ ਇਹ ਆਪ ਇਹਦਾ ਟੈਲੈਂਟ ਬੋਲਦਾ ਹੈ, ਮੈਂ ਥੋੜ੍ਹੀ ਕੁਛ ਕਰ ਸਕਦਾ। ਮੈਂ ਤਾਂ ਅੱਜ ਤੁਹਾਡੇ ਸਾਹਮਣੇ ਘੁੱਗੀ ਭਾਅ ਜੀ ਨੂੰ ਕਹਿੰਦਾ ਵੀ ਮੈਂ ਭਾਅ ਜੀ ਲੱਕੀ ਸੀਗਾ ਤੁਸੀਂ ਮੈਨੂੰ ਮਿਲ ਗਏ, ਕਿਉਂਕਿ ਮੈਂ ਜਦੋਂ ਅਰਦਾਸ ਲਿਖੀ ਉਹ ਮੇਰੀ ਕਹਾਣੀ ਵਿਅਰਥ ਹੋ ਜਾਣੀ ਸੀ ਜੇ ਰਾਈਟ ਕਰੈਕਟਰ ਨਾ ਮਿਲਦੇ। ਸੋ ਤੇਰੇ 'ਚ ਜਦੋਂ ਟੈਲੈਂਟ ਆਉਣਾ ਵਾ, ਲੋਕਾਂ ਨੇ ਤੇਰਾ ਟੈਲੈਂਟ ਦੇਖ ਕੇ ਤੈਨੂੰ ਆਪ ਹੀ ਲੱਭ ਲੈਣਾ। ਸੋ ਆਪ ਲੱਗੇ ਰਹੋ, ਛੋਟੀਆਂ ਛੋਟੀਆਂ ਚੀਜ਼ਾਂ ਬਣਾਓ, ਜਿਵੇਂ ਭਾਅ ਜੀ ਕਹਿੰਦੇ ਆ, ਅਸੀਂ ਵੀ ਕੀਤੀਆਂ। ਮਿਰਜ਼ਾ ਜਦੋਂ ਇੱਥੇ ਫਿਲਮ ਸ਼ੂਟ ਕਰਦੇ ਸੀ, ਮੈਂ ਹੀਰੋ ਹੁੰਦਾ ਸੀਗਾ। ਜਦੋਂ ਕੱਟ ਹੁੰਦਾ ਸੀ, ਕੱਟ ਬਲਜੀਤ ਭਾਈ ਨੇ ਕਹਿਣਾ ਆ ਚੱਕੀ ਲਾਈਟ ਹੈ ਇੱਧਰਲੇ ਪਾਸਿਓ, ਮੈਂ ਆਪ ਲਾਈਟਾਂ 'ਚ ਲਗਾ ਕੇ, ਆਪ ਟਰੈਕ 'ਚ ਖਾ ਕੇ ਉਹ ਚੀਜ਼ਾਂ ਕੀਤੀਆਂ। ਉਦੋਂ ਮੈਨੂੰ ਐਂ ਲੱਗਦਾ ਸੀ, ਮੈਂ ਕਿਹਾ ਯਾਰ ਮੈਂ ਹੀਰੋ ਹਾਂ, ਮੇਰੇ ਤੋਂ ਟਰੈਕ ਚੁਕਾਈ ਜਾਂਦੇ ਆ। ਉੱਦਣ ਟਰੈਕ ਚੱਕੇ ਸੀਗੇ, ਹੌਲੀ ਹੌਲੀ ਮੈਨੂੰ ਐਂ ਲੱਗਣ ਲੱਗ ਗਿਆ ਕਿ ਯਾਰ ਦੇਖੀਏ ਬਲਜੀਤ ਸਿੰਘ ਦੇ ਵਾਲਾ ਕੰਮ ਤਾਂ ਬਹੁਤ ਵਧੀਆ ਵਾ। ਉਸ ਫਿਲਮ ਦੇ ਡਾਇਰੈਕਟਰ ਇਹ ਸੀ, ਇਸ ਫਿਲਮ ਦਾ ਡਾਇਰੈਕਟਰ ਮੈਂ ਹਾਂ, ਦੇਖ ਲਾ। ਇਹ ਆਪਣੇ ਆਪ ਹੋ ਜਾਂਦਾ, ਮੈਨੂੰ ਡਾਇਰੈਕਟਰ ਬਣਾਉਣ 'ਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਸੋ ਮੈਨੂੰ ਇੰਨੀਆਂ ਚੀਜ਼ਾਂ ਸਿਖਾਈਆਂ, ਸੋ ਐਂ ਸਿੱਖ ਜਾਂਦੇ ਹਾਂ ਆਪਾਂ, ਹੈ ਨਾ। ਸੋ ਤੁਸੀਂ ਸਕਿਓਰ ਹੋ, ਤੁਸੀਂ ਲੱਗੇ ਹੋ ਪੈਸ਼ਨ ਨਾਲ, ਜਿਵੇਂ ਪਿਆਰ ਕਰਦੇ ਹੋ ਫਿਲਮ ਨੂੰ, ਦੱਬੀ ਜਾਓ। ਥੈਂਕ ਯੂ। ਸਭ ਤੋਂ ਪਹਿਲਾਂ ਸਾਰੀ ਟੀਮ ਨੂੰ ਮੇਰੇ ਵੱਲੋਂ ਆਦਰ ਸਤਿਕਾਰ ਜੀ ਆਇਆਂ। ਮੈਂ ਦਵਿੰਦਰ ਸਿੰਘ ਬੈਣੀਪਾਲਨ ਜੀ, ਟੀਵੀ ਆ। ਸੋ ਇਹ ਮੇਰੇ ਵਾਸਤੇ ਚਿਹਰੇ ਨਵੇਂ ਨਹੀਂ, ਸ਼ਾਇਦ ਮੈਂ ਇਹਨਾਂ ਵਾਸਤੇ ਵੀ ਨਵਾਂ ਨਾ ਹੋਵਾਂ, ਪਰ ਅਰਦਾਸ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਅਸੀਂ ਰੋਜ਼ ਹੀ ਕਰਦੇ ਹਾਂ। ਪਰ ਮੈਂ ਇਹ ਗੱਲ ਜ਼ਰੂਰ ਉਚੇਚੇ ਤੌਰ 'ਤੇ ਕਹਿਣੀ ਚਾਹੁੰਦਾ ਕਿ ਅਰਦਾਸ ਤਾਂ ਅਸੀਂ ਬੁੱਢ ਕਦੀਮ ਤੋਂ ਸੁਣਦੇ ਵੀ ਆਏ ਹਾਂ, ਕਰਦੇ ਵੀ ਆਏ ਹਾਂ, ਪਰ ਜੋ ਅਰਦਾਸ ਫਿਲਮ ਨੇ ਦਿੱਤਾ ਉਹ ਸਾਡੇ ਗੁਰੂ ਘਰਾਂ ਦੇ ਸਪੀਕਰਾਂ ਤੋਂ ਬਾਣੀ ਸੁਣ ਕੇ ਸੀ, ਇੱਧਰੋਂ ਪਾ ਕੇ ਇੱਧਰੋਂ ਦੀ ਕੱਢਦੇ ਰਹੇ, ਪਰ ਉਹਨੇ ਬਹੁਤ ਵੱਡਾ ਯੋਗਦਾਨ ਪਾਇਆ। ਪਹਿਲਾਂ ਤਾਂ ਉਹਦੇ ਵਾਸਤੇ ਤੁਹਾਨੂੰ ਬਹੁਤ ਮੁਬਾਰਕਾਂ। ਥੈਂਕ ਯੂ ਸਰ, ਥੈਂਕ ਯੂ। ਅਤੇ ਦੂਸਰੀ ਗੱਲ, ਤੁਸੀਂ ਸੱਚਮੁੱਚ ਨਵੇਂ ਦਿਸ ਸਾਡੇ ਸਿਰਜੇ ਆ ਹਮੇਸ਼ਾ ਹੀ, ਕਿਉਂਕਿ ਜੇ ਇੱਕ ਤੋਂ ਬਾਅਦ ਦੂਜੀ, ਦੂਜੀ ਤੋਂ ਬਾਅਦ ਤੀਜੀ ਬਣਦੀ ਹੈ, ਉਹਦੇ ਮੈਨੂੰ ਮੇਰਾ ਖਿਆਲ ਕਾਮਯਾਬੀ ਬਾਰੇ ਦੱਸਣ ਦੀ ਲੋੜ ਨਹੀਂ। ਹੁਣ ਮੇਰਾ ਜਿਹੜਾ ਸਵਾਲ ਆ ਉਹ ਇਹ ਹੈ ਜੀ ਕਿ ਤੁਸੀਂ ਕਰੈਕਟਰ ਦੀ ਗੱਲ ਕੀਤੀ ਹੈ, ਤੁਸੀਂ ਸੁਪਨਿਆਂ ਦੀ ਗੱਲ ਕੀਤੀ ਹੈ ਕਿ ਵੇਖਣਾ ਪੈਂਦਾ ਕਿ ਗੁਰਪ੍ਰੀਤ ਘੁੱਗੀ ਤੋਂ ਵਧੀਆ ਕੋਈ ਗੁਰਮੁਖ ਸਿੰਘ ਨਹੀਂ ਸੀ ਬਣ ਸਕਦੇ ਜੀ। ਪਹਿਲੀ, ਦੂਜੀ ਅਤੇ ਤੀਜੀ ਫਿਲਮ ਦੇ ਵਿੱਚ ਉਹ ਕਿਹੜੇ ਕਰੈਕਟਰ ਨੇ ਜਿਹੜੇ ਰਿਪੀਟ ਕੀਤੇ ਹੈ, ਉਹ ਕਿਹੜੇ ਕਰੈਕਟਰ ਨੇ ਜਿਹੜੇ ਤੁਹਾਨੂੰ ਲੱਗਿਆ ਕਿ ਅਰਦਾਸ ਸਰਬੱਤ ਦੇ ਭਲੇ ਵਿੱਚ ਜਾਂ ਉਹ ਫਿੱਟ ਨਹੀਂ ਬੈਠਦੇ ਜਾਂ ਉਹ ਲੈਣੇ ਨਹੀਂ ਚਾਹੀਦੇ ਜੀ? ਥੈਂਕ ਯੂ। ਭਾਅ ਜੀ ਦੇਖੋ, ਮੇਰਾ ਤਾਂ ਬਹੁਤ ਹੀ ਸਾਫ ਆ, ਮੈਂ ਫਿਲਮ ਇਸ ਕਰਕੇ ਤਾਂ ਡਾਇਰੈਕਟ ਕਰਦਾ ਨਹੀਂ ਆ ਕਿ ਮੈਨੂੰ ਬਹੁਤ ਜ਼ਿਆਦਾ ਪੈਸੇ ਬਣਦੇ ਨੇ ਇਸ ਚੀਜ਼ 'ਚ। ਐਜ਼ ਅ ਐਕਟਰ ਮੇਰੀ ਜਿਹੜੀ ਫੀਸ ਆ ਉਹ ਬਹੁਤ ਜ਼ਿਆਦਾ ਆ, ਡਾਇਰੈਕਸ਼ਨ ਦੇ ਵਿੱਚ ਆ ਕੇ ਮੇਰਾ ਟਾਈਮ ਬਹੁਤ ਜ਼ਿਆਦਾ ਲੱਗਦਾ ਵਾ,
ਅਤੇ ਪੈਸੇ ਬਹੁਤ ਘੱਟ ਬਣਦੇ ਨੇ। ਇਹ ਮੈਂ ਆਪਣੇ ਜਿਵੇਂ ਵੀਰ ਨੇ ਕਿਹਾ ਵੀ ਮੈਨੂੰ ਫਿਲਮ ਮੇਕਿੰਗ ਪਸੰਦ ਆ, ਮੈਨੂੰ ਇਹ ਕੰਮ ਪਸੰਦ ਆ, ਠੀਕ ਹੈ ਜੀ। ਜਦੋਂ ਸਾਡੀ ਟੀਮ, ਅਸੀਂ ਕਦੇ ਵੀ ਕਿਸੇ ਚੀਜ਼ ਦੇ ਉੱਤੇ ਅੜੇ ਨਹੀਂ ਗਏ ਲਾਈਫ 'ਚ। ਮੈਨੂੰ ਮੇਰੀ ਫਿਲਮ ਬਣਾਉਣ ਦੇ ਲਈ ਜਿਹੜੇ ਜਿਹੜੇ ਐਕਟਰ ਚਾਹੀਦੇ ਨੇ, ਮੈਨੂੰ ਜਿਹੜਾ ਲੱਗਦਾ ਕਿ ਆਹੀ ਬੰਦਾ ਕਰ ਸਕਦਾ, ਮੈਂ ਉਹਦੇ ਤੋਂ ਹੀ ਕਰਾਉਣਾ। ਜੇ ਉਹ ਨਹੀਂ ਕਰਦਾ, ਮੈਂ ਉਹਦੇ ਪੈਰਾਂ ਤੱਕ ਪੈ ਜਾਣਾ ਕਿ ਮੈਨੂੰ ਤੁਹਾਡੀ ਲੋੜ ਹੈ। ਮੈਨੂੰ ਯਾਦ ਹੈ ਪਹਿਲੀ ਫਿਲਮ ਦੇ ਵਿੱਚ ਸੋਹੀ ਸਾਹਿਬ ਕੋਲ ਡੇਟਾ ਨਹੀਂ ਸੀ, ਮੈਂ ਤਾਂ ਸੋਹੀ ਸਾਹਿਬ ਦਾ ਗੋਡਾ ਹੀ ਫੜ ਲਿਆ। ਮੈਂ ਕਿਹਾ ਸੋਹੀ ਸਾਹਿਬ ਮੇਰੇ ਕੋਈ ਸਬੂਤ ਨਹੀਂ ਆ ਰਿਹਾ, ਮੈਂ ਤਾਂ ਮੈਨੂੰ ਤਾਂ ਤੁਸੀਂ ਉਹ ਦੇਖ ਰਹੇ ਹੋ, ਤੁਸੀਂ ਮੈਨੂੰ ਦੱਸੋ ਕਿਹੜੀਆਂ ਡੇਟਾਂ ਦਿਓਗੇ ਅੱਗੇ ਪਿੱਛੇ ਜਿਵੇਂ ਹੋਊਗਾ ਮੈਂ ਮੈਨੇਜ ਕਰੂੰ, ਪਰ ਮੈਂ ਥੋਤੋਂ ਹੀ ਕਰਾਉਣਾ ਵਾਂ। ਸੋ ਮੈਂ ਕਦੇ ਕਿਸੇ ਨੂੰ ਕੱਢਦਾ ਨਹੀਂ, ਕਦੇ ਕਿਸੇ ਨੂੰ ਸਿਫਾਰਿਸ਼ ਨਾਲ ਪਾਉਂਦਾ ਨਹੀਂ। ਅਤੇ ਭਾਨਾ ਸਾਡੀ ਫਿਲਮ 'ਚ ਇੱਕ ਅੱਧਾ ਸੀਨ ਸਿਫਾਰਿਸ਼ ਹੀ ਕਰ ਜਾਂਦਾ ਹੁੰਦਾ ਹੈਗਾ ਵਾ, ਅਤੇ ਉਦੋਂ ਬਿਨਾਂ ਕੋਈ ਬੰਦੇ ਦਾ ਧੱਕਾ ਨਹੀਂ ਚੱਲਦਾ ਹੈਗਾ। ਸੋ ਮੈਨੂੰ ਨਹੀਂ ਲੱਗਦਾ ਕਿ ਕੋਈ ਐਤਕੀ ਵੀ ਅਸੀਂ ਕੋਈ ਕਰੈਕਟਰ, ਕਿਉਂਕਿ ਜਿੱਥੇ ਰਿਸ਼ੀ ਮੈਮ ਦਾ ਰੋਲ ਹੈ ਜਾਂ ਰੌਣੀ ਸਾਹਿਬ ਨੇ ਜਾਂ ਕੋਈ ਵੀ ਹੈ, ਸੋ ਐਤਕੀ ਪ੍ਰਿੰਸ ਕਮਲਜੀਤ ਸੈਕਿੰਡ ਦੇ ਵਿੱਚ ਹੈ ਨਹੀਂ ਸੀ, ਪਹਿਲੀ 'ਚ ਸੀਗਾ, ਅਤੇ ਉਹ ਇਸ ਕਰਕੇ ਨਹੀਂ ਕੱਢਿਆ ਵੀ ਕਿ ਉਹਦੇ ਨਾਲ ਬਣਦੀ ਆ ਸੈਕਿੰਡ, ਵੀ ਨਹੀਂ ਬਣ ਰਹੀ ਉਸ ਟਾਈਮ ਜਾਂ ਹੁਣ ਬਣ ਰਹੀ ਆ। ਸੋ ਜੈਸਮੀਨ ਪਹਿਲਾਂ ਵਾਲੀਆਂ ਦੋਨਾਂ ਫਿਲਮਾਂ 'ਚ ਹੈ ਨਹੀਂ ਸੀ, ਸੋ ਐਤਕੀ ਇਹ ਹੈਗੀ ਆ। ਸੋ ਡਿਪੈਂਡ ਕਰਦਾ ਕਿ ਕਿੱਦਾਂ ਦਾ ਕਰੈਕਟਰ ਆ, ਕੌਣ ਫਿੱਟ ਬੈਠੂਗਾ, ਉਹੀ ਹੈ। ਬਹੁਤ ਧੰਨਵਾਦ ਤੁਹਾਡੇ ਸਾਰਿਆਂ ਦਾ, ਤੁਸੀਂ ਬਹੁਤ ਵਧੀਆ ਸਵਾਲ ਜਵਾਬ ਕੀਤੇ, ਅਤੇ ਧੰਨਵਾਦ ਸਾਰੀ ਕਾਸਟ ਦਾ, ਤੁਸੀਂ ਸਮਾਂ ਕੱਢ ਕੇ ਇੱਥੇ ਪਹੁੰਚੇ ਹੋ। ਆਉਂਦੇ ਰਿਹਾ ਕਰੋ, ਅਗਾਮੀ ਅਜਿਹੀਆਂ ਫਿਲਮਾਂ ਲੈ ਕੇ ਤੁਹਾਡਾ ਸਵਾਗਤ ਕਰਦੇ ਰਹਾਂਗੇ। ਸ਼ੁਕਰੀਆ, ਅਤੇ ਸਾਰੀ ਪਤਵੰਤੀ ਸੱਜਣਾਂ ਦਾ ਲੋਕਲ ਬਹੁਤ ਧੰਨਵਾਦ, ਕੈਰੀ ਭਾਅ ਜੀ ਹੋਣਾਂ ਦਾ ਬਹੁਤ ਧੰਨਵਾਦ, ਕੈਰੀ ਸੰਘਾ ਹੋਣਾਂ ਦਾ ਜਿਹੜੇ ਅੱਜ ਇੱਥੇ ਸਕਾਈ ਐਵਨਿਊ ਦੇ ਵਿੱਚ ਜਿਹਨਾਂ ਨੇ ਸਵਾਗਤ ਬਣਾਇਆ ਸਾਰਿਆਂ ਦੇ ਇੱਥੇ ਬੈਠਣ ਦਾ। ਅਤੇ ਆਸ ਕਰਦੇ ਅਜਿਹੀਆਂ ਫਿਲਮਾਂ ਨੂੰ ਅਸੀਂ ਵੱਧ ਚੜ੍ਹ ਕੇ ਆਪ ਮਾਰੇ ਹੋ ਕੇ ਪ੍ਰਮੋਟ ਕਰਦੇ ਰਹਾਂਗੇ। ਥੈਂਕ ਯੂ ਭਾਅ ਜੀ, ਥੈਂਕ ਯੂ ਸਾਰਿਆਂ ਦਾ, ਬਹੁਤ ਬਹੁਤ ਥੈਂਕ ਯੂ ਜੀ। ਸਵਾਲ ਜਵਾਬ ਕਰਦੇ ਹਾਂ, ਕੋਈ ਉੱਨੀ ਕੀ ਹੋ ਗਈ ਹੋਵੇ ਉਹਦੇ ਲਈ ਮਾਫ਼ੀ ਚਾਹੁੰਦੇ ਹਾਂ। ਸੋ ਬੜੇ ਟਾਈਮ ਬਾਅਦ ਅਸੀਂ ਵੀ ਪ੍ਰੈਸ ਕਾਨਫਰੰਸ ਕੀਤੀ ਹੈ ਇੱਥੇ, ਸਾਨੂੰ ਵੀ ਹੁਣ ਬੜਾ ਹਿਸਾਬ ਕਿਤਾਬ ਰਿਹਾ ਨਹੀਂ, ਕਿਉਂਕਿ ਹੁਣ ਹੋਰ ਤਰੀਕੇ ਦੀਆਂ 1-to-1 ਚੱਲਦੀਆਂ, ਪਹਿਲਾਂ ਇੱਦਾਂ ਬਹੁਤ ਕਰ ਦਿੰਦੇ ਪ੍ਰੈਸ ਕਾਨਫਰੰਸ ਦਾ, ਉਦੋਂ ਮਾਹੌਲ ਹੋਰ ਹੁੰਦਾ ਸੀਗਾ। ਅਤੇ ਸਾਰਿਆਂ ਦਾ ਤੁਹਾਡਾ ਬਹੁਤ ਬਹੁਤ ਥੈਂਕ ਯੂ, ਗੈਰੀ ਭਾਅ ਜੀ ਦਾ ਬਹੁਤ ਬਹੁਤ ਥੈਂਕ ਯੂ। ਸੋ ਸਾਰਾ ਅਰੇਂਜ ਕੀਤਾ, ਹੈਪੀ ਸਾਡੀ ਟੀਮ ਦਾ, ਹੰਬਲ ਕੈਨੇਡਾ ਇਹੀ ਸਾਂਭਦਾ ਜੀ ਸਾਰਾ ਕੰਮ ਕਰ, ਅਤੇ ਸਾਰਿਆਂ ਦਾ ਥੈਂਕ ਯੂ ਜੀ, ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਰਫਤਾਰ ਸਿੰਘ ਗਿੱਲ ਹੈ ਅਤੇ ਮੈਂ ਸਾਂਝਾ ਟੀਵੀ ਤੋਂ ਜੀ। ਜੀ ਭਾਈ, ਜਿਹੜੀ ਆਈ ਸੀ 2016 ਦੇ ਵਿੱਚ ਅਰਦਾਸ, ਉਹਦੇ 'ਚ ਕਰੈਕਟਰ ਕੀਤਾ ਸੀ ਅਨਮੋਲ ਵਰਮਾ ਨੇ ਮਿੱਠੂ ਦਾ। ਉਹ ਤੋਂ ਬਾਅਦ ਇੱਕ ਸਾਲ ਬਾਅਦ ਅਨਮੋਲ ਦਾ ਸ਼ੋਅ ਸੀਗਾ ਇੱਥੇ ਬੈਲ ਸੈਂਟਰ ਦੇ ਵਿੱਚ। ਅੱਛਾ ਜੀ। ਅਤੇ ਜਦੋਂ ਮੈਂ ਅਨਮੋਲ ਨੂੰ ਲੈ ਕੇ ਗਿਆ ਅਤੇ ਉੱਥੇ ਇੱਕ ਬਜ਼ੁਰਗ ਖੜ੍ਹੇ ਸੀਗੇ ਜਿਹੜੇ ਉਹਦੇ ਲਈ 1160 ਡਾਲਰ ਲਈ ਖੜ੍ਹੇ ਸੀ, ਉਹ ਕਹਿੰਦੇ ਜਦੋਂ ਮੈਂ ਮੂਵੀ ਦੇਖੀ ਸੀ ਤਾਂ ਮੈਨੂੰ ਉਦੋਂ ਪੈਨਸ਼ਨ ਲੱਗਣੀ ਸੀ, ਪਰ ਜਦੋਂ ਮੈਨੂੰ ਪੈਨਸ਼ਨ ਲੱਗੀ, ਜਦੋਂ ਪਹਿਲੀ ਵਾਰੀ ਗਏ ਮੈਂ ਉਦੋਂ ਬਣਾ ਕੇ ਰੱਖੀ ਸੀ ਵੀ ਜਦੋਂ ਅਨਮੋਲ ਆਊਗਾ ਮੈਂ ਉਹਨੂੰ ਦਿੰਦੇ ਹਾਂ। ਕਹਿੰਦੇ ਹੁਣ ਜਦੋਂ ਵੀ ਮੇਰੀ ਟੈਨਸ਼ਨ ਆਇਆ ਕਰੂ ਮੈਂ ਪੁੱਤ ਨੂੰ ਯਾਦ ਕਰਿਆ ਕਰੂੰਗਾ, ਅਤੇ ਅੱਜ ਵੀ ਅਨਮੋਲ ਕਿਤੇ ਜਾਂਦਾ ਉਹ ਅੱਜ ਵੀ ਮੈਨੂੰ ਦੱਸ ਦਿੰਦਾ, ਕਹਿੰਦਾ ਚਲਤਾ ਜਦੋਂ ਅੱਜ ਵੀ ਮੈਂ ਕਿਤੇ ਜਾਣਾ ਤਾਂ ਅੱਜ ਵੀ ਮੈਨੂੰ ਪਰਿਵਾਰ ਸਾਰੇ ਉਦੇ ਆ ਕੇ ਸ਼ਗਨ ਦੇ ਕੇ ਜਾਂਦਾ ਵੀ ਪੁੱਤ ਤੈਨੂੰ ਅਸੀਂ ਉਹੀ ਅਨਮੋਲ ਦੇ ਰੂਪ 'ਚ ਦੇਖਦੇ, ਅਤੇ ਉਹਦੇ ਬਾਅਦ ਸ਼ਿੰਦੇ ਨੇ ਤਾਂ ਕਮਾਲ ਹੀ ਕਰ ਦਿੱਤੇ। ਥੈਂਕ ਯੂ, ਥੈਂਕ ਯੂ ਸੋ ਮਚ, ਥੈਂਕ ਯੂ। ਦੇਖ ਲਓ ਜਦੋਂ ਚੰਗਾ ਕੰਮ ਕਰੀਦਾ ਤੇ ਅਸੀਸਾਂ ਫਿਰ ਕਿਸ ਕਿਸ ਢੰਗ ਤਰੀਕੇ ਨਾਲ ਮਿਲਦੀਆਂ ਨੇ, ਇਹ ਪਿਆਰ ਆ ਸਾਰੀ ਆਡੀਅੰਸ ਤੋਂ ਤੁਹਾਡਾ। ਇੱਕ ਵਾਰੀ ਫਿਰ ਤੋਂ ਬਹੁਤ ਧੰਨਵਾਦ,
ਫੂਡ ਰੈਡੀ ਹੈ, ਜਿਨ੍ਹਾਂ ਨੇ ਵੀ ਉੱਧਰ ਛਕਣਾ ਉਸ ਸਮੇਂ ਹੋ ਕੇ ਛਕ ਸਕਦੇ। ਬਹੁਤ ਸ਼ੁਕਰੀਆ, ਧੰਨਵਾਦ। ਦੋਸਤੋ, ਇਹ ਸੀ ਅੱਜ ਦੀ ਗੱਲਬਾਤ, ਜਿਸ ਦੇ ਵਿੱਚ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ ਅਤੇ ਜੈਸਮੀਨ ਹੋਰਾਂ ਨੇ ਆਪਣੇ ਦਿਲ ਦੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਅਰਦਾਸ ਸਰਬੱਤ ਦੇ ਭਲੇ ਦੀ, ਕਿਉਂ ਵੇਖਣ ਜਾਵੋ ਉਸ ਫਿਲਮ ਵਿੱਚ ਕੀ ਕੁਝ ਹੈ, ਕਾਫੀ ਗੱਲਾਂ ਅੱਜ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਉਮੀਦ ਹੈ ਕਿ ਪਹਿਲੀਆਂ ਫਿਲਮਾਂ ਦੇ ਵਾਂਗ ਤੁਸੀਂ ਇਸ ਫਿਲਮ ਨੂੰ ਵੀ ਦੇਖਣ ਵਾਸਤੇ ਜ਼ਰੂਰ ਪਹੁੰਚੋਗੇ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ, ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।